ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੇਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜੀ। ਮੈਂ ਗੁਰਪ੍ਰੀਤ ਸੰਧਵਾਲੀਆ, ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਪ੍ਰਾਈਮ ਏਸ਼ੀਆ ਟੀਵੀ 'ਤੇ। ਇਸ ਵਕਤ ਅਸੀਂ ਲਾਈਵ ਹਾਂ ਜੀ ਆਪਣੇ ਚੈਨਲ ਪ੍ਰਾਈਮ ਏਸ਼ੀਆ ਟੀਵੀ ਦੇ ਉੱਪਰ। ਨਾਲ ਦੀ ਨਾਲ ਤੁਸੀਂ ਸਾਨੂੰ ਲਾਈਵ ਦੇਖ ਸਕਦੇ ਹੋ ਯੂਟਿਊਬ ਚੈਨਲ ਦੇ ਉੱਪਰ ਵੀ। ਅੱਜ ਫਿਰ ਇੱਕ ਵਾਰ ਹੈਲਥ ਨਾਲ ਰਿਲੇਟਡ ਆਪਾਂ ਡਿਸਕਸ਼ਨ ਕਰਾਂਗੇ ਅਤੇ ਉਹਦੇ ਲਈ ਆਪਾਂ ਆਪਣੇ ਸਟੂਡੀਓ ਦੇ ਵਿੱਚ ਸੱਦਾ ਦਿੱਤਾ ਹੈ ਡਾਕਟਰ ਹਰਚਰਨ ਸਿੰਘ ਹੋਰਾਂ ਨੂੰ। ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ। ਥੈਂਕ ਯੂ ਜੀ। ਸਭ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ। ਮੈਂ ਵੀ ਆਪ ਸਭ ਨੂੰ ਫਤਿਹ ਅੱਜ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਦੱਸਦਾ ਜੀ ਆਪਣੇ ਦਰਸ਼ਕਾਂ ਨੂੰ ਕਿ ਅਸੀਂ ਜਿਹੜੀ ਖਾਸ ਗੱਲਬਾਤ ਕਰਨੀ ਹੈ ਉਹ ਕਰਨੀ ਹੈ ਕਿ ਵੀ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹਨਾਂ ਨੂੰ ਆਪਾਂ ਘਰ ਹੀ ਡਾਇਗਨੋਸ ਕਰ ਸਕਦੇ ਹਾਂ ਅਤੇ ਉਹਦਾ ਇਸ਼ਾਰਾ ਜਿਹੜਾ ਹੈ ਉਹ ਸਾਨੂੰ ਸਾਡੇ ਹੱਥਾਂ ਤੋਂ ਮਿਲ ਜਾਂਦਾ। ਸੋ ਇਹ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਹੈ, ਤੁਹਾਡੇ ਬਹੁਤ ਕੰਮ ਆਉਣ ਵਾਲੀ ਹੈ। ਕਈ ਵਾਰ ਆਪਾਂ ਦੂਰ ਦਰਾਜ ਜਗ੍ਹਾ 'ਤੇ ਹੁੰਦੇ ਹਾਂ, ਕਈ ਵਾਰ ਡਾਕਟਰ ਵੀ ਅਵੇਲੇਬਲ ਨਹੀਂ ਹੁੰਦਾ, ਕਈ ਵਾਰ ਅਸੀਂ ਇਕੱਲੇ ਹੁੰਦੇ ਹਾਂ। ਸੋ ਬਹੁਤ ਸਾਰੀਆਂ ਸਿਚੁਏਸ਼ਨਸ ਹੁੰਦੀਆਂ ਨੇ। ਸੋ ਉਹਨਾਂ ਸਾਰੀਆਂ ਚੀਜ਼ਾਂ ਦੇ ਲਈ ਆਪਾਂ ਨੂੰ ਇਹ ਜੇਕਰ ਪਤਾ ਹੋਵੇ ਤਾਂ ਆਪਾਂ ਆਪਣੀ ਜ਼ਿੰਦਗੀ ਜਾਂ ਆਪਣੇ ਰਿਸ਼ਤੇਦਾਰਾਂ ਦੀ ਜ਼ਿੰਦਗੀ ਜਿਹੜੀ ਆ ਉਹਦੇ ਵਿੱਚ ਕੁਛ ਨਾ ਕੁਛ ਐਡ ਔਨ ਕਰ ਸਕਦੇ, ਜੀਵਨ ਕਈ ਸਿਚੁਏਸ਼ਨ ਦੇ ਵਿੱਚ ਬਚਾ ਵੀ ਸਕਦੇ ਹਾਂ। ਸੋ ਤੁਸੀਂ ਇਹਨੂੰ ਜ਼ਰੂਰ ਧਿਆਨ ਨਾਲ ਸੁਣਨਾ। ਬਾਕੀ ਤੁਹਾਡਾ ਜੇ ਕੋਈ ਕੁਐਸਚਨ ਹੋਵੇ ਤਾਂ ਤੁਸੀਂ ਯੂਟਿਊਬ ਦੇ ਉੱਪਰ ਕਮੈਂਟ ਵੀ ਕਰ ਸਕਦੇ ਹੋ ਨੀਚੇ ਵੀਡੀਓ ਦੇ ਥੱਲੇ, ਜਾਂ ਫਿਰ ਤੁਸੀਂ ਜਿਹੜਾ ਸਾਡਾ ਵਟਸਐਪ ਨੰਬਰ ਹੈ ਉਹਦੇ ਉੱਪਰ ਤੁਸੀਂ ਟਾਈਪ ਕਰਕੇ ਆਪਣਾ ਮੈਸੇਜ ਭੇਜ ਦਿਓ, ਜਾਂ ਫਿਰ ਤੁਸੀਂ ਜੇ ਟਾਈਪ ਕਰਨ 'ਚ ਪ੍ਰੋਬਲਮ ਆਉਂਦੀ ਤਾਂ ਪੰਜਾਬੀ 'ਚ ਆਪਣਾ ਕੁਐਸਚਨ ਲਿਖ ਲਿਆ ਕਰੋ ਅਤੇ ਉਹਦੀ ਫੋਟੋ ਖਿੱਚ ਕੇ ਵਟਸਐਪ ਕਰ ਦਿਆ ਕਰੋ ਇਸ ਨੰਬਰ 'ਤੇ। ਉਹ ਵੀ ਇੱਕ ਸੌਖਾ ਤਰੀਕਾ ਹੈ। ਜਾਂ ਫਿਰ ਜਿਹੜਾ ਸਾਡਾ ਇਹ ਟੋਲ ਫਰੀ ਨੰਬਰ ਹੈ ਕੈਨੇਡਾ ਦਾ ਨੰਬਰ ਹੈ, ਤੁਸੀਂ ਉਹਦੇ 'ਤੇ ਵੀ ਫੋਨ ਕਰ ਸਕਦੇ ਹੋ, ਉਹ ਵੀ ਜਿਹੜੀ ਜਿਹੜਾ ਤੁਹਾਡਾ ਸਵਾਲ ਹੈ ਮੇਰੇ ਤੱਕ ਪਹੁੰਚ ਜਾਏਗਾ ਅਤੇ ਆਪਾਂ ਉਹਨੂੰ ਪ੍ਰੋਗਰਾਮ ਦਾ ਹਿੱਸਾ ਬਣਾਵਾਂਗੇ। ਸਰ, ਮੈਂ ਬਹੁਤਾ ਸਮਾਂ ਇੱਧਰ ਉੱਧਰ ਨਾ ਗੁਜ਼ਾਰਦਿਆਂ ਸਾਨੂੰ ਸਭ ਤੋਂ ਪਹਿਲਾਂ ਇਹੀ ਪੁੱਛਣਾ ਚਾਹੁੰਦਾ ਕਿ ਜਿਹੜੇ ਆਪਣੇ ਹੱਥ ਨੇ ਇਹ ਕਿਵੇਂ ਇਸ਼ਾਰਾ ਕਰਦੇ ਨੇ ਕਿ ਵੀ ਆਪਣਾ ਜਿਹੜਾ ਸਰੀਰ ਹੈ ਉਹ ਕਿੱਥੋਂ ਕਿੱਥੋਂ ਕਿੱਥੇ ਕਿੱਥੇ ਗੜਬੜੀ ਆ? ਜੀ ਬਿਲਕੁਲ, ਇਸ ਤਰ੍ਹਾਂ ਹੈ ਜੀ ਕਿ ਇਨਸਾਨ ਸਭ ਤੋਂ ਜ਼ਿਆਦਾ ਜੇ ਪਰੇਸ਼ਾਨ ਹੁੰਦਾ ਹੈ ਅਤੇ ਉਹ ਦਰਦ ਤੋਂ ਹੁੰਦਾ ਹੈ ਜੀ। ਸਾਨੂੰ ਹੋਰ ਕੋਈ ਥੋੜ੍ਹੀ ਬਹੁਤੀ ਕੋਈ ਪ੍ਰੋਬਲਮ ਹੋਵੇ ਅਸੀਂ ਪਰਵਾਹ ਨਹੀਂ ਕਰਦੇ, ਪਰ ਜਦੋਂ ਗੱਲ ਦਰਦ ਦੀ ਆਉਂਦੀ ਹੈ, ਚਾਹੇ ਉਹ ਸਿਰ ਦਰਦ ਹੋਵੇ, ਚਾਹੇ ਉਹ ਲੱਕ ਦਰਦ ਹੋਵੇ, ਚਾਹੇ ਪੇਟ ਦਰਦ ਹੋਵੇ, ਚਾਹੇ ਉਹ ਮਾਈਗ੍ਰੇਨ ਹੈਗੀ ਹੈ, ਚਾਹੇ ਕਿਸੇ ਤਰ੍ਹਾਂ ਵੀ ਜੋ ਦਰਦ ਹੈਗਾ ਆ, ਜਦੋਂ ਇਹ ਸਾਨੂੰ ਆਉਂਦਾ ਹੈ ਤਾਂ ਅਸੀਂ ਪਰੇਸ਼ਾਨ ਹੋ ਜਾਂਦੇ ਹੈਗੇ ਹਾਂ, ਔਰ ਇੱਕਦਮ ਜੋ ਹੈਗਾ ਸਾਡਾ ਧਿਆਨ ਉਹ ਮੈਡੀਕਲ ਏਡ ਵੱਲ ਜਾਂਦਾ ਹੈਗਾ ਵੀ ਸਾਨੂੰ ਇਹ ਜਿਹੜੀ ਹੈਗੀ ਆ ਹੁਣ ਸੁਵਿਧਾ ਮਿਲਣੀ ਚਾਹੀਦੀ ਹੈਗੀ ਆ। ਪਰ ਜੇ ਜੋ ਅੱਜ ਦਾ ਵਿਸ਼ਾ ਹੈ, ਹਰ ਚੀਜ਼ ਦਾ ਅਸੀਂ ਨਿਰੀਖਣ ਉਹ ਹੱਥ ਤੋਂ ਕਰ ਸਕਦੇ ਹਾਂ, ਜੇ ਸਾਨੂੰ ਇਸ ਚੀਜ਼ ਦਾ ਗਿਆਨ ਹੈਗਾ ਆ ਤਾਂ ਅਸੀਂ ਘਬਰਾਹਟ 'ਚ ਨਹੀਂ ਆਵਾਂਗੇ, ਪੈਨਿਕ ਦੇ ਵਿੱਚ ਨਹੀਂ ਆਵਾਂਗੇ, ਔਰ ਅਸੀਂ ਜੋ ਹੈਗਾ ਆ ਆਪਣੇ ਹੱਥ ਤੋਂ ਹੀ ਉਹਦਾ ਪਤਾ ਕਰ ਸਕਦੇ ਹਾਂ ਕਿ ਵਾਕਈ ਤੁਹਾਨੂੰ ਪ੍ਰੋਬਲਮ ਹੈ ਕੀ ਹੈ, ਜੋ ਅਸੀਂ ਸੋਚ ਰਹੇ ਹਾਂ ਉਹੀ ਹੈਗੀ ਹੈ ਜੇ ਹੋਰ ਕੁਛ ਹੈਗੀ ਆ। ਸੋ ਇਹ ਇੱਕ ਬਹੁਤ ਜ਼ਰੂਰੀ ਹੈਗੀ ਆ, ਖਾਸ ਕਰਕੇ ਜਦੋਂ ਅਸੀਂ ਸਫ਼ਰ ਕਰ ਰਹੇ ਹੈਗੇ ਹਾਂ, ਅਸੀਂ ਇਕੱਲੇ ਹਾਂ, ਸਾਡੇ ਆਸ ਪਾਸ ਕੁਛ ਨਹੀਂ ਹੈ, ਕੋਈ ਵੀ ਫੈਸਿਲਿਟੀ ਨਹੀਂ ਹੈਗੀ ਆ, ਜਾਂ ਰਾਤ ਦਾ ਟਾਈਮ ਹੈਗਾ, ਸੁੱਤੇ ਪਏ ਹੈਗੇ ਹਾਂ, ਇੱਕਦਮ ਕੋਈ ਦਰਦ ਹੁੰਦੀ ਹੈਗੀ ਆ, ਤਾਂ ਉਸ ਟਾਈਮ ਬੜੀ ਘਬਰਾਹਟ ਹੋ ਜਾਂਦੀ ਹੈਗੀ ਆ। ਉਸ ਹਾਲਤ ਦੇ ਵਿੱਚ ਸਾਡੇ ਕੋਲ ਅਮੂਮਨ ਕੋਈ ਆਪਸ਼ਨ ਨਹੀਂ ਹੁੰਦੀ ਜੀ, ਅਤੇ ਅਸੀਂ ਜੋ ਵੀ ਮੈਡੀਕਲ ਸਰਵਿਸਿਜ਼ ਹਨ ਉਹਨਾਂ ਨੂੰ ਲੈਣ ਦੀ ਕੋਸ਼ਿਸ਼ ਕਰਦੇ ਹੈਗੇ ਹਾਂ, ਅਤੇ ਜਦੋਂ ਅਸੀਂ ਜਾਂਦੇ ਹੈਗੇ ਹਾਂ ਹੋਸਪਿਟਲ ਦੇ ਵਿੱਚ ਜਾਂ, ਤਾਂ ਉੱਥੇ ਸਾਨੂੰ ਕੀ ਹੁੰਦਾ ਹੈ, ਅਕਸਰ ਬਹੁਤ ਜ਼ਿਆਦਾ ਡਰਾ ਦਿੱਤਾ ਜਾਂਦਾ ਹੈ। ਇੱਕ ਤਾਂ ਅਸੀਂ ਪਹਿਲਾਂ ਡਰੇ ਹੁੰਦੇ ਹਾਂ ਕਿ ਸਾਨੂੰ ਦਰਦ ਹੈਗੀ ਹੈ, ਔਰ ਦੂਸਰਾ ਇਹ ਡਰਾ ਦਿੱਤਾ ਜਾਂਦਾ ਹੈਗਾ ਕਿ ਤੁਸੀਂ ਚੱਲ ਕੇ ਕਿਵੇਂ ਆਇਓ, ਅਤੇ ਸਾਡੀ ਹਾਲਤ ਬਹੁਤ ਜ਼ਿਆਦਾ ਖਰਾਬ ਹੈਗੀ ਹੈ। ਜਿੱਦਾਂ ਮੰਨ ਲਓ ਆਪਾਂ ਇੱਕ ਰਾਤ ਨੂੰ ਸੁੱਤੇ ਸੁੱਤੇ ਕਿਤੇ ਚੈਸਟ ਪੇਨ ਹੋ ਗਈ ਅਤੇ ਬੰਦੇ ਨੂੰ ਐਂ ਲੱਗਦਾ ਵੀ ਕੋਈ ਸ਼ਾਇਦ ਹਾਰਟ ਅਟੈਕ ਨਾ ਆ ਗਿਆ, ਸ਼ਾਇਦ ਹਾਰਟ ਅਟੈਕ ਹੋਵੇ। ਅੱਛਾ ਜੀ। ਅਤੇ ਉਸ ਟਾਈਮ ਕੀ ਹੁੰਦਾ, ਉਸ ਹਾਲਤ ਦੇ ਵਿੱਚ ਅਸੀਂ ਚਲੋ ਜੇ ਚਲੇ ਗਏ ਹਾਂ ਆਪਣੇ ਹਸਪਤਾਲ ਦੇ ਵਿੱਚ ਚਲੇ ਗਏ ਹਾਂ,
ਅਤੇ ਉੱਥੇ ਅਮੂਮਨ ਜੋ ਦੇਖਿਆ ਗਿਆ ਹੈ ਕਿ ਇਹ ਹੀ ਹੁੰਦਾ ਹੈ ਕਿ ਨਾ ਜੀ ਤੁਹਾਡੀ ਹਾਲਤ ਬਹੁਤ ਜ਼ਿਆਦਾ ਖਰਾਬ ਹੈਗੀ ਆ, ਤੁਸੀਂ ਚੱਲ ਕੇ ਕਿਵੇਂ ਆਏ ਹੋ ਜਾਂ ਇੱਥੇ ਤਾਂ ਤੁਸੀਂ ਕਿੱਦਾਂ ਪਹੁੰਚ ਗਏ ਹੋ, ਤੁਹਾਡੀ ਬਹੁਤ ਅੱਛੀ ਕਿਸਮਤ ਹੈਗੀ ਆ। ਅਤੇ ਉਹ ਜੋ ਇਨਸਾਨ ਹੁੰਦਾ ਹੈ ਹੋਰ ਵੀ ਘਬਰਾ ਜਾਂਦਾ ਹੈ, ਡਰ ਜਾਂਦਾ ਕਿ ਪਤਾ ਨਹੀਂ ਕਿ ਇੱਕਦਮ ਜੋ ਚੀਜ਼ ਹੋ ਗਈ ਹੈਗੀ ਆ। ਅਤੇ ਜੋ ਡਾਕਟਰ ਸਾਹਿਬ ਜੋ ਉਹ ਤਾਂ ਗਲਤ ਹੋ ਨਹੀਂ ਸਕਦੇ, ਅਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਵੀ ਚਲੋ ਜੀ ਤੁਸੀਂ ਹੁਣੇ ਆਪਰੇਸ਼ਨ ਥੀਏਟਰ ਲਿਆਓ, ਇਹ ਤਾਂ ਜੀ ਹਾਰਟ ਦੀ ਸਰਜਰੀ ਹੋਣੀ ਹੈ, ਮੇਜਰ ਪ੍ਰੋਬਲਮ ਹੈਗੀ ਆ, ਅਤੇ ਤੁਸੀਂ ਆਪਰੇਸ਼ਨ ਦੀ ਤਿਆਰੀ ਕਰੋ ਜੀ। ਜੀ ਸੋ ਉਸ ਟਾਈਮ ਉਹਦੇ ਕੋਈ ਹੋਰ ਕੋਈ ਆਪਸ਼ਨ ਹੁੰਦੀ ਨਹੀਂ ਹੈ, ਕਿਉਂਕਿ ਘਬਰਾਹਟ 'ਚ ਪਹਿਲਾਂ ਹੀ ਹੁੰਦਾ ਹੈਗਾ ਆ, ਉੱਤੋਂ ਡਾਕਟਰ ਸਾਹਿਬ ਨੇ ਇਹ ਗੱਲ ਕਹਿਤੀ ਆ, ਅਤੇ ਫਿਰ ਉਹਦਾ ਜੋ ਸ਼ੱਕ ਹੁੰਦਾ ਹੈਗਾ ਉਹ ਵਿੱਚ ਅਸਲੀਅਤ ਦੇ ਵਿੱਚ ਬਦਲ ਜਾਂਦਾ ਕਿ ਨਹੀਂ ਤਾਂ ਹੁਣ ਜ਼ਰੂਰੀ ਹੈਗਾ ਆ। ਅਤੇ ਉਸ ਟਾਈਮ ਕੀ ਹੁੰਦਾ ਹੈਗਾ ਕਿ ਉਹ ਪੈਨਿਕ ਦੇ ਵਿੱਚ ਉਸ ਹਾਲਤ ਦੇ ਵਿੱਚ ਜਦੋਂ ਵੀ ਕੋਈ ਇਹੋ ਜਿਹੀ ਚੀਜ਼ ਕੀਤੀ ਜਾਂਦੀ ਹੈ ਅਤੇ ਉਹ ਅੰਦਰ ਉਹਦੇ ਕਿਉਂਕਿ ਸਹਿਮਿਆ ਹੈ ਪਹਿਲਾਂ ਹੀ, ਡਰ ਹੈ, ਔਰ ਕਈਆਂ ਦੀ ਇਹ ਦੇਖਿਆ ਗਿਆ ਹੈ ਕਿ ਓਪਰੇਸ਼ਨ ਟੇਬਲ ਦੇ ਉੱਤੇ ਹੀ ਡੈਥ ਤੱਕ ਹੋ ਜਾਂਦੀ ਹੈਗੀ। ਜੀ ਜੀ। ਸੋ ਇੰਨਾ ਉਹਨੂੰ ਇਸ ਚੀਜ਼ ਦਾ ਡਰ ਹੁੰਦਾ ਹੈ ਜਾਂ ਸਦਮਾ ਹੁੰਦਾ ਹੈਗਾ। ਸੋ ਜੇ ਇਹ ਸਾਡੇ ਕੋਲ ਬੇਸਿਕ ਨੌਲੇਜ ਹੈ ਕਿ ਆਪਣੇ ਆਪ ਨੂੰ ਇਹ ਜਿਹੜਾ ਹੈਗਾ ਅਸੀਂ ਉਸ ਚੀਜ਼ ਦੀ ਪਹਿਚਾਣ ਕਰ ਸਕੀਏ ਕਿ ਵਾਕਈ ਉਹ ਪ੍ਰੋਬਲਮ ਹੈ ਵੀ ਕਿ ਨਹੀਂ। ਜੀ ਜੀ। ਸੋ ਸਾਨੂੰ ਇਹਨਾਂ ਜਿਹੜੀਆਂ ਹੈਗੀਆਂ ਜੋ ਵੀ ਪਰੇਸ਼ਾਨੀਆਂ ਦਾ ਜੋ ਆਉਂਦੀਆਂ ਹਨ ਇਹਨਾਂ ਤੋਂ ਬਚਿਆ ਜਾ ਸਕਦਾ ਹੈਗਾ। ਤੋ ਬਚਿਆ ਹੀ ਨਹੀਂ ਜਾ ਸਕਦਾ, ਅਸੀਂ ਉਹਦਾ ਜੋ ਹੈਗਾ ਉਪਚਾਰ ਇਲਾਜ ਵੀ ਕਰ ਸਕਦੇ ਹਾਂ ਆਪਣੇ ਆਪ। ਅੱਛਾ ਜੀ। ਸੋ ਬਸ ਇਹ ਹੈਗੀ ਆ ਕਿ ਅਵੇਅਰਨੈਸ ਦੀ ਲੋੜ ਹੈਗੀ ਆ ਕਿ ਸਾਨੂੰ ਉਸ ਚੀਜ਼ ਦਾ ਪਤਾ ਹੋਣਾ ਚਾਹੀਦਾ ਹੈਗਾ, ਤਾਂ ਫਿਰ ਇਸ ਚੀਜ਼ ਦੀ ਹੈਗੀ ਆ ਐਮਰਜੈਂਸੀ ਨੂੰ ਅਸੀਂ ਡੀਲ ਕਰ ਸਕਦੇ ਹੈਗੇ ਜੀ। ਇਹ ਜੇ ਤੁਸੀਂ ਆਪਾਂ ਨੂੰ ਸਾਡੇ ਦਰਸ਼ਕਾਂ ਨੂੰ ਵੀ ਦੱਸ ਸਕੋ ਕਿ ਕਿਹੜਾ ਕਿਹੜਾ ਪੁਆਇੰਟ ਹੈ ਅਤੇ ਆਪਾਂ ਨੂੰ ਕਿਵੇਂ ਕਿਵੇਂ ਡਾਇਗਨੋਸ ਕਰ ਸਕਦੇ। ਫੋਰ ਐਗਜ਼ਾਮਪਲ ਜੇ ਆਪਾਂ ਹਾਰਟ ਅਟੈਕ ਦੀ ਹੀ ਗੱਲ ਕਰ ਲਈਏ, ਜਿੱਥੋਂ ਆਪਾਂ ਇਹ ਗੱਲ ਸ਼ੁਰੂ ਕਰ ਰਹੇ ਹਾਂ ਵੀ ਉਹ ਹਾਰਟ ਅਟੈਕ ਦੀ ਦਰਦ ਹੈ ਜਾਂ ਕਿਤੇ ਗੈਸ ਆ ਜਾਂ ਮੇਦੇ ਦੀ ਕੋਈ ਪ੍ਰੋਬਲਮ ਆ ਜਾਂ ਕਾਹਦੀ ਚੱਕਰ ਆ, ਉਹ ਕਿੱਦਾਂ ਪਤਾ ਲਾਇਆ ਜਾ ਸਕਦਾ? ਇਸ ਤਰ੍ਹਾਂ ਹੈ ਗੁਰਪ੍ਰੀਤ ਸਿੰਘ ਜੀ, ਕੁਦਰਤ ਨੇ ਜੋ ਸਾਡੀ ਬੋਡੀ ਦੀ ਜੋ ਰਚਨਾ ਰਚੀ ਨਾ, ਇਹ ਬਹੁਤ ਕਮਾਲ ਹੈ। ਐਕਚੁਅਲੀ ਕੁਦਰਤ ਨੇ ਸਾਨੂੰ ਕਿਸੇ ਵੀ ਚੀਜ਼ ਦੇ ਮਹਤਾਜ ਨਹੀਂ ਬਣਾਇਆ। ਅੱਛਾ ਜੀ। ਕੁਦਰਤ ਨੇ ਸਾਨੂੰ ਸਾਰੀਆਂ ਚੀਜ਼ਾਂ ਜੋ ਸਾਡੀ ਜ਼ਿੰਦਗੀ ਲਈ ਜ਼ਰੂਰੀ ਹਨ ਉਹ ਸਾਡੇ ਆਸ ਪਾਸ ਹੀ ਰੱਖੀਆਂ ਹਨ, ਔਰ ਲੋੜ ਹੈ ਸਿਰਫ ਉਹਨਾਂ ਚੀਜ਼ਾਂ ਨੂੰ ਪਹਿਚਾਨਣ ਦੀ, ਉਹਨਾਂ ਚੀਜ਼ਾਂ ਬਾਰੇ ਨੌਲੇਜ ਹੋਣ ਦੀ। ਸੋ ਜਿਸ ਤਰ੍ਹਾਂ ਤੁਸੀਂ ਹਾਰਟ ਅਟੈਕ ਦੀ ਗੱਲ ਕੀਤੀ ਹੈ ਕਿ ਹਾਰਟ ਅਟੈਕ ਕੀ ਹੈਗਾ ਆ, ਕਿ ਇਹ ਜੋ ਹੱਥ ਹੈ ਸਾਡਾ ਖੱਬੇ ਹੱਥ ਦੀ ਮੈਂ ਗੱਲ ਕਰਦਾ ਹੈ, ਇਹਦੀ ਇਹ ਜੋ ਛੋਟੀ ਉਂਗਲੀ ਹੈ, ਛੋਟੀ ਉਂਗਲੀ ਦੇ ਨੀਚੇ ਬਿਲਕੁਲ ਇਹ ਜੋ ਪੁਆਇੰਟ ਹੈਗਾ ਆ ਜੀ ਜੀ, ਇਹ ਪੁਆਇੰਟ ਇਹ ਹਾਰਟ ਦਾ ਹੈ। ਤਲੀ ਦੇ ਇੱਥੇ ਸੈਂਟਰ 'ਚ ਜਾ ਕੇ ਪੈ ਗਿਆ? ਨਹੀਂ ਜੀ, ਤਲੀ ਨਾ ਜੀ, ਇਹ ਜੋ ਖੱਬੀ ਆਪਣੇ ਛੋਟੀ ਉਂਗਲੀ ਹੈ, ਚੀਚੀ ਹੈ, ਚੀਚੀ ਦੇ ਸਾਰੇ ਚੀਚੀ ਦੇ ਬਿਲਕੁਲ ਆਹ ਜੋ ਫਲੈਂਜ ਹੈ ਆਪਣਾ ਇਹਨਾਂ ਹਿੱਸੇ ਨੂੰ ਛੱਡ ਕੇ ਇਸ ਲਾਈਨ ਦੇ ਉੱਤੇ ਆ ਨੀਚੇ ਬਿਲਕੁਲ ਇੱਥੇ ਜੀ, ਹਾਂਜੀ, ਇਸ ਪੁਆਇੰਟ ਦੇ ਉੱਤੇ ਇਹ ਹਾਰਟ ਦਾ ਪੁਆਇੰਟ ਹੈਗਾ। ਠੀਕ ਹੈ ਜੀ। ਸੋ ਅਸੀਂ ਇਹਨੂੰ ਜਿਹੜੇ ਦਵਾਵਾਂਗੇ ਪ੍ਰੈਸ਼ਰ ਦੇਵਾਂਗੇ ਤਾਂ ਸਾਨੂੰ ਜੇ ਤਾਂ ਇੱਥੇ ਦਰਦ ਹੈਗੀ ਆ ਸਾਨੂੰ ਪਤਾ ਲੱਗ ਜਾਏ ਕਿ ਹਾਂ ਕੋਈ ਪ੍ਰੋਬਲਮ ਹੈਗੀ ਆ ਹਾਰਟ ਦੀ, ਹਾਰਟ ਦੀ। ਤਾਂ ਇੱਥੇ ਅਸੀਂ ਸਿਰਫ 2 ਮਿੰਟ ਅਸੀਂ ਸਿਰਫ ਪ੍ਰੈਸ਼ਰ ਦੇਵਾਂਗੇ ਤਾਂ ਅਸੀਂ ਦੇਖਾਂਗੇ ਕਿ ਸਾਡੀ ਉਹ ਜਿਹੜੀ ਹੈਗੀ ਆ ਪ੍ਰੋਬਲਮ ਉਹ ਹਟ ਗਈ ਆ ਜਾਂ ਘੱਟ ਰਹੀ ਹੈਗੀ ਆ। ਔਰ ਇਹਦੇ ਉੱਤੇ ਜੇ ਅਸੀਂ ਰੈਗੂਲਰ ਪ੍ਰੈਸ਼ਰ ਦੇਵਾਂਗੇ ਇਸ ਪੁਆਇੰਟ ਦੇ ਉੱਤੇ ਤਾਂ ਇਹ ਜੋ ਹੈਗੀ ਆ ਹਾਰਟ ਦੀ ਪ੍ਰੋਬਲਮ ਹੱਲ ਵੀ ਹੋ ਸਕਦੀ ਹੈਗੀ ਪਰਮਾਨੈਂਟ। ਅੱਛਾ ਜੀ। ਇੱਥੇ ਤੱਕ ਹੈਗਾ ਕਿ ਜਿਹਨਾਂ ਦੀ ਹੁਣ ਹਾਰਟ ਬਲੋਕਸਿਸ ਹੁੰਦੀਆਂ ਹਨ ਅਸੀਂ ਆਮ ਇਹਨਾਂ ਚੀਜ਼ਾਂ ਤੋਂ ਬਹੁਤ ਘਬਰਾ ਜਾਂਦੇ ਹੈਗੇ ਹਾਂ ਜੀ ਜੀ। ਸੋ ਸਿਰਫ ਥੋੜ੍ਹਾ ਜਿਹਾ ਰੋਜ਼ ਥੋੜ੍ਹਾ ਜਿਹਾ ਟਾਈਮ ਇਸ ਪਾਸੇ ਦੇਣ ਦੀ ਲੋੜ ਹੈਗੀ ਆ, ਸਿਰਫ ਅਤੇ ਸਿਰਫ 2 ਮਿੰਟ ਜੀ। ਕਿਸੇ ਵੀ ਪੁਆਇੰਟ ਨੂੰ ਅਸੀਂ 2 ਮਿੰਟ ਤੋਂ ਜ਼ਿਆਦਾ ਪ੍ਰੈਸ਼ਰ ਨਹੀਂ ਕਰਨਾ, 30 ਸੈਕਿੰਡ ਤੋਂ ਲੈ ਕੇ 2 ਮਿੰਟ ਦਾ ਟਾਈਮ ਮੈਕਸੀਮਮ ਹੈਗਾ ਆ। ਸੋ ਅਸੀਂ ਉੱਥੇ ਪ੍ਰੈਸ਼ਰ ਦੇਵਾਂਗੇ, ਰੈਗੂਲਰ ਦੇਵਾਂਗੇ ਖਾਲੀ ਪੇਟ, ਤਾਂ ਇਹ ਜੋ ਪ੍ਰੋਬਲਮ ਹੈਗੀ ਆ ਈਵਨ ਜਿਹੜੀਆਂ ਬਲੋਕੇਜ ਹੈਗੀਆਂ ਉਹ ਵੀ ਕਲੀਅਰ ਹੋ ਜਾਂਦੀਆਂ ਹਨ, ਅਸੀਂ ਲੰਬੇ ਸਮੇਂ ਤੱਕ ਕਰਾਂਗੇ। ਅੱਛਾ, ਐਡਾ ਇੰਪੋਰਟੈਂਟ ਪੁਆਇੰਟ ਹੈਗਾ ਆ। ਸੋ ਦੂਸਰੀ ਗੱਲ ਇਹ ਹੈਗੀ ਆ ਕਿ ਹੁਣ ਆਇਆ ਇਹ ਵਾਕਈ ਹਾਰਟ ਦੀ ਪ੍ਰੋਬਲਮ ਸੀ ਜਾਂ ਕੋਈ ਪੇਟ ਦੀ ਪ੍ਰੋਬਲਮ ਸੀ, ਸੋ ਜੋ ਪੇਟ ਦੀ ਹੈਗੀ ਆ ਤਾਂ ਉਹ ਵੀ ਸਾਨੂੰ ਨਾਲ ਹੀ ਚੈੱਕ ਕਰ ਲੈਣੀ ਚਾਹੀਦੀ। ਜੋ ਪੇਟ ਦਾ ਪੁਆਇੰਟ ਹੈਗਾ ਉਹ ਮੰਨ ਲਓ ਸਾਡਾ ਇਹ ਪੁਆਇੰਟ ਹੈਗਾ ਆ, ਅੱਛਾ, ਉਂਗਲ ਦੇ ਦੂਸਰੇ। ਹਾਂਜੀ ਹਾਂਜੀ। ਸੋ ਇਹ ਪੁਆਇੰਟ ਦੇ ਉੱਤੇ ਅਸੀਂ ਆਪਾਂ ਜਿਹੜਾ ਹੈਗਾ ਥੋੜ੍ਹਾ ਪ੍ਰੈਸ਼ਰ ਦੇਵਾਂਗੇ, ਪ੍ਰੈਸ਼ਰ ਦੇਣ ਨਾਲ ਸਾਨੂੰ ਪਤਾ ਲੱਗ ਜਾਏਗਾ ਕਿ ਵਾਕਈ ਕੋਈ ਸਾਡੀ ਕੋਈ ਪੇਟ ਦੀ ਪ੍ਰੋਬਲਮ ਵੀ ਹੈਗੀ ਆ ਕਿ ਨਹੀਂ। ਅੱਛਾ ਜੀ। ਅਤੇ ਜੇ ਪੇਟ ਦੀ ਪ੍ਰੋਬਲਮ ਹੈਗੀ ਆ ਤਾਂ ਮਤਲਬ ਇੱਥੇ ਅਸੀਂ ਜਿਹੜਾ ਹੈਗਾ ਇਸ ਪੁਆਇੰਟ ਦੇ ਉੱਤੇ ਅਸੀਂ ਪ੍ਰੈਸ਼ਰ ਦੇਵਾਂਗੇ ਅਤੇ ਉਹਦੇ ਨਾਲ ਜੋ ਸਾਡੀ ਉਹ ਚੀਜ਼ ਹੈਗੀ ਆ ਉਹ ਹੱਲ ਹੋ ਜਾਏਗੀ ਅਤੇ ਸਾਨੂੰ ਉਸੇ ਟਾਈਮ ਜਿਹੜਾ ਹੈਗਾ ਸਾਨੂੰ ਆਰਾਮ ਵੀ ਮਹਿਸੂਸ ਹੋਏਗਾ ਜੀ ਜੀ, ਅਤੇ ਸਾਡੀ ਜੋ ਐਮਰਜੈਂਸੀ ਹੈਗੀ ਆ ਉਹ ਇੱਕ ਕਿਸਮ ਦੀ ਪੇ ਟਲ ਜਾਏਗੀ। ਮਤਲਬ ਜੇ ਆਪਾਂ ਇਹ ਜੇ ਹੁਣ ਮੈਂ ਸਮਝ ਰਿਹਾ ਜੀ, ਮੈਂ ਆਪਣੇ ਥੋੜ੍ਹਾ ਦਰਸ਼ਕਾਂ ਨੂੰ ਹੋਰ ਐਲੈਬੋਰੇਟ ਕਰਾਂ ਕਿ ਜੇ ਰਾਤ ਨੂੰ ਜਾਂ ਕਿਸੇ ਵੀ ਟਾਈਮ ਤੁਹਾਨੂੰ ਲੱਗਦਾ ਕਿ ਚੈਸਟ ਪੇਨ ਹੋਈ ਜਾਣ, ਤੁਹਾਨੂੰ ਐਂ ਲੱਗਿਆ ਕਿ ਕੋਈ ਹਾਰਟ ਦੀ ਪ੍ਰੋਬਲਮ ਹੈ ਜਾਂ ਪੇਟ ਦੀ ਪ੍ਰੋਬਲਮ ਹੈ, ਤਾਂ ਆਪਾਂ ਨੂੰ ਹੱਥ ਤੋਂ ਦੇਖ ਸਕਦੇ ਹਾਂ ਦੋਨੋਂ ਪੁਆਇੰਟਸ। ਡਾਕਟਰ ਸਾਹਿਬ ਦੱਸੇ ਮੈਂ ਨਾ ਸਰ ਦੋਨੋਂ ਪੁਆਇੰਟ ਇੱਕ ਵਾਰ ਦੁਬਾਰਾ ਤੁਸੀਂ ਜੇ ਕੈਮਰੇ ਦੇ ਸਾਹਮਣੇ ਜੀ ਜੀ, ਹੱਥ ਦਾ ਜਿਹੜਾ ਪੁਆਇੰਟ ਹੈਗਾ ਜੀ ਉਹ ਤਾਂ ਹੈਗਾ ਇਹ ਪੁਆਇੰਟ ਇਹ ਹਾਰਟ ਦਾ ਜੀ, ਹਾਰਟ ਸੋਰੀ ਹਾਂ ਹਾਰਟ ਜਿਹੜਾ ਆਪਣੇ ਹਾਰਟ ਦਾ ਇਹ ਹੈਗੀ ਆ ਚੀਚੀ ਦੇ ਨੀਚੇ ਇਹ ਜੋ ਲਾਈਨ ਹੈਗੀ ਆ ਜਿਹਨੂੰ ਆਪਾਂ ਹੈ ਆਪਣੇ ਕਿਉਂ ਕਹਿੰਦੇ ਹੈਗੇ ਹਾਂ ਇਸ ਲਾਈਨ ਦਾ ਹੈਡ ਦੀ ਲਾਈਨ ਹੈਗੀ,
ਠੀਕ ਹੈ ਜੀ। ਇਹ ਜੋ ਪੁਆਇੰਟ ਹੈਗਾ ਇਹਦੇ ਉੱਤੇ ਪ੍ਰੈਸ ਕਰਕੇ ਅਸੀਂ ਦੇਖ ਸਕਦੇ ਹਾਂ ਹਾਰਟ ਦਾ, ਹਾਂਜੀ ਜੇ ਤਾਂ ਇੱਥੇ ਕੋਈ ਪੇਨ ਹੈਗੀ ਆ ਤਾਂ ਇਹਦਾ ਮਤਲਬ ਕੋਈ ਹਾਰਟ ਦੀ ਪ੍ਰੋਬਲਮ ਹੈਗੀ ਆ ਥੋੜ੍ਹੀ ਬਹੁਤੀ, ਔਰ ਅਸੀਂ ਉਹਦੀ ਜੋ ਹੈਗਾ ਬੇਸਿਕ ਟ੍ਰੀਟਮੈਂਟ ਵੀ ਦੇ ਸਕਦੇ ਹਾਂ ਇਹਦੇ ਉੱਤੇ 2 ਮਿੰਟ ਦਵਾ ਦੇ ਕੇ, ਜੇ ਤਾਂ ਉਹਦੇ ਵਿੱਚ ਸਾਨੂੰ ਥੋੜ੍ਹਾ ਆਰਾਮ ਮਿਲਦਾ ਹੈਗਾ ਆ ਜੀ ਅਤੇ ਅਸੀਂ ਜਿਹੜਾ ਹੈਗਾ ਆ ਉਸਨੂੰ ਮਤਲਬ ਉਸਦਾ ਉਪਚਾਰ ਕਰ ਸਕਦੇ ਹੈਗੇ ਹਾਂ। ਅਤੇ ਜੇ ਉਹ ਪੇਨ ਫਰਜ਼ ਕੀਤਾ ਜ਼ਿਆਦਾ ਦੇਰ ਚੱਲਦੀ ਹੈਗੀ ਜਾਂ ਜੇ ਉਸ ਤਰ੍ਹਾਂ ਉਹਦੀ ਜੋ ਮਤਲਬ ਇੰਟੈਂਸਿਟੀ ਹੈਗੀ ਉਨੀ ਹੈਗੀ ਆ ਅਤੇ ਫਿਰ ਸਾਨੂੰ ਉਹਦੀ ਜਿਹੜੀ ਹੈਗੀ ਆ ਮੈਡੀਕਲ ਏਡ ਉਹ ਲੈਣੀ ਚਾਹੀਦੀ। ਅਤੇ ਜਿਹੜਾ ਤੁਸੀਂ ਪੇਟ ਦੇ ਲਈ ਦੱਸਿਆ ਉਹ ਉਂਗਲ ਦੂਸਰੀ ਉਂਗਲ ਦੇ ਥੱਲੇ ਨਹੀਂ, ਹਾਂਜੀ ਹਾਂਜੀ ਉਹ ਹੈ ਬਿਲਕੁਲ ਇਹਦੇ ਨੀਚੇ ਆਹ ਜੋ ਪੁਆਇੰਟ ਹੈਗਾ ਆ ਇਹ ਪੁਆਇੰਟ, ਹਾਂ ਉੱਥੇ ਜਿਹੜਾ ਹੈਗਾ ਅਸੀਂ ਜਿਹੜੇ ਪ੍ਰੈਸ ਕਰਾਂਗੇ ਇਸ ਪੁਆਇੰਟ ਨੂੰ ਜੀ ਜੀ ਅਤੇ ਇੱਥੋਂ ਸਾਨੂੰ ਪਤਾ ਲੱਗ ਜਾਏਗਾ ਕਿ ਪੇਟ ਦੀ ਖਰਾਬੀ ਹੈਗੀ ਆ ਕੋਈ, ਸੋ ਇਹਦੇ ਉੱਤੇ ਪ੍ਰੈਸ ਕਰਕੇ ਅਸੀਂ 2 ਮਿੰਟ ਪ੍ਰੈਸ਼ਰ ਦੇਵਾਂਗੇ ਜੀ ਜੀ, ਸਾਨੂੰ ਉਹ ਜੋ ਹੈਗਾ ਆ ਉਹ ਜੀ ਚੀਜ਼ ਕਲੀਅਰ ਹੋ ਜਾਏਗੀ ਅਤੇ ਉਹਦੇ ਵਿੱਚ ਜੇ ਕੋਈ ਗੈਸ ਦੀ ਪ੍ਰੋਬਲਮ ਹੈਗੀ ਆ ਉਹ ਹੱਲ ਹੋ ਜਾਏਗੀ। ਅਤੇ ਬਾਕੀ ਜੇ ਮੈਂ ਪੁਆਇੰਟਸ ਦੀ ਗੱਲ ਕਰਦਾ, ਫੋਰ ਐਗਜ਼ਾਮਪਲ ਸਰਦਰਦ ਜਿਹੜਾ ਉਹ ਆਮ ਹੋ ਜਾਂਦਾ ਜੀ, ਕਈ ਵਾਰ ਬੰਦਾ ਕਹਿੰਦਾ ਜੀ ਸਫ਼ਰ ਦਾ ਕਰਕੇ ਹੋ ਗਿਆ, ਕਈ ਵਾਰਾਂ ਜੀ ਟੈਨਸ਼ਨ ਦਾ ਕਰਕੇ ਹੋ ਗਿਆ, ਕਈ ਵਾਰਾਂ ਕੁਛ ਖਾਧੇ ਪੀਤੇ ਦਾ ਕਰਕੇ ਹੋ ਗਿਆ ਜਾਂ ਨਜ਼ਰ ਦੀ ਕਮਜ਼ੋਰੀ ਦਾ ਕਰਕੇ ਹੋ ਗਿਆ, ਇਹ ਕਿਵੇਂ ਡਾਇਗਨੋਸ ਕੀਤਾ? ਸਿਰਦਰਦ ਦਾ ਜਿਹੜਾ ਪੁਆਇੰਟ ਹੈਗਾ ਮੇਨ ਹੈਗਾ ਇਹ ਹੈਗਾ ਆ ਅੰਗੂਠਾ ਹੈ ਸਾਡਾ। ਅੱਛਾ ਜੀ, ਸੋ ਇਹ ਅੰਗੂਠੇ ਦੇ ਬਿਲਕੁਲ ਆਹ ਪੁਆਇੰਟ ਜੋ ਹੈਗਾ ਆ ਸੈਂਟਰ 'ਚ, ਇਹ ਹਾਂਜੀ ਇਹ ਸਿਰਦਰਦ ਦਾ ਹੈਗਾ ਆ, ਇਹਦੇ ਆਪਾਂ ਸਿਰਫ 2 ਮਿੰਟ ਇੱਥੇ ਪ੍ਰੈਸ਼ਰ ਦੇਵਾਂਗੇ ਤਾਂ ਜਿਹੜੀ ਸਾਡੀ ਸਿਰਦਰਦ ਜਿਹੜੀ ਹੈਗੀ ਆ ਉਹ ਠੀਕ ਹੋ ਗਈ। ਇੱਕ ਇਹ ਪੁਆਇੰਟ ਹੈਗਾ ਆ, ਔਰ ਦੂਸਰਾ ਜਿਹੜਾ ਪੁਆਇੰਟ ਹੈਗਾ ਆ ਬਿਲਕੁਲ ਇਸ ਦੇ ਆਪ ਬੈਕ ਸਾਈਡ ਦੇ ਉੱਤੇ ਜੇ ਆਪਾਂ ਹੱਥ ਨੂੰ ਇਸ ਤਰ੍ਹਾਂ ਕਰੀਏ ਤਾਂ ਇਹ ਜੋ ਪੁਆਇੰਟ ਹੈਗਾ ਆ ਇਹ ਵੀ ਸਿਰਦਰਦ ਦਾ ਹੈਗਾ ਆ। ਇਹਨਾਂ 2 ਪੁਆਇੰਟਾਂ ਦੇ ਉੱਤੇ ਆਪਾਂ ਜਿਹੜਾ ਹੈਗਾ ਪ੍ਰੈਸ਼ਰ ਦੇਵਾਂਗੇ ਤਾਂ ਜਿਹੜੀ ਸਿਰਦਰਦ ਹੈਗੀ ਸਾਡੀ ਉਹ ਖਤਮ ਹੋ ਸਕਦੀ ਹੈਗੀ ਆ। ਅਤੇ ਇਹ ਇੱਥੋਂ ਆਪਾਂ ਇਹ ਵੀ ਪਤਾ ਕਰ ਸਕਦੇ ਹਾਂ ਕਿ ਇਹ ਮਾਈਗ੍ਰੇਸ਼ਨ ਹੈ ਕੀ ਇਹਨੂੰ ਕਹਿੰਦੇ ਜੀ ਮਾਈਗ੍ਰੇਨ? ਹਾਂ ਜਿਹੜੀ ਮਾਈਗ੍ਰੇਨ ਹੈਗੀ ਆ ਮਾਈਗ੍ਰੇਨ ਦਾ ਜੋ ਤਲਕ ਹੈਗਾ ਆ ਉਹ ਸਾਡੇ ਆਪਣਾ ਜਿਹੜਾ ਹੈਗਾ ਮੇਨ ਸਾਈਨਸ ਦੇ ਨਾਲ ਵੀ ਹੈਗਾ ਆ। ਹਾਂਜੀ ਹਾਂਜੀ, ਜਦੋਂ ਸਾਡੇ ਬ੍ਰੇਨ ਨੂੰ ਪ੍ਰੋਪਰ ਆਪਣੇ ਆਕਸੀਜਨ ਦੀ ਸਪਲਾਈ ਨਹੀਂ ਮਿਲਦੀ ਉਹਦੇ ਵਿੱਚ ਕੀ ਹੈਗੇ ਨੇ ਇਹ ਸਾਡੇ ਪੁਆਇੰਟਸ ਹੈਗੇ ਹਨ, ਜਿਸ ਤਰ੍ਹਾਂ ਇਹ ਪੁਆਇੰਟ ਹੈਗਾ ਆ ਇਹਦੇ ਨਾਲ ਸਾਡਾ ਕੋਈ ਵੀ ਜਿਸ ਤਰ੍ਹਾਂ ਹੈਗੀਆਂ ਨੇ ਨਿਸ਼ਚੈ ਆਉਂਦੀਆਂ ਹੈਗੀਆਂ ਨੇ, ਨੱਕ ਵਗਦਾ ਹੈਗਾ ਆ ਜੀ ਜੀ, ਅਤੇ ਜਾਂ ਜਿਹੜੀ ਹੈਗੀ ਆਪਣੇ ਇਰੀਟੇਸ਼ਨ ਹੈਗੀ ਆ ਨੱਕ ਦੇ ਵਿੱਚ, ਸਿਰਦਰਦ ਵੀ ਹੈਗੀ ਆ, ਉਹਦੇ ਨਾਲ ਇਹ ਜੋ ਪੁਆਇੰਟ ਹੈਗਾ ਇਹਨੂੰ ਕਰਕੇ ਇਹ ਸਾਰੀ ਉਂਗਲਾਂ ਦੇ। ਅੱਛਾ ਜੀ, ਹਾਂਜੀ 4 ਉਂਗਲਾਂ ਦੇ ਇਹ ਪੁਆਇੰਟ ਅਸੀਂ ਆਪਾਂ ਦਵਾਵਾਂਗੇ 2-2 ਮਿੰਟ ਅਤੇ ਇਹ ਜਿਹੀ ਹੈਗੀ ਸਾਡੀ ਪ੍ਰੋਬਲਮ ਈਵਨ ਮਾਈਗ੍ਰੇਨ ਤੱਕ ਵੀ ਇਹ ਜਿਹੜੀ ਹੈਗੀ ਆ ਉਹ ਸਹੀ ਹੋ ਸਕਦੀ ਹੈ। ਸਹੀ ਹੋ ਸਕਦੀ, ਸੋ ਆਪਾਂ ਇਹਦੇ ਤੋਂ ਜੱਜ ਕਰ ਸਕਦੇ ਹਾਂ ਤੋਂ ਆਪਾਂ ਪਤਾ ਲਾ। ਬਿਲਕੁਲ ਬਿਲਕੁਲ, ਇਹ ਮੈਂ ਦੱਸਦਾ ਜੀ ਆਪਣੇ ਦਰਸ਼ਕਾਂ ਨੂੰ ਇੱਕ ਵਾਰ ਦੁਬਾਰਾ ਕਿ ਅੱਜ ਅਸੀਂ ਇਹ ਜਿਹੜੀ ਸ਼ੁਰੂਆਤ ਦੇ ਵਿੱਚ ਵਿਚਾਰ ਚਰਚਾ ਕਰ ਰਹੇ ਹਾਂ, ਬਹੁਤ ਸਾਰੇ ਤੁਹਾਡੇ ਸਵਾਲ ਵੀ ਆ ਰਹੇ ਨੇ, ਆਪਾਂ ਉਹਨਾਂ ਸਵਾਲਾਂ ਨੂੰ ਵੀ ਮੈਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਐਡ ਆਨ ਕਰਾਂਗਾ, ਡਾਕਟਰ ਸਾਹਿਬ ਕੋਲੋਂ ਆਪਾਂ ਉਹਨਾਂ ਦੇ ਹੱਲ ਵੀ ਜਾਣਾਂਗੇ। ਪਰ ਅੱਜ ਅਸੀਂ ਇਹ ਜਿਹੜੀ ਚੀਜ਼ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸ ਰਹੇ ਹਾਂ, ਇਹ ਚੀਜ਼ ਇਸ ਕਰਕੇ ਦੱਸ ਰਹੇ ਹਾਂ ਤਾਂ ਜੋ ਬਹੁਤ ਵਾਰ ਆਪਣੇ ਕੋਲ ਕੋਈ ਇਮੀਡੀਏਟ ਤਰੀਕਾ ਨਹੀਂ ਹੁੰਦਾ ਕਿਸੇ ਵੀ ਪੇਨ ਤੋਂ ਰਿਲੀਫ ਹਾਸਲ ਕਰਨ ਦਾ, ਸੋ ਉਹ ਕਾਰਨ ਕੀ ਆ ਉਹ ਵੀ ਪਤਾ ਲੱਗ ਸਕਦਾ ਅਤੇ ਉਹਦਾ ਆਪਾਂ ਇਮੀਡੀਏਟ ਜੇ ਕੋਈ ਹੱਲ ਕਰਨਾ ਹੋਵੇ ਤਾਂ ਉਹ ਵੀ ਆਪਾਂ ਕਰ ਸਕਦੇ। ਜੀ ਜੀ ਬਿਲਕੁਲ, ਸੋ ਇਹ ਬੜਾ ਜ਼ਰੂਰੀ ਹੈ। ਅਤੇ ਇਸ ਤੋਂ ਇਲਾਵਾ ਜੇ ਬਾਕੀ ਪੁਆਇੰਟਸ ਕੋਈ ਇੰਪੋਰਟੈਂਟ ਤੁਸੀਂ ਪਹਿਲਾਂ ਦੱਸਣੇ ਚਾਹੋ ਤਾਂ ਮੈਂ ਇਸ ਤੋਂ ਪਹਿਲਾਂ ਕਿ ਬਾਕੀ ਸਵਾਲਾਂ 'ਤੇ। ਹਾਂ ਬਿਲਕੁਲ ਜੀ, ਆਮ ਦੇਖਿਆ ਗਿਆ ਹੈਗਾ ਕਿ ਬੱਚਿਆਂ ਦੇ ਵਿੱਚ ਬਹੁਤ ਪ੍ਰੋਬਲਮ ਹੁੰਦੀ ਆ, ਇੱਕ ਅੱਖ ਕਿਸੇ ਪਾਸੇ ਜਾ ਰਹੀ ਹੁੰਦੀ ਆ, ਦੂਜੀ ਅੱਖ ਕਿਸੇ ਪਾਸੇ ਜਾ ਰਹੀ ਹੁੰਦੀ ਆ, ਭੈਂਗਾਪਨ ਜਿਹਨੂੰ ਆਪਾਂ ਕਹਿੰਦੇ ਹੈਗੇ ਆ, ਅਤੇ ਜਾਂ ਹੋਰ ਵੀ ਕੋਈ ਅੱਖਾਂ ਦਾ ਰੋਗ ਹੈਗਾ ਆ, ਕਈਆਂ ਦੇ ਪਾਣੀ ਵਗਦਾ ਹੈ, ਕਈਆਂ ਦੇ ਵਿੱਚ ਕੋਈ ਵਿਜਨ ਦੀ ਪ੍ਰੋਬਲਮ ਹੈਗੀ ਆ ਵੈਸੇ ਜੀ, ਅਤੇ ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈਗਾ ਆ। ਇਹ ਪੁਆਇੰਟ ਹੈਗਾ ਆ, ਇਹ ਦੋ ਉਂਗਲਾਂ ਹਨ, ਇਹ 2 ਉਂਗਲਾਂ ਦੇ ਵਿੱਚ ਇਹ ਜੋ ਪੁਆਇੰਟ ਹੈਗਾ ਆ ਦਿਸ ਵਨ, ਠੀਕ ਹੈ, ਇਹ ਅੱਖਾਂ ਦਾ ਪੁਆਇੰਟ ਹੈਗਾ ਆ, ਇਹਦੇ ਉੱਤੇ ਆਪਾਂ ਪ੍ਰੈਸ਼ਰ ਦੇਵਾਂਗੇ 2 ਮਿੰਟ, ਅਤੇ ਜਿਹੜੀ ਹੈਗੀਆਂ ਅੱਖਾਂ ਸੰਬੰਧੀ ਜਿਹੜੇ ਸਾਡੇ ਰੋਗ ਹਨ ਉਹ ਖਤਮ ਹੋ ਸਕਦੇ ਹਨ, ਪੈਂਗਾਪਨ ਜਿਹੜਾ ਹੈਗਾ ਉਹ ਵੀ ਖਤਮ ਹੋ ਸਕਦਾ ਹੈਗਾ ਆ, ਔਰ ਅੱਖਾਂ ਦੇ ਵਿੱਚ ਕੋਈ ਪੇਨ ਹੈਗੀ ਆ ਉਹ ਵੀ ਮਤਲਬ ਖਤਮ ਹੋ ਸਕਦੀ ਆ। ਇਸੀ ਤਰ੍ਹਾਂ ਜਿਹੜਾ ਹੈਗਾ ਆ ਇਹ ਪੁਆਇੰਟ ਜਿਹੜਾ ਹੈਗਾ ਆ ਇਹ ਚੀਚੀ ਦੇ ਵਿੱਚ ਔਰ ਇਸ ਉਂਗਲੀ ਦੇ ਦਰਮਿਆਨ, ਇਹ ਜੋ ਪੁਆਇੰਟ ਹੈਗਾ ਇਹ ਕੰਨਾਂ ਦਾ ਪੁਆਇੰਟ ਹੈਗਾ ਆ। ਅੱਛਾ ਜੀ, ਕੰਨਾਂ ਦੇ ਵਿੱਚ ਦਰਦ ਹੈਗੀ ਆ ਜਾਂ ਕੰਨਾਂ ਦੇ ਵਿੱਚ ਕੋਈ ਸਮਝਦੇ ਕਿ ਉਹਦੇ ਵਿੱਚ ਕੋਈ ਚੀਜ਼ ਵਗ ਰਹੀ ਹੈ, ਕਈਆਂ ਦੇ ਪਸ ਵਗੈਰਾ ਆ ਜਾਂਦੀ ਹੈਗੀ ਆ ਜਾਂ ਪੇਨ ਹੈਗੀ ਆ ਬਹੁਤ ਜ਼ਿਆਦਾ ਹੈਗੀ ਆ, ਅਤੇ ਇਸ ਪੁਆਇੰਟ ਨੂੰ ਆਪਾਂ ਦਬਾ ਕੇ ਜਿਹੜਾ ਹੈਗਾ ਉਸ ਪੁਆਇੰਟ ਕੰਨਾਂ ਦਾ ਉਪਚਾਰ ਕਰ ਸਕਦੇ ਹਾਂ। ਇੱਥੇ ਤੱਕ ਹੈਗਾ ਕਿ ਜੇ ਇਸ ਪੁਆਇੰਟ ਦੇ ਉੱਤੇ ਲਗਾਤਾਰ ਕਾਫੀ ਲੰਬੇ ਅਰਸੇ ਲਈ ਇਹਦਾ ਉਪਚਾਰ ਕੀਤਾ ਜਾਵੇ ਇਸੇ ਤਰ੍ਹਾਂ ਹੀ, ਤਾਂ ਜਿਹੜਾ ਬੋਲਾਪਨ ਹੈਗਾ ਉਹ ਵੀ ਠੀਕ ਹੋ ਸਕਦਾ ਹੈਗਾ। ਅੱਛਾ ਜੀ, ਇੰਨਾ ਇੰਪੋਰਟੈਂਟ ਪੁਆਇੰਟ ਹੈ, ਕਈ ਵਾਰ ਜਿੱਦਾਂ ਮੰਨ ਲਓ ਕਿਸੇ ਨੂੰ ਸੁਣਾਈ ਘੱਟ ਦੇਣ ਲੱਗ ਗਿਆ। ਹਾਂਜੀ ਹਾਂਜੀ, ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈਗਾ ਇਹ ਪੁਆਇੰਟ, ਇਹ ਕੰਨਾਂ ਦਾ ਪੁਆਇੰਟ ਹੈਗਾ, ਇਹਦੇ ਉੱਤੇ ਆਪਾਂ 2 ਮਿੰਟ ਤੋਂ ਜ਼ਿਆਦਾ ਨਹੀਂ ਇੱਥੇ ਦਬਾ ਦੇਣਾ, ਉਹਨੂੰ ਆਪਾਂ ਹੈਗਾ ਆ ਦਬਾ ਇੰਨਾ ਦੇਣਾ ਹੈਗਾ ਕਿ ਸਾਨੂੰ ਉਹਦੀ ਜੋ ਪੇਨ ਹੈਗੀ ਉਹ ਮਹਿਸੂਸ ਹੋਵੇ। ਆਪਾਂ ਜੇਲੇ ਪੇਨ ਮਹਿਸੂਸ ਹੁੰਦੀ ਹੈਗੀ ਆ ਅਤੇ ਪੇਨ ਦਾ ਹੀ ਇਲਾਜ ਪੇਨ ਹੈ, ਪੇਨ ਹੀ ਆਪਾਂ ਕਰਨੀ ਹੈਗੀ ਆ ਤਾਂ ਕਿ ਇਹ ਨਰਵ ਐਂਡਿੰਗ ਜਿਹੜੀਆਂ ਹੈਗੀਆਂ ਜਿਹਨਾਂ ਦੇ ਉੱਤੇ ਸਟ੍ਰੈਸ
ਸੋ ਇਹ ਇਹ ਬੜਾ ਜ਼ਰੂਰੀ ਹੈ ਜੀ ਸਮਝਣਾ। ਮੇਰੇ ਖਿਆਲ ਨਾਲ ਤੁਸੀਂ ਇਹਨਾਂ ਪੁਆਇੰਟਸ ਨੂੰ ਸਮਝ ਵੀ ਲਿਆ ਹੋਏਗਾ। ਜੇ ਤੁਸੀਂ ਇਹਨੂੰ ਹੁਣੇ ਦੇਖਣਾ ਸ਼ੁਰੂ ਕੀਤਾ, ਤੁਸੀਂ ਸਾਡੇ ਨਾਲ ਜੁੜੇ ਹੋ ਤਾਂ ਇਸ ਤੋਂ ਪਹਿਲਾਂ ਵੀ ਜਿਹੜੀ ਵੀਡੀਓ ਹੈ ਤੁਸੀਂ ਇਹਨੂੰ ਦੁਬਾਰਾ ਯੂਟਿਊਬ ਦੇ ਉੱਪਰ ਦੇਖ ਸਕਦੇ ਹੋ, ਜਾਂ ਫਿਰ ਅੱਗੇ ਵੀ ਆਪਾਂ ਇਸ ਚੀਜ਼ ਦਾ ਜਿਹੜਾ ਜ਼ਿਕਰ ਹੈ ਉਹ ਜ਼ਰੂਰ ਕਰਾਂਗੇ। ਇਸ ਤੋਂ ਇਲਾਵਾ ਤੁਸੀਂ ਪੈਰਾਂ ਦੀ ਗੱਲ ਕਰ ਰਹੇ ਸੀ ਕਿ ਪੈਰਾਂ ਦੇ ਵਿੱਚ ਵੀ ਕੁਝ ਇੱਕ ਪੁਆਇੰਟਸ ਹੁੰਦੇ ਨੇ, ਜਾਂ ਪੈਰ ਵੀ ਬੜੀ ਇੰਪੋਰਟੈਂਟ ਚੀਜ਼ ਆ। ਬਿਲਕੁਲ ਜੀ, ਜਿੰਨੇ ਪੁਆਇੰਟ ਸਾਡੇ ਹੱਥਾਂ ਦੇ ਉੱਤੇ ਹਨ ਉਨੇ ਪੁਆਇੰਟ ਉਹੀ ਪੁਆਇੰਟ ਸਾਡੇ ਪੈਰਾਂ ਦੇ ਵਿੱਚ ਵੀ ਹਨ, ਕਿਉਂਕਿ ਪੈਰਾਂ ਦਾ ਪੁਆਇੰਟਾਂ ਨੇ ਇਸ ਵੇਲੇ ਦਿਖਾਉਣਾ ਉਹ ਮੁਸ਼ਕਿਲ ਹੈ। ਤੋ ਇਸ ਵਜ੍ਹਾ ਕਰਕੇ ਇਹ ਜੋ ਗਿਆਨ ਹੈਗਾ ਆ ਹੱਥਾਂ ਦੇ ਉੱਪਰ ਜਿਹੜਾ ਹੈਗਾ ਹੈ ਉਹ ਤਾਂ ਬਹੁਤ ਪ੍ਰੈਕਟੀਕੇਬਲ ਹੈ, ਇਸ ਨੂੰ ਕਰ ਲਿਆ ਜਾਵੇ, ਸਮਝ ਲਿਆ ਜਾਵੇ ਅਤੇ ਇਸ ਦੇ ਨਾਲ ਮਸਲਾ ਹੱਲ ਹੋ ਸਕਦਾ ਹੈਗਾ। ਬਾਕੀ ਪੁਆਇੰਟ ਪੈਰਾਂ ਦੇ ਉੱਤੇ ਵੀ ਇੰਨੇ ਹਨ, ਇੰਨੇ ਨੇ ਸਾਰੇ ਪੁਆਇੰਟ ਜਿਹੜੇ ਹਨ ਉਹ ਆਪਣੇ ਪੈਰਾਂ ਦੇ ਉੱਪਰ ਵੀ ਹਨ। ਸੋ ਉਹਨਾਂ ਦੇ ਉੱਤੇ ਵੀ ਉਪਚਾਰ ਦੇ ਕੇ ਅਸੀਂ ਠੀਕ ਕਰ ਸਕਦੇ ਹਾਂ ਜਾਂ ਡਾਇਗਨੋਸ ਵੀ ਕਰ ਸਕਦੇ ਹਾਂ। ਅਤੇ ਜੇ ਮੰਨ ਲਓ ਕੋਈ ਆਪਣੇ ਦਰਸ਼ਕ ਹੋਰ ਜ਼ਿਆਦਾ ਜਾਣਨਾ ਚਾਹੁਣ ਤਾਂ ਉਹਦਾ ਕੀ ਤਰੀਕਾ ਹੈ, ਕੋਈ ਸੁਜੈਸਟ ਕਰ ਸਕਦੇ ਤੁਸੀਂ? ਹਾਂ ਹਾਂ ਜੀ, ਬਿਲਕੁਲ ਬਿਲਕੁਲ। ਦੇਖੋ ਪੁਆਇੰਟ ਜਿਹੜੇ ਹਨ, ਕੋਈ ਵੀ ਤਕਲੀਫ ਹੈਗੀ ਆ, ਜਿਸ ਤਰ੍ਹਾਂ ਹੁਣ ਮੈਂ ਡਾਇਬਟੀਜ਼ ਹੈਗੀ ਆ, ਸ਼ੂਗਰ ਹੈਗੀ ਆ, ਜਿਸ ਤਰ੍ਹਾਂ ਇਹ ਪੁਆਇੰਟ ਆਪਾਂ ਦੱਸਿਆ ਸੀ ਹਾਰਟ ਦਾ ਹੈਗਾ ਆ, ਇਹਦੇ ਬਿਲਕੁਲ ਨੀਚੇ ਚੱਲ ਜਾਈਏ ਥੋੜ੍ਹਾ ਜਿਹਾ, ਇਹ ਡਾਇਬਟੀਜ਼ ਦਾ ਪੁਆਇੰਟ ਹੈਗਾ ਆ। ਅੱਛਾ ਜੀ, ਇਹ ਡਾਇਬਟੀਜ਼ ਦਾ ਪੁਆਇੰਟ ਹੈਗਾ, ਇਹਦੇ ਉੱਤੇ ਜਿਹੜਾ ਹੈਗਾ ਉਪਚਾਰ 2 ਮਿੰਟ ਦੇਣ ਦੇ ਨਾਲ ਲਗਾਤਾਰ ਲੰਬੇ ਅਰਸੇ ਤੱਕ ਆਪਾਂ ਕਰਦੇ ਰਹੀਏ, ਅਤੇ ਈਵਨ ਡਾਇਬਟੀਜ਼ ਜਿਹੜੀ ਹੈਗੀ ਆ ਪੈਨਕ੍ਰੀਆਜ਼ ਵੀ ਐਕਟਿਵ ਕੀਤੀ ਜਾ ਸਕਦੀ ਹੈਗੀ ਆ। ਅੱਛਾ ਜੀ, ਇਹ ਡਾਇਬਟੀਜ਼ ਦਾ ਪੁਆਇੰਟ ਹੈਗਾ। ਸੋ ਇਸੇ ਤਰ੍ਹਾਂ ਜਿਹੜਾ ਹੈਗਾ ਆ ਅੱਜ ਕੱਲ੍ਹ ਆਮ ਜਿਹੜੀ ਹੈਗੀ ਆ ਸਾਡਾ ਜੋ ਲਾਈਫ ਸਟਾਈਲ ਹੈਗਾ ਆ ਉਹ ਕਾਫੀ ਗਲਤ ਹੈਗਾ ਆ। ਤਾਂ ਹੁਣ ਸਿੱਟ ਕੇ ਅਸੀਂ ਘੰਟਿਆਂ ਬੱਧੀ ਕੰਪਿਊਟਰ 'ਤੇ ਬੈਠੇ ਰਹਿੰਦੇ ਹੈਗੇ ਹਾਂ ਜਾਂ ਪੜ੍ਹਦੇ ਰਹਿੰਦੇ ਹੈਗੇ ਹਾਂ, ਸਟੂਡੈਂਟਸ ਲਈ ਬਹੁਤ ਇੰਪੋਰਟੈਂਟ ਹੈਗਾ ਆ, ਜਾਂ ਜਿਹਨਾਂ ਦਾ ਜੋ ਪੜ੍ਹਾਈ ਦਾ ਕੰਮ ਹੈਗਾ ਆ ਉਹਨਾਂ ਲਈ ਇਹ ਬਹੁਤ ਜ਼ਰੂਰੀ ਹੈਗਾ ਆ। ਆਮ ਸਰਵਾਈਕਲ ਦੀ ਪ੍ਰੋਬਲਮ ਅੱਜ ਕੱਲ੍ਹ ਬਹੁਤ ਜ਼ਿਆਦਾ ਹੈਗੀ। ਸੋ ਸਰਵਾਈਕਲ ਦਾ ਪੁਆਇੰਟ ਮੈਂ ਦੱਸ ਦੇਵਾਂ ਕਿ ਉਹ ਹੈਗਾ ਆ ਇਸ ਪੁਆਇੰਟ ਤੋਂ ਸ਼ੁਰੂ ਹੋ ਕੇ ਇਹ ਸਾਰੇ ਜੋ ਹੈਗਾ ਇੱਥੇ ਪੁਆਇੰਟ ਇਸ ਪੁਆਇੰਟ ਤੱਕ ਇੱਥੇ ਤੱਕ ਇਹ ਸਾਰਾ ਹੀ ਇਸ ਪੁਆਇੰਟ ਤੋਂ ਇੱਥੇ ਤੱਕ ਇਹ ਸਰਵਾਈਕਲ ਦਾ ਜਿਹੜਾ ਹੈਗਾ ਰੀਜਨ ਹੈਗਾ ਆ ਇਹਦੇ ਉਹਦੇ ਉੱਪਰ ਜਿਹੜਾ ਹੈਗਾ ਆਪਾਂ ਇਸ ਚੀਜ਼ ਨੂੰ ਇਸ ਤਰ੍ਹਾਂ ਪ੍ਰੈਸ ਕਰਕੇ ਜਿਸ ਤਰ੍ਹਾਂ ਇਹ ਹੈਗਾ ਆ ਇਹਦੇ ਨਾਲ ਆਪਾਂ ਇਸ ਚੀਜ਼ ਨੂੰ ਪ੍ਰੈਸ ਕਰਾਂਗੇ ਇਹਨਾਂ ਪੁਆਇੰਟਾਂ ਨੂੰ ਸਾਰਿਆਂ ਨੇ ਇਸ ਪੁਆਇੰਟ ਤੱਕ। ਅਤੇ ਜਿਹੜੀ ਹੈਗੀ ਆ ਸਰਵਾਈਕਲ ਜਿੰਨੀ ਮਰਜ਼ੀ ਪ੍ਰੋਬਲਮ ਹੋਵੇ ਅੱਛਾ ਜੀ ਸੋ ਅਸੀਂ ਸਰਵਾਈਕਲ ਤੋਂ ਨਿਜਾਤ ਪਾ ਸਕਦੇ ਹੈਗੇ ਹਾਂ। ਬਹੁਤ ਇੰਪੋਰਟੈਂਟ ਪੁਆਇੰਟ ਹੈਗਾ ਇਹ ਸਰਵਾਈਕਲ ਲਈ। ਅਤੇ ਆਮ ਕੀ ਹੁੰਦਾ ਹੈ ਕਿ ਇਹਦੇ ਉੱਤੋਂ ਇਨਸਾਨ ਇੱਕਦਮ ਘਬਰਾ ਜਾਂਦਾ ਹੈਗਾ ਆ ਜਾਂ ਪਤਾ ਨਹੀਂ ਇਹ ਇਨਕਿਊਰੇਬਲ ਹੈਗੀ ਆ ਜਾਂ ਕੀ ਚੀਜ਼ ਹੈਗੀ ਆ। ਸੋ ਇਹ ਬਹੁਤ ਇੱਕ ਸਰਲ ਉਪਾਅ ਹੈਗਾ ਆ, ਬਸ ਇੰਨਾ ਹੈਗਾ ਕਿ ਇਹਦੇ ਵਿੱਚ ਰੈਗੂਲਰਟੀ ਚਾਹੀਦੀ ਆ। ਅਸੀਂ ਲੰਬੇ ਟਾਈਮ ਲਈ ਇਸ ਚੀਜ਼ ਨੂੰ ਆਪਾਂ ਇਹਦਾ ਉਪਚਾਰ ਦੇਵਾਂਗੇ। ਤਾਂ ਬਾਕੀ ਜੋ ਆਹਾਰ ਪ੍ਰਤੀ ਜੋ ਮੈਂ ਦੱਸਦਾ ਟਾਈਮ ਟੂ ਟਾਈਮ ਉਹਨਾਂ ਜੋ ਹੈਗੀਆਂ ਆਪਣੇ ਪੁਆਇੰਟਸ ਵੱਲ ਧਿਆਨ ਦੇਵਾਂਗੇ ਇਹਦੀ ਪ੍ਰੋਬਲਮ ਹੈਗੀ ਆ ਇਹ ਬਿਲਕੁਲ ਖਤਮ ਕੀਤੀ ਜਾ ਸਕਦੀ ਆ ਵਿਦਾਊਟ ਮੈਡੀਸਿਨ। ਸੋ ਮੇਰਾ ਖਿਆਲ ਹੈ ਜੀ ਕਿ ਵੀ ਤੁਸੀਂ ਵੀ ਇਸ ਚੀਜ਼ ਨੂੰ ਸਮਝ ਜ਼ਰੂਰ ਗਏ ਹੋਵੋਗੇ ਕਿ ਵੀ ਆਪਣੇ ਹੱਥ ਜਿਹੜੇ ਨੇ ਉਹ ਕਿਵੇਂ ਆਪਣੇ ਪੂਰੇ ਸਰੀਰ ਦੇ ਵਿੱਚ ਕਿੱਥੇ ਕਿੱਥੇ ਕਿਹੜਾ ਕਿਹੜਾ ਰੋਗ ਹੈ ਐਂਡ ਆਪਾਂ ਉਹਦਾ ਕਿਵੇਂ ਇਲਾਜ ਕਰ ਸਕਦੇ ਹਾਂ, ਇਹ ਸਾਰਾ ਕੁਛ ਦੱਸਦੇ ਨੇ। ਨਾਲ ਦੇ ਨਾਲ ਤੁਹਾਡੇ ਸਵਾਲ ਵੀ ਬਹੁਤ ਸਾਰੇ ਆ ਰਹੇ ਨੇ ਜੀ, ਮੈਂ ਕੋਸ਼ਿਸ਼ ਕਰਦਾ ਕਿ ਆਪਾਂ ਉਹਨਾਂ ਦਾ ਵੀ ਜ਼ਿਕਰ ਜ਼ਰੂਰ ਕਰੀਏ। ਸਭ ਤੋਂ ਪਹਿਲੇ ਸਵਾਲ ਦੇ ਉੱਪਰ ਮੈਂ ਜੇ ਆਵਾਂ ਜੀ ਤਾਂ ਸਭ ਤੋਂ ਪਹਿਲਾ ਸਵਾਲ ਆਪਾਂ ਨੂੰ ਜੇ ਐਸ ਜੀ ਨੇ ਪੁੱਛਿਆ ਜੀ, ਉਹ ਕਣਕ ਤੋਂ ਐਲਰਜੀ ਦੇ ਇਲਾਜ ਬਾਰੇ ਪੁੱਛ ਰਿਹਾ ਜੀ, ਦੱਸੋ। ਕੁਝ ਕਣਕ ਦੀ ਐਲਰਜੀ ਬਾਰੇ ਤਾਂ ਮੈਂ ਕਾਫੀ ਪਹਿਲਾਂ ਦੱਸ ਚੁੱਕਾ ਹੈਗਾ, ਪਰ ਇਹਦਾ ਇਲਾਜ ਵੀ ਕਿਉਂਕਿ ਉਹ ਤਾਂ ਹੈ ਹੀ। ਦੇਖੋ ਇਲਾਜ ਇਹ ਹੈਗਾ ਕਿ ਜਿੰਨੀਆਂ ਵੀ ਗਲੂਟਨ ਫਰੀ ਡਾਇਟਸ ਨੇ ਜੀ ਉਹ ਸਾਨੂੰ ਬੰਦ ਕਰਨੀਆਂ ਚਾਹੀਦੀਆਂ ਹਨ। ਅਤੇ ਦੂਸਰਾ ਹੈਗਾ ਕਣਕ ਦਾ ਅਤੇ ਪਰਟੀਕੁਲਰਲੀ ਜੇ ਆਪਾਂ ਕਣਕ ਦਾ ਇਸਤੇਮਾਲ ਛੱਡ ਦਿੰਦੇ ਹੈਗੇ ਹਾਂ ਜਾਂ ਕਣਕ ਦੀਆਂ ਜਿੰਨੀਆਂ ਵੀ ਪ੍ਰੋਡਕਟਸ ਹਨ ਚਾਹੇ ਉਹ ਬਿਸਕਟ ਹੈ ਜਾਂ ਬ੍ਰੈਡ ਹੈ, ਤਾਂ ਉਹਨਾਂ ਨੂੰ ਜਿਹੜਾ ਹੈਗਾ ਆ ਜਿੰਨੀਆਂ ਵੀ ਕਣਕ ਦੀਆਂ ਰਿਲੇਟਡ ਪ੍ਰੋਡਕਟਸ ਹਨ ਉਹਨਾਂ ਨੂੰ ਅਸੀਂ ਮਤਲਬ ਛੱਡ ਕੇ ਅਤੇ ਇਸ ਚੀਜ਼ 'ਚੋਂ ਬਚ ਸਕਦੇ ਹੈਗੇ ਹਾਂ। ਅਤੇ ਇਹ ਤੋਂ ਇਲਾਵਾ ਜਿੰਨੀਆਂ ਵੀ ਗਲੂਟਨ ਵਾਲੀਆਂ ਡਾਇਟਸ ਹਨ ਜਿਸ ਤਰ੍ਹਾਂ ਚਾਵਲ ਵੀ ਹਨ ਉਹਨਾਂ ਦਾ ਵੀ ਘੱਟ ਇਸਤੇਮਾਲ ਕਰੀਏ। ਅਤੇ ਗਲੂਟਨ ਤਾਂ ਵੈਸੇ ਹੋਰ ਵੀ ਬਹੁਤੀਆਂ ਚੀਜ਼ਾਂ 'ਚ ਹੈਗਾ ਆ, ਪਰ ਜਿਹਨਾਂ ਨੂੰ ਪਰਟੀਕੁਲਰਲੀ ਉਹਨਾਂ ਦੇ ਵਿੱਚ ਇਹ ਜਿਹੜੀ ਹੈਗੀ ਆ ਜੈਨੈਟਿਕਲੀ ਮੋਡੀਫਿਕੇਸ਼ਨ ਇੰਨੀ ਨਹੀਂ ਹੋਈ ਜਿੰਨੀ ਕਣਕ ਦੇ ਵਿੱਚ ਹੋਈ ਹੈ। ਸੋ ਕਣਕ ਨੂੰ ਛੱਡਣਾ ਤਾਂ ਜਿਹੜਾ ਹੈਗਾ ਬਹੁਤ ਜ਼ਰੂਰੀ ਹੈ ਜਿਹਨਾਂ ਨੂੰ ਇਸ ਚੀਜ਼ ਤੋਂ ਐਲਰਜੀ ਹੈਗੀ ਆ। ਸੋ ਕਣਕ ਨੂੰ ਛੱਡ ਕੇ ਆਪਾਂ ਇੱਕ ਤਰ੍ਹਾਂ ਦਾ ਇਲਾਜ ਕਰ ਸਕਦੇ ਹਾਂ, ਕਣਕ ਤੋਂ ਇਲਾਵਾ ਜਿਹੜੇ ਅਨਾਜ ਨੇ ਆਪਾਂ ਉਹਨੂੰ ਯੂਜ਼ ਕਰ ਲਈਏ, ਸੋ ਇੱਕ ਸੌਖਾ ਤਰੀਕਾ ਜੀ। ਇਸ ਤੋਂ ਇਲਾਵਾ ਹਰਜੀਤ ਸਿੰਘ ਜੀ ਦੇ ਚਮੜੀ ਦੀ ਐਲਰਜੀ ਅਤੇ ਖਾਰਿਸ਼ ਦੀ ਸਮੱਸਿਆ ਬਾਰੇ ਪੁੱਛ ਰਹੇ ਜੀ। ਦੇਖੋ ਚਮੜੀ ਦੀ ਐਲਰਜੀ ਬਾਕੀ ਜਿਹੜਾ ਹੈਗਾ ਜੇ ਦੱਸਿਆ ਤਾਂ ਪਹਿਲੇ ਵੀ ਹੈਗਾ ਆ, ਕਿਉਂਕਿ ਮੈਂ ਕਹਿੰਦਾ ਜੋ ਅੱਜ ਦਾ ਇਹ ਜੋ ਇਹ ਵਿਸ਼ਾ ਹੈ ਬਹੁਤ ਅਹਿਮ ਹੈਗਾ ਆ ਜੀ। ਮੈਂ ਕਹਿੰਦਾ ਜੇ ਇਸ ਦੇ ਉੱਤੇ ਆਪਾਂ ਚਰਚਾ ਜ਼ਿਆਦਾ ਕਰ ਲਈ ਜਾਵੇ ਜੀ 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 ਮੈਨੂੰ ਇਹ ਸੀ ਕਿ ਵੀ ਚਲੋ ਜੇ ਤੁਸੀਂ ਇੱਕ ਇੱਕ ਪੁਆਇੰਟ ਦੇ ਵਿੱਚ ਵੀ ਉਹਨਾਂ ਨੂੰ ਕਲੀਅਰ ਕਰ ਦਿੱਤਾ ਕਿ ਜਿੰਨੀਆਂ ਵੀ ਸਕਿਨ ਦੀਆਂ ਜੋ ਪ੍ਰੋਬਲਮ ਹਨ ਜੀ ਜੀ, ਸਕਿਨ ਦਾ ਇਹ ਹੈਗਾ ਕਿ ਸਭ ਤੋਂ ਵੱਡਾ ਔਰਗਨ ਸਾਡਾ ਸਕਿਨ ਹੈ ਬੋਡੀ ਦਾ ਜੀ ਜੀ। ਸੋ ਜਦੋਂ ਸਾਡੇ ਸਾਰੇ ਔਰਗਨ ਦੇ ਉੱਤੇ ਸਟ੍ਰੈਸ ਜਿਹੜੀ ਹੈਗੀ ਹੈ ਉਹ ਮਤਲਬ ਵੱਧ ਜਾਂਦੀ ਹੈ, ਮੈਕਸੀਮਮ ਲਿਮਿਟ 'ਤੇ ਪਹੁੰਚ ਜਾਂਦੀ ਹੈ, ਉਸ ਤੋਂ ਬਾਅਦ ਸਕਿਨ ਦੀ ਵਾਰੀ ਆਉਂਦੀ ਹੈ ਜੀ।
ਸੋ ਸਕਿਨ ਦਾ ਜਿਹੜਾ ਹੈਗਾ ਇਹ ਲਾਸਟ ਆਪਣਾ ਔਰਗਨ ਹੈਗਾ ਆ ਜਦੋਂ ਉੱਥੇ ਸਾਨੂੰ ਰੋਗ ਦਾ ਪਤਾ ਲੱਗਦਾ ਹੈ ਅਤੇ ਉਸ ਟਾਈਮ ਕਾਫੀ ਜਿਹੜੀ ਹੈਗੀ ਆ ਰੋਗ ਸਾਡਾ ਅੱਗੇ ਚਲਾ ਗਿਆ ਹੁੰਦਾ ਆ ਸੋ ਸਕਿਨ ਦਾ ਇਲਾਜ ਸਭ ਤੋਂ ਕੰਪਲੀਕੇਟਡ ਹੈਗਾ ਆ ਸੋ ਇਸ ਚੀਜ਼ ਨੂੰ ਇਹਦਾ ਹੈਗਾ ਕਰਨ ਦਾ ਉਸ ਲਈ ਇਹ ਹੈਗਾ ਕਿ ਜੋ ਸਾਡਾ ਆਹਾਰ ਹੈ ਉਸ ਨੂੰ ਆਪਾਂ ਸਹੀ ਕਰ ਲਿਆ ਜਾਵੇ ਉਹਦੇ ਵਿੱਚ ਜੋ ਵੀ ਆਪਾਂ ਇਰੈਗੂਲਰਟੀਜ਼ ਹਨ ਜਾਂ ਉਹਦੇ ਵਿੱਚ ਵੀ ਜੋ ਵੀ ਟਾਈਮ ਜੋ ਹੈਗਾ ਹੈ ਅਤੇ ਉਹਦੇ ਹਿਸਾਬ ਦੇ ਨਾਲ ਜੋ ਵੀ ਚੀਜ਼ ਹੈਗੀ ਉਹਨੂੰ ਆਪਾਂ ਓਬਜ਼ਰਵ ਕਰਾਂਗੇ ਇਸ ਸਕਿਨ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈਗਾ ਸੋ ਸਭ ਤੋਂ ਪਹਿਲਾਂ ਆਪਣਾ ਆਹਾਰ ਦੇ ਉੱਤੇ ਜਿਹੜਾ ਹੈਗਾ ਉਹ ਜ਼ੋਰ ਦੇਣ ਦੀ ਲੋੜ ਹੈਗੀ ਆ ਉਹਨੂੰ ਠੀਕ ਕਰਾਂਗੇ ਬੇਸ ਨੂੰ ਬਿਲਕੁਲ ਅਤੇ ਇਹ ਜੋ ਚੀਜ਼ ਹੈਗੀ ਆ ਫਿਰ ਆਪਣੇ ਆਪ ਉਹ ਠੀਕ ਹੋਏਗੀ ਬਾਕੀ ਜਿਹਨਾਂ ਨੂੰ ਸਕਿਨ ਦੀ ਜ਼ਿਆਦਾ ਐਡਵਾਂਸ ਸਟੇਜ ਦੇ ਉੱਤੇ ਹੈਗੀ ਆ ਉਹਨਾਂ ਲਈ ਇਹ ਹੈਗਾ ਕਿ ਸਕਿਨ ਹਾਈਡਰੇਟ ਰਹਿਣੀ ਚਾਹੀਦੀ ਆ ਪਾਣੀ ਜਿੰਨਾ ਹੈਗਾ ਉਹ ਸ਼ੁੱਧ ਪਾਣੀ ਸਹੀ ਪਾਣੀ ਜਿੱਦਾਂ ਮੈਂ ਆਇਓਨਾਈਜ਼ਡ ਵਾਟਰ ਦੀ ਗੱਲ ਕੀਤੀ ਹੈ ਉਹ ਪਾਣੀ ਉਹਨਾਂ ਲਈ ਬੇਹੱਦ ਜ਼ਰੂਰੀ ਹੈਗਾ ਆ ਔਰ ਦੂਸਰੀ ਚੀਜ਼ ਹੈਗੀ ਆ ਕਿ ਉਹਨਾਂ ਨੂੰ ਆਮ ਜੋ ਸਾਬਣ ਹਨ ਉਹਨਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਸੋ ਉਹਨਾਂ ਦੇ ਵਿੱਚ ਜੋ ਹੈਗਾ ਕਿ ਇੱਕ ਸਕਿਨ ਦੇ ਉੱਤੇ ਜਿਹੜਾ ਆਪਣੇ ਹੈਗਾ ਉਹਦਾ ਆਪਣਾ ਇਨਵਾਇਰਮੈਂਟ ਹੈਗਾ ਆ ਉਹ ਥੋੜ੍ਹਾ ਐਸਿਡਿਕ ਹੋਣਾ ਚਾਹੀਦਾ ਹੈਗਾ ਅਤੇ ਉਹ ਹੋਏਗਾ ਅਤੇ ਸਾਡੀ ਸਕਿਨ ਜਿਹੜੀ ਹੈਗੀ ਉਹ ਹੈਲਦੀ ਰਹੇਗੀ ਸੋ ਜਦੋਂ ਅਸੀਂ ਸਾਬਣ ਵਗੈਰਾ ਦਾ ਜ਼ਿਆਦਾ ਇਸਤੇਮਾਲ ਕਰਦੇ ਹੈਗੇ ਹਾਂ ਤਾਂ ਉਹਦਾ ਜਿਹੜਾ ਹੈਗਾ ਉਹ ਇਨਵਾਇਰਮੈਂਟ ਐਲਕਲਾਈਨ ਹੋ ਜਾਂਦਾ ਹੈਗਾ ਸੋ ਉਹਦੇ ਵਿੱਚ ਉਹ ਸਕਿਨ ਲਈ ਠੀਕ ਨੇਗਾ ਸੋ ਇਸ ਵਜ੍ਹਾ ਕਰਕੇ ਸਕਿਨ ਦਾ ਜਿਹੜਾ ਹੈਗਾ ਆਪਣਾ ਇੰਟਰਨਲ ਕਰਾਂਗੇ ਪਾਣੀ ਜ਼ਿਆਦਾ ਪੀਏ ਆਹਾਰ ਜਿਹੜਾ ਸਹੀ ਕਰੀ ਲਈਏ ਤਾਂ ਇਸ ਚੀਜ਼ ਤੋਂ ਜਿਹੜਾ ਹੈਗਾ ਸਾਡਾ ਬਚਾਅ ਹੋ ਸਕਦਾ ਤੁਸੀਂ ਪੁਆਇੰਟਸ ਦੀ ਗੱਲ ਕਰ ਰਹੇ ਸੀ ਆਪਾਂ ਗੱਲ ਕਰ ਰਹੇ ਸੀ ਪੇਟ ਗੈਸ ਜਾਂ ਗੈਸ ਦਾ ਕਰਕੇ ਕੋਈ ਪ੍ਰੋਬਲਮ ਤਾਂ ਨਹੀਂ ਹੋ ਸਕਦੀ ਚਲੋ ਇਹ ਵੱਡਿਆਂ 'ਚ ਤਾਂ ਹੋ ਸਕਦੀ ਹੈ ਪਰ ਆਪਾਂ ਨੂੰ ਇੱਕ ਨਿਊਜ਼ੀਲੈਂਡ ਤੋਂ ਇੱਕ ਸਵਾਲ ਆਇਆ ਰਮਨਦੀਪ ਕੌਰ ਜੀ ਦਾ ਉਹ ਕਹਿੰਦੇ ਕਿ ਮੇਰੀ 9 ਕੁ ਮਹੀਨੇ ਦੀ ਬੱਚੀ ਹੈ ਅਤੇ ਉਹਨੂੰ ਇਹੀ ਵਿੰਡ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਹੈ ਐਂਡ ਉਹ ਗੱਲ ਕਰਦੇ ਕਿ ਰਾਤੀ ਤਾਂ ਉਹਨੂੰ ਸ਼ਾਇਦ 45 ਮਿੰਟ ਉਹ ਰੋਂਦੀ ਰਹੀ ਅਤੇ ਐਂਬੂਲੈਂਸ ਬੁਲਾਉਣੀ ਪੈ ਗਈ ਸਾਨੂੰ ਮਾਈ ਲੋਰਡ ਸਿਰਫ ਇਸ ਕਰਕੇ ਕਿ ਉਹਨੂੰ ਗੈਸ ਦੀ ਪ੍ਰੋਬਲਮ ਹੋ ਜਾਂਦੀ ਅਤੇ ਕੀ ਉਹਦਾ ਇਲਾਜ ਗੱਲ ਹੈਗੀ ਆ ਕਿ ਆਮ ਜਿਹੜਾ ਹੈਗਾ ਆ ਬੱਚਿਆਂ ਨੂੰ ਜਦੋਂ ਉਹ ਦੁੱਧ ਪੀਂਦੇ ਹਨ ਜੀ ਅਤੇ ਇਹ ਜਿਸ ਟਾਈਮ ਦੁੱਧ ਪੀ ਲਿਆ ਹੈ ਬੱਚੇ ਨੇ ਉਹਨੂੰ ਆਪਣੇ ਛਾਤੀ ਦੇ ਨਾਲ ਲਗਾ ਕੇ ਉਹਦੀ ਪਿੱਠ ਦੇ ਉੱਤੇ ਹਲਕੀ ਹਲਕੀ ਜਿਹੜੀ ਹੈਗੀ ਆ ਮਸਾਜ ਜਾਂ ਇਸ ਤਰ੍ਹਾਂ ਆਪਾਂ ਹੱਥ ਫੇਰਦੇ ਹੈਗੇ ਹਾਂ ਪਿੱਠ ਦੇ ਉੱਤੇ ਉਹ ਕੀਤਾ ਜਾਵੇ ਜਾਂ ਜੇ ਜ਼ਿਆਦਾ ਗੈਸ ਦੀ ਪ੍ਰੋਬਲਮ ਆ ਤਾਂ ਥੋੜ੍ਹਾ ਜਿਹਾ ਉਸਨੂੰ ਜਿਹੜਾ ਹੈਗਾ ਥਪਥਪਾ ਦਿੱਤਾ ਜਾਵੇ ਤਾਂ ਇੱਕ ਤਾਂ ਇਹ ਜੋ ਚੀਜ਼ ਹੈਗੀ ਬਹੁਤ ਜ਼ਰੂਰੀ ਹੈਗੀ ਆ ਦੂਸਰਾ ਜਿਹੜਾ ਹੈਗਾ ਆ ਉਹਦੇ ਵਿੱਚ ਇਹ ਜੋ ਪੁਆਇੰਟ ਮੈਂ ਦੱਸਿਆ ਹੈਗਾ ਆ ਬੱਚੇ ਦਾ ਉੱਥੇ ਵੀ ਜਿਹੜਾ ਹੈਗਾ ਅਸੀਂ ਕਰ ਸਕਦੇ ਹਾਂ ਅੱਛਾ 9 ਮਹੀਨੇ ਦੀ ਬੱਚੀ ਦੇ ਵੀ ਕੀਤਾ ਜਾਂਦਾ ਵੀ ਕੀਤਾ ਜਾਂਦਾ ਕਿ ਇਹ ਲਈ ਏਜ ਦਾ ਕੋਈ ਤਲਕ ਨਹੀਂਗਾ ਉਹਨਾਂ ਦੇ ਵੀ ਕੀਤਾ ਜਾ ਸਕਦਾ ਹੈਗਾ ਸੋ ਇਹ ਕਰ ਲਿਆ ਜਾਵੇ ਅਤੇ ਜੇ ਫਿਰ ਜ਼ਿਆਦਾ ਪ੍ਰੋਬਲਮ ਹੈਗੀ ਆ ਅਤੇ ਬੱਚੇ ਦੇ ਪੇਟ ਦੇ ਉੱਤੇ ਯਾਨੀ ਕਿ ਗਰਮ ਬੋਟਲ ਦਾ ਸੇਕਾ ਜਿਹੜਾ ਹੈਗਾ ਆ ਉਹ ਅਸੀਂ ਦੇ ਸਕਦੇ ਹੈਗੇ ਹਾਂ ਠੀਕ ਹੈ ਜੀ ਤਾਂ ਉਹਦੇ ਨਾਲ ਵੀ ਇਹ ਪ੍ਰੋਬਲਮ ਜਿਹੜੀ ਹੈਗੀ ਹੱਲ ਹੋ ਸਕਦੀ ਆ ਸੋ ਮੇਰਾ ਖਿਆਲ ਆ ਜੀ ਕਿ ਰਮਨਦੀਪ ਜੀ ਜਿਹੜੀਆਂ ਚੀਜ਼ਾਂ ਨੇ ਡੈਫੀਨੇਟਲੀ ਤੁਹਾਨੂੰ ਇਹਦੇ ਲਈ ਹੈਲਪ ਕਰਨਗੀਆਂ ਤੁਸੀਂ ਇਹਨਾਂ ਗੱਲਾਂ ਦਾ ਖਿਆਲ ਰੱਖਿਓ ਹੋਰ ਆਪਾਂ ਸਰ ਮੇਰਾ ਖਿਆਲ ਜਿਹੜੇ ਆਪਣੇ ਹੱਥਾਂ ਵਾਲੇ ਪੁਆਇੰਟ ਸੀਗੇ ਆਪਾਂ ਉਹਨਾਂ ਦੇ ਉੱਪਰ ਜ਼ਰੂਰ ਜ਼ਿਕਰ ਕਰੀਏ ਤਾਂ ਕਈ ਵਾਰ ਇੱਦਾਂ ਹੁੰਦਾ ਕਿ ਬਹੁਤ ਸਾਰੇ ਜਿਹੜੇ ਜਿਹੜੀਆਂ ਬਿਮਾਰੀਆਂ ਨੇ ਜਿੱਦਾਂ ਮੰਨ ਲਓ ਕਿਸੇ ਦੇ ਕੋਈ ਲੱਕ 'ਚ ਦਰਦ ਹੈ ਜੀ ਤਾਂ ਹੁਣ ਲੱਕ ਦੇ ਵਿੱਚ ਦਰਦ ਆ ਕਰਕੇ ਡਾਕਟਰ ਸਾਹਿਬ ਕੋਲ ਗਏ ਡਾਕਟਰ ਸਾਹਿਬ ਉਸ ਤੋਂ ਬਾਅਦ ਆਉਂਦੇ ਜੀ ਤੇਰੀ ਤਾਂ ਫਲਾਨੀ ਫਲਾਨੀ ਚੀਜ਼ ਹਿੱਲ ਗਈ ਅਤੇ ਉਸ ਤੋਂ ਬਾਅਦ ਇੱਕ ਬੈਲਟ ਜੀ ਲਾ ਦਿੱਤੀ ਜਾਂਦੀ ਹੈ ਜਾਂ ਫਿਰ ਕੋਈ ਪੰਜ ਚਾਰ ਟੀਕੇ ਹੱਡੀਆਂ 'ਚ ਲਾ ਦਿੱਤੇ ਜਾਂਦੇ ਆ ਅਤੇ ਉਹ ਨੁਕਸ ਕਈ ਵਾਰ ਜਿਹੜਾ ਉਹ ਕੁਝ ਕਿਸੇ ਹੋਰ ਚੀਜ਼ ਦਾ ਹੁੰਦਾ ਉਹ ਕਿਵੇਂ ਆਪਾਂ ਡਾਇਗਨੋਸ ਕਰ ਸਕਦੇ ਹਾਂ ਦੇਖੋ ਗੱਲ ਹੈਗੀ ਆ ਕਿ ਜਿਸ ਤਰ੍ਹਾਂ ਜੋ ਲੱਕ ਦਾ ਪੁਆਇੰਟ ਹੈਗਾ ਆ ਉਹ ਬੇਸਿਕਲੀ ਆਹ ਪੁਆਇੰਟ ਹੈਗਾ ਆ ਠੀਕ ਹੈ ਜੀ ਠੀਕ ਇਹਦੇ ਉੱਤੇ ਆਪਾਂ ਜਿਹੜਾ ਹੈਗਾ ਪ੍ਰੈਸ਼ਰ ਦੇਵਾਂਗੇ ਅਤੇ ਇਹ ਪੁਆਇੰਟ ਹੈਗਾ ਦੂਸਰਾ ਜਿਹੜਾ ਹੈਗਾ ਪੈਰ ਆਪਣੇ ਹੱਥ ਦੇ ਪਿਛਲੇ ਪਾਸੇ 'ਤੇ ਇਹ ਜੋ ਉਂਗਲੀ ਦਾ ਹੈਗਾ ਇਹ ਹਿੱਸਾ ਜੋ ਹੈਗਾ ਆ ਜੀ ਜੀ ਇਹਦੇ ਉੱਤੇ ਆਪਾਂ ਪ੍ਰੈਸ਼ਰ ਦੇਵਾਂਗੇ ਔਰ ਇਹਦੇ ਨਾਲ ਜਿਹੜਾ ਹੈਗਾ ਨੀਚੇ ਦਾ ਜੋ ਇਹਦਾ ਮਰੀਡੀਅਨ ਹੈਗਾ ਆ ਦਿਸ ਵਨ ਹੈਂਜੀ ਇਹਦੇ ਉੱਤੇ ਸਾਰੇ ਦੇ ਉੱਪਰ ਹੀ ਆਪਾਂ ਜਿਹੜਾ ਹੈਗਾ ਹਲਕੀ ਹਲਕੀ ਮਸਾਜ ਜਾਂ ਇਸ ਤਰ੍ਹਾਂ ਇਹਦੇ ਨਾਲ ਆਪਾਂ ਇਸ ਨੂੰ ਆਪਾਂ ਕਰਾਂਗੇ ਅਤੇ ਇਹ ਜਿਹੜੀ ਪ੍ਰੋਬਲਮ ਹੈਗੀ ਹੈ ਸਰੀਰ ਦੀ ਜਿਹੜੀ ਇਹ ਲੱਕ ਦੀ ਹੈਗੀ ਆ ਇਹ ਖਤਮ ਹੋ ਸਕਦੀ ਹੈਗੀ ਆ ਨਹੀਂ ਪਰ ਜਿਹੜਾ ਕਈ ਵਾਰ ਕਹਿੰਦੇ ਜੀ ਵੀ ਡਿਸਕ ਹਿੱਲ ਗਈ ਤਾਂ ਕੁਛ ਇੱਦਾਂ ਦਾ ਉਹ ਵੀ ਕੋਈ ਚੱਕਰ ਹੁੰਦਾ ਜੀ ਦੇਖੋ ਜਿਸ ਤੱਕ ਡਿਸਕ ਦਾ ਹੈਗਾ ਆ ਡਿਸਕ ਦਾ ਜੋ ਪ੍ਰੋਬਲਮ ਹੈਗੀ ਆ ਇਹ ਵੀ ਸਾਡਾ ਇੱਕ ਰੋਂਗ ਸਿਟਿੰਗ ਪੋਸਚਰ ਹੈਗਾ ਆ ਲਗਾਤਾਰ ਉਸ 'ਚ ਉਸ ਦੇ ਵਿੱਚ ਬੈਠੇ ਰਹਿਣਾ ਦੂਸਰੀ ਚੀਜ਼ ਹੈਗੀ ਆ ਕਿ ਜਦੋਂ ਅਸੀਂ ਸਵੇਰੇ ਸੁੱਤੇ ਉੱਠਦੇ ਹੈਗੇ ਹਾਂ ਅਤੇ ਆਮ ਕੀ ਹੁੰਦਾ ਆ ਹਰ ਇੱਕ ਦੇ ਥੋੜ੍ਹੀ ਬਹੁਤੀ ਪੇਟ 'ਚ ਗੈਸ ਬਣੀ ਹੁੰਦੀ ਹੈਗੀ ਆ ਅਤੇ ਉਸ ਟਾਈਮ ਜਿਹੜਾ ਹੈਗਾ ਇੱਕਦਮ ਝੋਕੇ ਕੋਈ ਚੀਜ਼ ਚੱਕਣੀ ਉਹਦੇ ਨਾਲ ਵੀ ਇਹ ਜਿਹੜਾ ਹੈਗਾ ਇਹ ਪ੍ਰੋਬਲਮ ਆ ਜਾਂਦੀ ਹੈਗੀ ਹੈ ਸੋ ਇਹਨਾਂ ਚੀਜ਼ਾਂ ਤੋਂ ਜਿਹੜਾ ਹੈਗਾ ਸਾਨੂੰ ਜੇ ਅਸੀਂ ਬਚਾਂਗੇ ਤਾਂ ਇਹਦੇ ਉੱਤੇ ਕਾਫੀ ਜਾਣੇ ਕਿ ਇਸ ਚੀਜ਼ ਦਾ ਜਿਹੜਾ ਹੈਗਾ ਆ ਜੋ ਲੱਕ ਦੀ ਦਰਦ ਹੈਗੀ ਆ ਉਹ ਤੋਂ ਬਚਿਆ ਜਾ ਸਕਦਾ ਉਹ ਜੇ ਗੈਪ ਜਿਹੜਾ ਹੈਗਾ ਆ ਇਹ ਜਦੋਂ ਸਾਡੀ ਇੱਕ ਕੰਟੀਨਿਊਸ ਜਿਹੜੀ ਸਟ੍ਰੈਸ ਬਣੀ ਰਹਿੰਦੀ ਹੈਗੀ ਆ ਔਰ ਸਾਡੀਆਂ ਇਹੋ ਜਿਹਾ ਜਿਹੜਾ ਲਾਈਫ ਸਟਾਈਲ ਹੈਗਾ ਜਿਸ ਜ਼ਿਆਦਾ ਝੁਕਣ ਵਾਲਾ ਜਾਂ ਇਸ ਤਰ੍ਹਾਂ ਕਰਨ ਵਾਲਾ ਜੀ ਅਤੇ ਉਹਦੇ ਵਿੱਚ ਜਿਹੜਾ ਹੈਗਾ ਇਹ ਪ੍ਰੋਬਲਮ ਜ਼ਿਆਦਾ ਵਧਣ ਦੇ ਚਾਂਸ ਹੈਗੇ ਆ ਉਹਦੇ ਲਈ ਇਹ ਹੈਗਾ ਕਿ ਸਾਨੂੰ ਜਿਹੜਾ ਹੈਗਾ ਆ ਇੱਕ ਯੋਗਾ ਦੀਆਂ ਜੋ ਸਿੰਪਲ ਜਿਹੜੀਆਂ ਹੈਗੀਆਂ ਨੇ ਕਿਰਿਆਵਾਂ ਹਨ ਉਹਦੇ ਵਿੱਚ ਉਹ ਸਾਨੂੰ ਐਕਸਰਸਾਈਜ਼ ਸਪਾਈਨ ਦੀ
ਸੋ ਸਪਾਈਨ ਦੀਆਂ ਜੋ ਜਿਹੜੀਆਂ ਐਕਸਰਸਾਈਜ਼ ਉਹ ਕਰ ਲਈਆਂ ਜਾਣ, ਬਿਲਕੁਲ ਆਪਣਾ ਪੇਟ ਦੇ ਭਾਰ ਲੇਟ ਕੇ, ਪੇਟ ਦੇ ਭਾਰ ਲੇਟ ਕੇ ਤਾਂ ਇਸ ਤਰ੍ਹਾਂ ਇੱਕ ਹੈਗਾ ਪਚੰਗ ਆਸਨ ਹੈ, ਪਚੰਗ ਆਸਨ ਜਿਹੜਾ ਹੈਗਾ ਉਹ ਕਰ ਲਿਆ ਜਾਵੇ, ਜਾਂ ਦੂਸਰਾ ਹੈ ਪਵਨ ਮੁਕਤਾ ਆਸਨ, ਸੋ ਪਵਨ ਮੁਕਤਾ ਆਸਨ ਉਹ ਕਰ ਲਿਆ ਜਾਵੇ ਤਾਂ ਜਿਹੜੀ ਹਵਨ ਹੈ ਹਵਾ ਜਿਹੜੀ ਹੈਗੀ ਆ ਪੇਟ 'ਚ ਉਹ ਨਿਕਲ ਜਾਏਗੀ, ਅਤੇ ਉਹ ਜਿਹੜੀ ਹੈਗੀ ਸਟ੍ਰੈਸ ਗਈ ਹੈਗੀ ਆ ਸਾਡੇ ਬੈਕ ਮਸਲ 'ਤੇ ਉਹ ਹਟ ਜਾਏਗੀ, ਨਿਕਲ ਜਾਏਗੀ। ਤਾਂ ਉਹਦੇ ਨਾਲ ਇਸ ਨੂੰ ਰੈਗੂਲਰ ਕੀਤਿਆਂ ਇਹ ਜਿਹੜਾ ਹੈਗਾ ਉਹ ਗੈਪ ਜਿਹੜਾ ਹੈਗਾ ਉਹ ਵੀ ਅਸੀਂ ਪੂਰਾ ਕਰ ਸਕਦੇ ਹੈਗੇ ਹਾਂ। ਸੋ ਇਹ ਕਿਤੇ ਨਾ ਕਿਤੇ ਮਤਲਬ ਮੈਂ ਜੋ ਸਮਝ ਪਾ ਰਿਹਾ ਇਹ ਕਿ ਵੀ ਲੱਕ ਦੀ ਹੱਡੀ ਦੇ ਮਣਕਿਆਂ 'ਚ ਗੈਪ ਦਾ ਕਾਰਨ ਪੇਟ ਦੀ ਗੈਸ ਹੈ। ਦੇਖੋ ਬੇਸਿਕਲੀ ਹੈਗਾ ਹੈ ਕਿ ਸਾਡਾ ਗੈਸ ਹੈਗੀ ਹੈ ਜਦੋਂ ਅਸੀਂ ਉਹਦੇ ਵਿੱਚ ਝੁਕਦੇ ਹੈਗੇ ਹਾਂ, ਕੋਈ ਚੀਜ਼ ਚੱਕਦੇ ਹੈਗੇ ਹਾਂ, ਅਤੇ ਉਹ ਬੈਕ ਮਸਲ ਦੇ ਵਿੱਚ ਜਾ ਕੇ ਇੱਕ ਸਾਡੀ ਲਗਾਤਾਰ ਸਟ੍ਰੈਸ ਬਣੀ ਰਹਿੰਦੀ ਹੈਗੀ ਆ ਵਰਟੇਬਰਾ ਦੇ ਉੱਤੇ, ਸੋ ਉਸ ਨੂੰ ਅਵੋਇਡ ਕੀਤਾ ਜਾਵੇ। ਦੂਸਰੀ ਚੀਜ਼ ਹੈਗੀ ਆ ਕਿ ਇਹ ਜੋ ਐਕਸਰਸਾਈਜ਼ਾਂ ਹਨ ਇਹ ਕਰ ਲਈਆਂ ਜਾਣ, ਅਤੇ ਉਹ ਜਿਹੜੀ ਚੀਜ਼ ਹੈਗੀ ਆ ਉਹ ਗੈਪ ਵੀ ਪੂਰਾ ਕੀਤਾ ਜਾ ਸਕਦਾ ਹੈ। ਜ਼ਰੂਰੀ ਨਹੀਂ ਕਿ ਉਹਦੇ ਲਈ ਕਿਸੇ ਚੀਜ਼ ਦੀ ਸਰਜਰੀ ਇਨਵੋਲਵ ਹੋਵੇ। ਸੁਰਜੀਤ ਸਿੰਘ ਬਰਾੜ ਜੀ ਪੁੱਛ ਰਹੇ, ਉਹ ਕਹਿੰਦੇ ਜੀ ਮੇਰੀ ਖੱਬੀ ਲੱਤ ਅਤੇ ਖੱਬੀ ਬਾਂਹ 'ਚ ਦਰਦ ਰਹਿੰਦੀ, ਉਹਨੂੰ ਮੈਂ ਕਿਵੇਂ ਡਾਇਗਨੋਸ ਕਰ ਸਕਦਾ ਵੀ ਉਹ ਕੀ ਕਾਰਨ ਕੀ ਹੈ ਜੀ, ਚੱਕਰ ਕੀ ਹੋ ਸਕਦਾ ਖੱਬੀ ਲੱਤ ਅਤੇ ਖੱਬੀ ਬਾਂਹ ਦਾ? ਜੀ ਜੀ, ਕੁਝ ਗੱਲ ਹੈ ਕਿ ਸਰੀਰ ਦੇ ਕਿਸੇ ਵੀ ਹਿੱਸੇ 'ਚ ਦਰਦ ਹੈਗੀ ਹੈ, ਜਿਸ ਸਮੇਂ ਇਹ ਦੱਸਿਆ ਕਿ ਇਹ ਮਾਸਟਰ ਪੁਆਇੰਟ ਹੈ। ਅੱਛਾ ਜੀ, ਇਹ ਮਾਸਟਰ ਪੁਆਇੰਟ ਹੈਗਾ, ਸੋ ਇਹਨੂੰ ਜਿਹੜਾ ਹੈਗਾ ਆਪਾਂ ਇਹਦੇ ਉੱਤੇ ਪ੍ਰੈਸ਼ਰ ਦੇਣ ਦੇ ਨਾਲ ਅਤੇ ਇਹ ਜਿਹੜਾ ਹੈਗਾ ਆਪਾਂ ਉਸਨੂੰ ਠੀਕ ਕਰ ਸਕਦੇ ਹੈਗੇ ਹਾਂ। ਦੂਸਰੀ ਹੈਗੀ ਆ ਸਭ ਤੋਂ ਵੱਡੀ ਗੱਲ ਕਿ ਆਪਣਾ ਜਿਹੜੇ ਗੋਡਿਆਂ ਦਾ ਹੈਗਾ ਆਮ ਬਹੁਤ ਪ੍ਰੋਬਲਮ ਹੈਗੀ ਹੈ ਕਿ ਗੋਡਿਆਂ ਦਾ ਆਹ ਹੈਗਾ ਇਹ ਪੁਆਇੰਟ ਹੈਗਾ। ਅੱਛਾ ਜੀ, ਇਹ ਸੁੰਗਲੀ ਦਾ ਰਿੰਗ ਫਿੰਗਰ ਦਾ ਇਹ ਜੋ ਪੁਆਇੰਟ ਹੈਗਾ ਆ, ਇਸਦੇ ਉੱਪਰ ਆਪਾਂ ਜਿਹੜਾ ਹੈਗਾ ਆ ਪ੍ਰੈਸ਼ਰ ਦੇਵਾਂਗੇ ਗੰਢ ਦੇ ਦੋਨੋਂ ਪਾਸੇ। ਹਾਂ, ਗੰਢ ਦੇ ਦੋਨੇ ਪਾਸੇ, ਠੀਕ ਹੈ ਨਾ। ਸੇ ਇਹ ਗੋਡਿਆਂ ਦੀ ਜਿੰਨੀ ਮਰਜ਼ੀ ਦਰਦ ਹੋਵੇ, ਜਿੰਨੀ ਮਰਜ਼ੀ ਪੁਰਾਣੀ ਹੋਵੇ ਜੀ, ਸੋ ਇਹਨੂੰ ਜਿਹੜਾ ਹੈਗਾ ਲਗਾਤਾਰ ਇਸ ਪੁਆਇੰਟ ਦੇ ਉੱਤੇ ਉਪਚਾਰ ਦੇ ਕੇ ਇਸ ਨੂੰ ਜਿਹੜਾ ਹੈਗਾ ਉਹ ਵੀ ਠੀਕ ਕੀਤਾ ਜਾ ਸਕਦਾ ਹੈ। ਅੱਛਾ, ਮੈਂ ਇੱਕ ਚੀਜ਼ ਜ਼ਰੂਰ ਪੁੱਛ ਲਵਾਂ ਤੁਹਾਨੂੰ, ਇਹ ਸਿਰਫ ਇੱਕ ਹੱਥ ਦਾ ਜਾਂ ਦੋਨੋਂ ਹੱਥ ਦਾ ਵੀ ਹੁੰਦਾ? ਦੇਖੋ ਜਿੰਨੇ ਹੈਗੇ ਨੇ ਸਾਡੇ, ਕਿਉਂਕਿ ਜਿੰਨੇ ਜ਼ਿਆਦਾ ਵਾਈਟਲ ਔਰਗਨ ਹਨ ਉਹ ਖੱਬੇ ਪਾਸੇ ਹਨ। ਅੱਛਾ ਜੀ, ਸੋ ਉਹ ਖੱਬੇ, ਇਸ ਵਜ੍ਹਾ ਕਰਕੇ ਮੈਂ ਖੱਬੇ ਹੱਥ ਦਾ ਜਿਹੜਾ ਹੈਗਾ ਦੱਸਣ ਡਿਆ, ਬਾਕੀ ਸੱਜੇ ਹੱਥ ਦੇ ਵਿੱਚ ਜਿਹਦਾ ਹੁਣ ਖੱਬਾ ਹੱਥ ਨਹੀਂ ਹੈਗਾ ਜੀ ਜੀ ਕਿਸੇ ਕਾਰਨ ਵਜ੍ਹਾ ਕਰਕੇ ਸੱਜਾ ਹੱਥ ਹੈਗਾ, ਅਤੇ ਇਸੇ ਤਰ੍ਹਾਂ ਜੇ ਆਪਾਂ ਇਹਨਾਂ ਪੁਆਇੰਟਾਂ ਨੂੰ ਦੋਨਾਂ ਹੱਥਾਂ ਨੂੰ ਮਿਲਾਵਾਂਗੇ ਇਸ ਤਰ੍ਹਾਂ ਜੀ ਜੀ, ਅਤੇ ਉਹ ਪੁਆਇੰਟ ਜਿਹੜਾ ਉਹਦਾ ਕੋਰਸਪੋਂਡਿੰਗ ਪੁਆਇੰਟ ਜੋ ਸੱਜੇ ਹੱਥ ਉੱਤੇ ਹੈਗਾ ਉਹਦੇ ਉੱਤੇ ਉਪਚਾਰ ਦੇ ਕੇ ਵੀ ਆਪਾਂ ਉਹਦਾ ਇਲਾਜ ਕਰ ਸਕਦੇ ਹੈਗੇ। ਜੀ ਜੀ ਜੀ, ਜਿਸ ਤਰ੍ਹਾਂ ਹੁਣ ਲਿਵਰ ਹੈਗਾ, ਲਿਵਰ ਸਾਡੇ ਹੈ ਹੀ ਸੱਜੇ ਪਾਸੇ, ਸੋ ਲਿਵਰ ਦਾ ਜਿਹੜਾ ਸਭ ਤੋਂ ਵੱਡਾ ਪੁਆਇੰਟ ਹੈਗਾ ਉਹ ਆਹ ਹੈਗਾ ਇਹ ਪੁਆਇੰਟ। ਅੱਛਾ ਜੀ, ਸੋ ਇਹਦੇ ਉੱਤੇ ਆਪਾਂ ਉਪਚਾਰ ਦੇਣ ਦੇ ਨਾਲ ਜਿੰਨੀਆਂ ਵੀ ਲਿਵਰ ਦੀਆਂ ਪ੍ਰੋਬਲਮ ਹਨ ਉਹਨਾਂ ਤੋਂ ਅਸੀਂ ਬਚ ਸਕਦੇ ਹੈਗੇ। ਜੇ ਮੈਂ ਸਹੀ ਸਮਝ ਰਿਹਾ ਤਾਂ ਜੋ ਖੱਬੇ ਹੱਥ ਦੇ ਵਿੱਚ ਪੈਨਕਰਿਆ ਦੇ ਲਈ ਹੈ ਉਹ ਸੱਜੇ ਹੱਥ 'ਚ ਲਿਵਰ ਦੇ ਲਈ ਹੈ? ਹਾਂ, ਉਹੀ ਪੁਆਇੰਟ ਲੱਗਦਾ। ਬਿਲਕੁਲ, ਹਾਂ ਹਾਂ, ਠੀਕ ਹੈ। ਸੋ ਇਹ ਜਿਹੜਾ ਹੈਗਾ ਆ ਪੁਆਇੰਟ ਨੂੰ ਜਿਹੜਾ ਹੈਗਾ ਲਿਵਰ ਦਾ ਬਹੁਤ ਇੰਪੋਰਟੈਂਟ ਪੁਆਇੰਟ ਆ ਸਾਡੇ ਬੋਡੀ ਦਾ ਇਹ। ਸੋ ਇਹਦੇ ਉੱਤੇ ਉਪਚਾਰ ਦੇਣ ਦੇ ਨਾਲ ਅਸੀਂ ਜਿੰਨੀਆਂ ਵੀ ਲਿਵਰ, ਜਿਹਨਾਂ ਨੂੰ ਲਿਵਰ ਦੀ ਪ੍ਰੋਬਲਮ ਹੈ, ਫੈਟੀ ਲਿਵਰ ਹੈ, ਈਵਨ ਸਿਰੋਸਿਸ ਤੱਕ ਜਿਹੜਾ ਹੈਗਾ ਅਸੀਂ ਇਸ ਪੁਆਇੰਟ ਨੂੰ ਜਿਹੜਾ ਹੈਗਾ ਦਬਾ ਕੇ ਠੀਕ ਕਰ ਸਕਦੇ ਹੈਗੇ ਹਾਂ। ਅਤੇ ਸਮਝਣ ਦੀ ਗੱਲ ਹੈਗੀ ਆ ਕਿ ਇਹ ਪੁਆਇੰਟ ਕਿੰਨਾ ਇੰਪੋਰਟੈਂਟ ਹੈਗਾ, ਇਹਨੂੰ ਪਤਾ ਲੱਗ ਗਿਆ, ਅਤੇ ਇਹਦੇ ਉੱਤੇ ਡੇਲੀ ਆਪਣਾ ਜਿਹੜਾ ਹੈਗਾ ਪ੍ਰੈਸ਼ਰ ਦੇਣ ਦੇ ਨਾਲ, ਸੋ ਜਿੰਨੀਆਂ ਵੀ ਲਿਵਰ ਦੇ ਨਾਲ ਰਿਲੇਟਡ ਪ੍ਰੋਬਲਮ ਹਨ ਉਹਨਾਂ ਤੋਂ ਅਸੀਂ ਬਚ ਸਕਦੇ ਹੈਗੇ ਹਾਂ। ਖਾਸ ਕਰਕੇ ਐਮਰਜੈਂਸੀ ਤਾਂ ਅਸੀਂ ਬਹੁਤ ਵਧੀਆ ਤਰੀਕੇ ਨਾਲ ਡੀਲ ਕਰ ਸਕਦੇ। ਮੈਨੂੰ ਇਹ ਪਤਾ ਜੀ ਕਿ ਇਸ ਵਕਤ ਪ੍ਰੋਗਰਾਮ ਦੇਖਦਿਆਂ ਹੋਇਆ ਤੁਸੀਂ ਜ਼ਰੂਰ ਇਹ ਆਪਣੇ ਜਿਹੜੇ ਪੁਆਇੰਟਸ ਨੇ ਨਾਲ ਦੀ ਨਾਲ ਦਬਾ ਕੇ ਦੇਖ ਰਹੇ ਹੋਵੋਗੇ ਕਿ ਤੁਹਾਡੇ ਤਾਂ ਨਹੀਂ ਕਿਤੇ ਦਰਦ ਹੈਗਾ। ਇਹ ਬੜੀ ਜ਼ਰੂਰੀ ਗੱਲ ਹੈ, ਪਰ ਇਹ ਮੇਰਾ ਖਿਆਲ ਤੁਹਾਨੂੰ ਇੱਕ ਵਾਰ ਸਮਝ ਨਹੀਂ ਆਉਣੀ, ਤੁਸੀਂ ਇਸ ਵੀਡੀਓ ਨੂੰ ਵਾਰ ਵਾਰ ਦੇਖੋਗੇ ਤਾਂ ਫਿਰ ਤੁਸੀਂ ਇਹਨੂੰ ਚੰਗੀ ਤਰ੍ਹਾਂ ਸਮਝ ਪਾਓਗੇ ਕਿ ਐਕਚੁਲੀ ਕਿਹੜੇ ਪੁਆਇੰਟ ਦੀ ਗੱਲ ਕਰ ਰਹੇ ਹਾਂ ਅਤੇ ਉੱਥੇ ਕੀ ਪ੍ਰੋਬਲਮ ਹੈ। ਜੇ ਤੁਹਾਨੂੰ ਫਿਰ ਵੀ ਕੋਈ ਸਵਾਲ ਹੋਵੇ, ਖਾਸ ਕਰਕੇ ਇਹਨਾਂ ਜਿਹੜੀ ਵਿਚਾਰ ਚਰਚਾ ਅੱਜ ਆਪਾਂ ਕਰ ਰਹੇ ਹਾਂ, ਕੋਈ ਦਰਦ ਹੈ, ਕਿਤੇ ਕੋਈ ਪੇਨ ਹੈ, ਜਾਂ ਕਿਸੇ ਚੀਜ਼ ਦੇ ਲਈ ਕਿਸੇ ਔਰਗਨ ਦੇ ਪਰਟੀਕੁਲਰ ਪੁਆਇੰਟ ਦਾ ਤੁਸੀਂ ਹੱਥ ਦੇ ਉੱਪਰ ਜਾਣਨਾ ਚਾਹੁੰਦੇ ਹੋ, ਤਾਂ ਉਹਦੇ ਰਿਗਾਰਡਿੰਗ ਤੁਸੀਂ ਸਵਾਲ ਮੇਰੇ ਤੱਕ ਪਹੁੰਚਾ ਸਕਦੇ ਹੋ ਜੀ, ਆਪਾਂ ਡੈਫੀਨੇਟਲੀ ਡਾਕਟਰ ਸਾਹਿਬ ਕੋਲੋਂ ਪੁੱਛਾਂਗੇ। ਇੱਕ ਵਾਲ ਝੜਨ ਦੀ ਗੱਲ ਕਰ ਰਿਹਾ ਜੀ ਵਾਰ ਵਾਰ, ਉਹ ਕਹਿੰਦੇ ਜੀ ਮੈਨੂੰ ਲਿਊਪਸ ਦੀ ਮੈਨੂੰ ਪਤਾ ਨਹੀਂ ਜੀ ਹੁਣ ਇਹ ਬਿਮਾਰੀ ਦਾ ਬਾਰੇ। ਦੇਖੋ ਗੱਲ ਇਹ ਹੈਗੀ ਜੀ, ਜੋ ਵਾਲ ਝੜਨ ਦਾ ਬੇਸਿਕ ਕਾਰਨ ਹੈਗਾ ਆ ਉਹ ਹੈਗਾ ਸਕਿਨ ਦਾ ਹਾਈਡਰੇਟਡ ਨਾ ਹੋਣਾ। ਅੱਛਾ ਜੀ, ਜਦੋਂ ਸਿੱਕਰੀ ਪੈ ਜਾਂਦੀ ਹੈ ਵਾਲਾਂ ਦੇ ਵਿੱਚ, ਉਹਦਾ ਵੀ ਕਾਰਨ ਇਹ ਹੈਗਾ ਕਿ ਸਿਰ ਦੇ ਉੱਤੇ ਜਿਹੜੀ ਹੈਗੀ ਆ ਬਲੱਡ ਸਰਕੂਲੇਸ਼ਨ ਜੀ ਉਹ ਪ੍ਰੋਪਰ ਨਹੀਂ ਹੈਗੀ। ਸੋ ਪਹਿਲੀ ਗੱਲ ਤਾਂ ਹੈਗੀ ਸਰਕੂਲੇਸ਼ਨ ਸਹੀ ਕਰਨ ਦੀ ਜੀ, ਦੂਸਰੀ ਚੀਜ਼ ਹੈਗੀ ਆ ਕਿ ਸਕਿਨ ਨੂੰ ਹਾਈਡਰੇਟ ਕਰਨ ਦੀ। ਕਿਸੇ ਵੀ ਆਪਣੇ ਕੰਡੀਸ਼ਨ ਦੇ ਵਿੱਚ ਸਕਿਨ ਜਿਹੜੀ ਹੈਗੀ ਆ ਉਹ ਡਰਾਈ ਨਹੀਂ ਹੋਣੀ ਚਾਹੀਦੀ ਜੀ ਜੀ, ਅਤੇ ਉਹਦੇ ਲਈ ਹੈਗਾ ਕਿ ਸਾਨੂੰ ਜੋ ਹੈਗਾ ਜੋ ਪਾਣੀ ਹੈਗਾ ਆ ਉਹ ਪ੍ਰੋਪਰ ਮਾਤਰਾ ਦੇ ਵਿੱਚ, ਜਿੰਨਾ ਹੈਗਾ 2 ਤੋਂ 2.5 ਲੀਟਰ ਪਰ ਡੇ ਦਾ ਬਣਦਾ ਆ ਉਹ ਸਾਨੂੰ ਪੀਣਾ ਚਾਹੀਦਾ ਹੈਗਾ ਆ। ਔਰ ਦੂਸਰਾ ਜਿਹੜੀ ਚੀਜ਼ ਹੈਗੀ ਆ ਜੋ ਸਕਿਨ ਦੀ ਮਸਾਜ ਜੀ, ਸੋ ਹਫ਼ਤੇ ਦੇ ਵਿੱਚ ਸਾਨੂੰ 1-2 ਵਾਰੀ ਸਕਿਨ ਦੀ ਅੱਛੀ ਤਰ੍ਹਾਂ ਮਸਾਜ ਜਿਹੜੀ ਹੈਗੀ ਆ ਵਾਲਾਂ ਦੀ ਉਹ ਕਰਨੀ ਚਾਹੀਦੀ ਹੈਗੀ ਆ। ਸੋ ਵਾਲਾਂ ਨੂੰ ਤੇਲ ਲੱਗੇ ਜਾਂ ਨਾ ਲੱਗੇ
ਉਹ ਜਿਹਦੀ ਮਸਾਜ ਦਾ ਅਸਰ ਜ਼ਰੂਰ ਪਹੁੰਚਣਾ ਚਾਹੀਦਾ ਹੈਗਾ ਆ ਜੀ ਜੀ। ਔਰ ਜਿਹਨਾਂ ਨੂੰ ਇਹ ਪ੍ਰੋਬਲਮ ਹੈਗੀ ਆ ਉਹਨਾਂ ਨੂੰ ਥੋੜ੍ਹਾ ਜਿਹਾ ਵਾਲਾਂ ਨੂੰ ਪਕੜ ਕੇ ਤਾਂ ਥੋੜ੍ਹਾ ਜਿਹਾ ਉੱਪਰ ਖਿੱਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈਗੀ ਆ, ਤਾਂ ਕਿ ਜਿਹੜੀ ਹਾਂ ਹੱਥ 'ਚ ਆ ਜਾਣ ਮਤਲਬ ਲੱਗੇ ਨਹੀਂ, ਹੱਥ 'ਚ ਨਹੀਂ ਆਉਣਗੇ। ਲੇਕਿਨ ਗੱਲ ਇਹ ਹੈਗਾ ਕਿ ਜਿਹੜੀਆਂ ਜੜ੍ਹਾਂ ਵੀਕ ਹੋਈਆਂ ਹਨ, ਕਮਜ਼ੋਰ ਹਨ, ਉੱਥੇ ਜਿੱਥੇ ਮਤਲਬ ਸਰਕੂਲੇਸ਼ਨ ਨਹੀਂ ਹੋ ਰਹੀ, ਉਹ ਮਤਲਬ ਸਰਕੂਲੇਸ਼ਨ ਦਾ ਮਤਲਬ ਹੈ ਸਾਡਾ ਕਿ ਸਰਕੂਲੇਸ਼ਨ ਪ੍ਰੋਪਰ ਕਰਨੀ। ਸੋ ਜੇ ਇਹ ਆਪਾਂ ਕਰਾਂਗੇ ਉਹ ਨਾਲ ਨੈਚੁਰਲੀ ਆ ਕਿ ਉੱਥੇ ਸਰਕੂਲੇਸ਼ਨ ਹੋਏਗੀ। ਦੂਸਰਾ ਹੈਗਾ ਕਿ ਕੰਘਾ ਹੈਗਾ ਗਾ, ਕੰਘੇ ਨੂੰ ਆਪਾਂ ਜਿਹੜਾ ਹੈਗਾ ਬਿਲਕੁਲ ਡਰਾਈ, ਉਸ ਤਰ੍ਹਾਂ ਹੀ ਜਿਹੜਾ ਹੈਗਾ ਵਾਲਾਂ ਦੇ ਵਿੱਚ ਵਾਰ ਵਾਰ ਕੰਘਾ ਕਰਨ ਦੇ ਨਾਲ ਕਿ ਉੱਥੇ ਜਿਹੜਾ ਸਾਡਾ ਬਲੱਡ ਸਰਕੂਲੇਸ਼ਨ ਹੋਏਗੀ ਅਤੇ ਉਹਦੇ ਨਾਲ ਵੀ ਜੜ੍ਹਾਂ ਜਿਹੜੀਆਂ ਹੈਗੀਆਂ ਮਜ਼ਬੂਤ ਹੋਣਗੀਆਂ ਅਤੇ ਉਹ ਜਿਹੜੀ ਹੈਗੇ ਵਾਲ ਨਹੀਂ ਚੜ੍ਹਨਗੇ। ਫਿਰ ਸਭ ਤੋਂ ਇੰਪੋਰਟੈਂਟ ਪੁਆਇੰਟ ਹੈਗਾ ਕਿ ਆਮ ਅਸੀਂ ਅਪਰਾਈਟ ਕਰਦੇ ਆਪਣੇ ਅਸੀਂ ਪੋਜੀਸ਼ਨ ਦੇ ਵਿੱਚ ਰਹਿੰਦੇ ਹੈਗੇ ਹਾਂ, ਸੋ ਸਾਡੇ ਬ੍ਰੇਨ ਨੂੰ ਜੋ ਬਲੱਡ ਸਪਲਾਈ ਹੈਗੀ ਆ ਉਹ ਪ੍ਰੋਪਰ ਨਹੀਂ ਹੁੰਦੀ, ਅਤੇ ਉਹਦੇ ਲਈ ਹੈਗਾ ਕਿ ਸਲਾਂਟ ਪੋਜੀਸ਼ਨ ਦੇ ਵਿੱਚ ਜਿਹਦੇ ਵਿੱਚ ਪੈਰ ਉੱਚੇ ਹੋਣ ਔਰ ਸਿਰ ਥੋੜ੍ਹਾ ਨੀਵਾਂ ਹੋਵੇ ਅਤੇ ਪੈਰ ਤਕਰੀਬਨ 1.5 ਫੁੱਟ ਉੱਚੇ ਹੋਣ, ਅਤੇ ਉਹਦੇ ਵਿੱਚ ਕੀ ਹੈਗਾ ਸਿਰਫ ਅਸੀਂ ਉਸ ਪੋਜੀਸ਼ਨ ਦੇ ਵਿੱਚ 10 ਮਿੰਟ 24 ਘੰਟੇ 'ਚ ਰਹੀਏ ਤਾਂ ਜੋ ਬ੍ਰੇਨ ਨੂੰ ਜਿਹੜੀ ਹੈਗੀ ਆ ਸਾਡੀ ਬਲੱਡ ਸਪਲਾਈ ਉਹ ਪ੍ਰੋਪਰ ਹੋ ਜਾਂਦੀ ਹੈਗੀ ਆ, ਅਤੇ ਉਹਦੇ ਵਿੱਚ ਲੰਬੇ ਸਾਹ ਲੈ ਜਾਣ ਅਤੇ ਜਿਹੜੀ ਹੈਗੀ ਆ ਉਹ ਪ੍ਰੋਬਲਮ ਜਿਹੜੀ ਹੈਗੀ ਆ ਬਹੁਤ ਹੱਦ ਤੱਕ ਹੱਲ ਹੋ ਜਾਂਦੀ ਹੈਗੀ ਆ। ਸੋ ਬਾਕੀ ਜਿਹੜੀ ਹੈਗੀ ਆ ਜੋ ਆਹਾਰ ਹੈਗਾ ਆ ਉਹ ਸਾਨੂੰ ਜਿਹੜਾ ਬੋਡੀ ਦਾ ਇਨਵਾਇਰਮੈਂਟ ਹੈ ਉਹ ਸਾਨੂੰ ਐਲਕਲਾਈਨ ਬਣਾਉਣ ਦੀ ਲੋੜ ਹੈਗੀ ਆ। ਸੋ ਐਸੀਡੋਸਿਸ ਜਿਹੜਾ ਹੈਗਾ ਉਹ ਵੀ ਇੱਕ ਮੇਨ ਇਹਦਾ ਕਾਰਨ ਹੈਗਾ ਆ। ਸੋ ਉਸ ਚੀਜ਼ ਵੱਲ ਵੀ ਸਾਨੂੰ ਜਿੰਨੇ ਆ ਐਲਕਲਾਈਨ ਡਾਇਟ ਵੱਲ ਹੈਗੀ ਆ ਉਹ ਜ਼ਿਆਦਾ ਲੈਣੀ ਚਾਹੀਦੀ ਹੈਗੀ ਆ, ਤਾਂ ਇਸ ਪ੍ਰੋਬਲਮ ਤੋਂ ਬਚਿਆ ਜਾ। ਸੋ ਦੇਖੋ ਜੀ, ਇੱਕ ਇੱਕ ਲਾਈਨ ਦੇ ਵਿੱਚ ਡਾਕਟਰ ਸਾਹਿਬ ਆਪਾਂ ਨੂੰ ਮੇਰੇ ਖਿਆਲ ਨਾਲ ਜਿਹੜਾ ਮਹੀਨਿਆਂ ਦਾ ਅਤੇ ਕਈ ਹਜ਼ਾਰਾਂ ਰੁਪਈਆਂ ਦਾ ਜਿਹੜਾ ਇਲਾਜ ਹੈ ਉਹ ਦੱਸ ਰਹੇ ਨੇ। ਸੋ ਇਹਨਾਂ ਨੂੰ ਅਸੀਂ ਚਾਹੁੰਦੇ ਹਾਂ ਕਿ ਵੀ ਇਹ ਜਿਹੜੀ ਅਵੇਅਰਨੈਸ ਪ੍ਰਾਈਮਰੀ ਸ਼ੈਅ ਟੀ ਵੀ ਦੇ ਵੱਲੋਂ ਅਸੀਂ ਕੋਸ਼ਿਸ਼ ਕਰਕੇ ਘਰ ਘਰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਇਹਦੇ ਵਿੱਚ ਤੁਸੀਂ ਵੀ ਸਾਡਾ ਸਾਥ ਦਿਓ। ਜੇਕਰ ਤੁਸੀਂ ਅੱਜ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਦਾ ਬਟਨ ਪ੍ਰੈਸ ਕਰ ਦਿਓ। ਪਲੱਸ ਤੁਸੀਂ ਇਹ ਜਿਹੜੀ ਵੀਡੀਓ ਹੈ ਇਹਦੇ ਲਿੰਕ ਨੂੰ ਐਜ਼ ਇਟ ਇਜ਼ ਵਟਸਐਪ ਦੇ ਉੱਪਰ ਆਪਣੇ ਸੱਜਣਾ ਮਿੱਤਰਾਂ ਦੋਸਤਾਂ ਨਾਲ ਸ਼ੇਅਰ ਕਰਨਾ ਚਾਹੋ ਤਾਂ ਉਹਦੇ 'ਤੇ ਕੋਈ ਕਾਪੀਰਾਈਟ ਦਾ ਰੌਲਾ ਨਹੀਂ ਹੈ। ਹਾਂ, ਇਹਨੂੰ ਡਾਊਨਲੋਡ ਕਰਕੇ ਇਹਦੇ ਨਾਲ ਛੇੜਛਾੜ ਕਰਦੇ ਹਾਂ ਉਹ ਇੱਕ ਡਿਫਰੈਂਟ ਇਸ਼ੂ ਹੈ, ਪਰ ਜੇ ਆਪਾਂ ਇਸੇ ਲਿੰਕ ਨੂੰ ਵਟਸਐਪ ਦੀ ਵੀਡੀਓ ਤੁਸੀਂ ਦੇਖ ਰਹੇ ਹੋ ਇਹਦੇ ਲਿੰਕ ਨੂੰ ਤੁਸੀਂ ਅੱਗੇ ਸ਼ੇਅਰ ਕਰਨਾ ਚਾਹੋ ਤਾਂ ਤੁਸੀਂ ਜਿੱਥੇ ਮਰਜ਼ੀ ਆਪਣੇ ਵਟਸਐਪ ਗਰੁੱਪਸ ਦੇ ਵਿੱਚ ਭੇਜ ਸਕਦੇ ਹੋ। ਪ੍ਰਾਈਮੇਸ਼ੀਆ ਟੀ ਵੀ ਦੀ ਇਸ ਮਦਦ ਦੇ ਲਈ ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ, ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਕਿ ਇਹ ਵਾਲੀ ਜਿਹੜੀ ਅਵੇਅਰਨੈਸ ਹੈ ਉਹ ਜ਼ਰੂਰ ਘਰ ਘਰ ਪਹੁੰਚਣੀ ਚਾਹੀਦੀ ਹੈ, ਕਿਉਂਕਿ ਕਈ ਵਾਰ ਆਪਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਐਸੀਆਂ ਥਾਵਾਂ 'ਤੇ ਬੈਠੇ ਹੁੰਦੇ ਹਾਂ ਕਿ ਆਪਾਂ ਆਪਣੇ ਸਰੀਰ ਵੱਲ ਜੇ ਚਾਹੁੰਦੇ ਵੀ ਹਾਂ ਤਾਂ ਵੀ ਨਹੀਂ ਧਿਆਨ ਦੇ ਪਾਉਂਦੇ, ਜਾਂ ਤਾਂ ਉਹ ਕੰਮ ਦੀਆਂ ਮਜਬੂਰੀਆਂ ਨੇ ਜਾਂ ਆਸ ਪਾਸ ਕੋਈ ਚੰਗਾ ਡਾਕਟਰ ਅਵੇਲੇਬਲ ਨਾ ਹੋਣਾ ਜਾਂ ਹੋਰ ਕਈ ਕਾਰਨ ਹੋ ਸਕਦੇ ਆ। ਸੋ ਇਹੋ ਜਿਹੇ ਮੌਕੇ 'ਤੇ ਜੇ ਆਪਾਂ ਖੁਦ ਹੀ ਆਪਣੇ ਸਰੀਰ ਨੂੰ ਥੋੜ੍ਹਾ ਬਹੁਤ ਸਮਝ ਲਈਏ ਕਿ ਆਪਾਂ ਕਿੱਥੇ ਕਿੱਥੇ ਕਿਹੜੀ ਕਿਹੜੀ ਚੀਜ਼ ਦਾ ਕਿਵੇਂ ਇਲਾਜ ਕਰ ਸਕਦੇ ਹਾਂ ਤਾਂ ਆਪਣੇ ਲਈ ਬਹੁਤ ਬੈਨੀਫਿਸ਼ਰੀ ਰਹੂਗਾ। ਤੁਸੀਂ ਸਰ ਬੜੇ ਵਧੀਆ ਤਰੀਕੇ ਨਾਲ ਇਹ ਸਾਰਾ ਕੁਛ ਦੱਸ ਰਹੇ ਹੋ, ਸਮਝਾ ਰਹੇ ਹੋ। ਹੁਣ ਇੱਕ ਚੀਜ਼ ਮੈਂ ਜ਼ਰੂਰ ਤੁਹਾਡੇ ਕੋਲ ਜਾਣਨੀ ਚਾਹੁੰਦਾ ਕਿ ਇਹ ਕਈ ਵਾਰ ਆਪਣੇ ਜਿਹੜੀ ਪੇਨ ਹੁੰਦੀ ਹੈ ਨਾ ਜੀ, ਉਹਨੂੰ ਉਸ ਪੇਨ ਨੂੰ ਇਹ ਕਹਿ ਲਿਆ ਜਾਂਦਾ ਹੈ ਕਿ ਜੀ ਵੀ ਇਹ ਕੋਈ ਮਸਲ ਦੀ ਪੇਨ ਹੈ। ਜੀ ਜੀ। ਹੁਣ ਮਸਲ ਦੀ ਪੇਨ ਅਤੇ ਹੱਡੀ ਦੀ ਪੇਨ ਅਤੇ ਜਾਂ ਫਿਰ ਕਿਸੇ ਬਿਮਾਰੀ ਦੀ ਪੇਨ, ਜੀ ਜੀ, ਇਹ ਹੁਣ 3 ਤਰ੍ਹਾਂ ਦੀਆਂ ਹੋ ਗਈਆਂ। ਜੀ ਜੀ ਜੀ। ਇਹ ਕਿਵੇਂ ਜੱਜ ਕੀਤਾ ਜਾ ਸਕਦਾ ਕਿ ਸਿਰਫ ਮਸਲ ਦੀ ਪੇਨ ਹੈ ਜਾਂ ਕੋਈ ਹੱਡੀ ਦੀ ਪ੍ਰੋਬਲਮ ਆ ਗਈ ਹੈ ਅਤੇ ਜਾਂ ਫਿਰ ਇਹ ਕਿਸੇ ਹੋਰ ਬਿਮਾਰੀ ਦਾ ਕਰਕੇ ਨਾੜਾਂ 'ਚ ਪ੍ਰੋਬਲਮ? ਜੀ ਜੀ, ਬਿਲਕੁਲ। ਇਹ ਕਿਵੇਂ ਪੁਆਇੰਟ? ਬਹੁਤ ਅੱਛਾ ਪੁਆਇੰਟ ਹੈ ਜੀ। ਇਹਦੇ ਵਿੱਚ ਗੁਰਪ੍ਰੀਤ ਸਿੰਘ ਜੀ, ਗੱਲ ਹੈਗੀ ਆ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਚੁੱਕਾ ਹੈਗਾ ਕਿ ਇਹ ਜੋ ਹੈਗੇ ਨੇ ਪੇਨ ਦੇ ਪੁਆਇੰਟਸ ਹਨ, ਜੀ ਜੀ, ਇਹ ਇਹਨਾਂ ਤੋਂ ਅਸੀਂ ਡਾਇਗਨੋਸ ਕਰ ਸਕਦੇ ਹੈਗੇ ਹਾਂ। ਸੋ ਆਮ ਜਿਸ ਤਰ੍ਹਾਂ ਹੁਣ ਸਰਵਾਈਕਲ ਦੇ ਬਾਰੇ ਮੈਂ ਦੱਸ ਚੁੱਕਾ ਹੈਗਾ, ਜੀ ਜੀ, ਇਸ ਤਰ੍ਹਾਂ ਹੈਗੀ ਆ ਮੋਢੇ ਦੀ ਦਰਦ। ਹਾਂਜੀ, ਮੋਢੇ ਤੋਂ ਵੀ ਅਕਸਰ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਹੈਗੇ। ਸੋ ਮੋਢੇ ਦਾ ਜੋ ਪੁਆਇੰਟ ਹੈਗਾ ਆ ਉਹ ਸਾਡਾ ਇਹ ਜੋ ਪੁਆਇੰਟ ਹੈਗਾ ਆ, ਠੀਕ ਹੈ ਜੀ, ਇਸ ਪਾਸੇ ਇਹ ਪੁਆਇੰਟ ਹੈਗਾ, ਇਹ ਤੋਂ ਆਪਾਂ ਕਰਾਂਗੇ ਪ੍ਰੈਸ ਦਵਾਂ। ਕਈ ਵਾਰੀ ਤਾਂ ਇੰਨੀ ਇਹ ਪ੍ਰੋਬਲਮ ਹੁੰਦੀ ਹੈਗੀ ਆ ਕਿ ਸ਼ੋਲਡਰ ਫ੍ਰੀਜ਼ ਹੋ ਗਿਆ ਜੀ, ਹਾਂਜੀ, ਈਵਨ ਬਾਂਹ ਵੀ ਉੱਪਰ ਨਹੀਂ ਚੱਕੀ ਜਾ ਰਹੀ, ਜਿਹੜੇ ਪੱਗ ਬੰਨਦੇ ਨੇ ਪੱਗ ਬੰਨਣੀ ਬਹੁਤ ਮੁਸ਼ਕਲ ਹੋ ਜਾਂਦੀ ਆ, ਈਵਨ ਕੰਘਾ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਆ। ਉਸ ਪੁਆਇੰਟ ਦੇ ਵਿੱਚ ਅਸੀਂ ਕੀ ਕਰਾਂਗੇ, ਇਸ ਪੁਆਇੰਟ ਦੇ ਉੱਤੇ ਆਪਾਂ ਪ੍ਰੈਸ਼ਰ ਦੇਵਾਂਗੇ ਅਤੇ ਜਾਂ ਇਹਦੇ ਨਾਲ ਜਿਹੜਾ ਹੈਗਾ ਆ ਸਿਰਫ 2 ਮਿੰਟ ਕਰਨ ਦੇ ਨਾਲ ਅਸੀਂ ਦੇਖਾਂਗੇ ਕਿ ਸਾਡੀ ਬਾਂਹ ਇੱਕਦਮ ਉੱਪਰ ਚੱਕਣ ਲੱਗ ਪਈ ਆ। ਅੱਛਾ, ਇਹ ਪ੍ਰੋਬਲਮ ਸਾਡੇ ਪਤਾ ਹੀ ਨਹੀਂ ਕਿੱਥੇ ਗਈ ਹੈਗੀ ਆ। ਸੋ ਇੰਨਾ ਇਹ ਇਫੈਕਟਿਵ ਜਿਹੜਾ ਹੈਗਾ ਇਹ ਟ੍ਰੀਟਮੈਂਟ ਹੈਗਾ ਆ, ਐਮਰਜੈਂਸੀ ਲਈ ਤਾਂ ਬਹੁਤ ਜ਼ਰੂਰੀ ਹੈਗਾ, ਅਦਰਵਾਈਜ਼ ਵੀ ਆਪਣੇ ਡੇਲੀ ਲਾਈਫ ਦੇ ਵਿੱਚ ਅਸੀਂ ਇਸ ਨੂੰ ਕਰਾਂਗੇ ਤਾਂ ਇਹ ਕਿ ਰਹੇਗਾ ਇਸ ਚੀਜ਼ ਤੋਂ ਬਚਿਆ ਜਾ ਸਕਦਾ ਆ। ਫਿਰ ਇੱਕ ਹੋਰ ਜਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ ਕਿ ਉਹ ਬਾਕੀ ਜਿਹੜੇ ਹੈਗੀ ਆ ਇਹ ਪੇਟ ਨਾਲ ਰਿਲੇਟਡ ਹੈ ਜਾਂ ਜਿਹੜੀ ਹੈਗੀ ਆ ਸਾਡੇ ਮਸਲ ਦੇ ਨਾਲ ਰਿਲੇਟਡ ਹੈਗੀ ਆ, ਜਿਸ ਤਰ੍ਹਾਂ ਪੇਟ ਦਾ ਪੁਆਇੰਟ ਦੱਸਿਆ ਮੈਂ ਉਹ ਤੋਂ ਪਹਿਲਾਂ ਦੱਸ ਚੁੱਕਾ ਹੈਗਾ ਕਿ ਉਹਦੇ ਉੱਤੇ ਆਪਾਂ ਉਪਚਾਰ ਦੇ ਕੇ ਦੇਖ ਲਈਏ ਜੇ ਤਾਂ ਉੱਥੇ ਪੇਨ ਹੈਗੀ ਆ ਤਾਂ ਇਹਦਾ ਮਤਲਬ ਉਹ ਪੁਆਇੰਟ ਵੀ ਇਨਵੋਲਵ ਹੈਗਾ, ਅਤੇ ਜੇ ਨਹੀਂ ਹੈਗਾ ਤਾਂ ਫਿਰ ਇਹ ਮਸਲ ਦੀ ਹੈਗੀ ਆ।
ਪਾਸੇ ਦੇਖ ਲਵਾਂਗੇ ਚੈੱਕ ਕਰਕੇ, ਜੇ ਤਾਂ ਇੱਥੇ ਪੇਨ ਹੈਗੀ ਆ ਅਤੇ ਮਤਲਬ ਸਾਡੇ ਉੱਥੇ ਵੀ ਫਾਲਟ ਹੈਗਾ ਆ, ਤਾਂ ਇਹਦਾ ਸਾਨੂੰ ਪਤਾ ਲੱਗ ਜਾਏਗਾ ਕਿ ਪੇਟ ਨਾਲ ਰਿਲੇਟਡ ਪ੍ਰੋਬਲਮ, ਪੇਟ ਨਾਲ ਰਿਲੇਟਡ ਪ੍ਰੋਬਲਮ ਹੈਗੀ ਇਹ ਪੁਆਇੰਟ। ਅੱਛਾ, ਇਹ ਆਪਾਂ ਕੋਈ ਵੀ ਬਿਮਾਰੀ ਹੈ ਉਹਦਾ ਜੇ ਆਪਾਂ ਇਹ ਪੁਆਇੰਟ ਪ੍ਰੈਸ ਕਰਦੇ ਰਹਿੰਦੇ ਹਾਂ ਤਾਂ ਉਹ ਆਪਣੇ ਆਪ ਹੀਲ ਹੋਣ ਲੱਗ ਜਾਂਦੀ? ਬਿਲਕੁਲ, ਉਹਦੀ ਆਪਣੇ ਆਪ ਹੀਲਿੰਗ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਆ, ਕਿਉਂਕਿ ਕੋਈ ਵੀ ਬਿਮਾਰੀ ਹੈਗੀ ਆ ਉਹ ਓਵਰਨਾਈਟ ਨਹੀਂ ਆਉਂਦੀ। ਜੀ ਜੀ, ਇੱਕ ਸਟ੍ਰੈਸ ਬਣਦੀ ਹੈਗੀ ਆ ਉਸ ਪਰਟੀਕੁਲਰ ਔਰਗਨ ਦੇ ਉੱਤੇ, ਅਤੇ ਉਹ ਜਿਹੜੀ ਹੈਗੀ ਆ ਰੋਜ਼ ਦੇ ਰੋਜ਼ ਬਣ ਕੇ, ਅਤੇ ਜਿੰਨਾ ਚਿਰ ਆਪਣੇ ਕਲਾਈਮੈਕਸ 'ਤੇ ਨਹੀਂ ਪਹੁੰਚਦੀ ਅਸੀਂ ਮਹਿਸੂਸ ਨਹੀਂ ਕਰਦੇ, ਥੋੜ੍ਹੀ ਬਹੁਤੀ ਪੇਨ ਹੁੰਦਾ ਅਸੀਂ ਉੱਦਾਂ ਇਗਨੋਰ ਕਰ ਦਿੰਦੇ ਹੈਗੇ, ਅਤੇ ਜਦੋਂ ਸਾਡੀ ਬਿਲਕੁਲ ਬਸ ਹੋ ਜਾਂਦੀ ਹੈਗੀ ਉਦੋਂ ਅਸੀਂ ਕਹਿੰਦੇ ਵੀ ਹਾਂ ਪੇਨ ਹੋ ਰਹੀ ਆ। ਸੋ ਉਹਦੇ ਬਾਅਦ ਜਿਹੜਾ ਹੈਗਾ ਜੇ ਆਪਾਂ ਆਹਿਸਤਾ ਆਹਿਸਤਾ ਉਹਨੂੰ ਕਰਦੇ ਰਹਾਂਗੇ, ਸੋ ਜਿੰਨਾ ਕੁ ਟਾਈਮ ਬਿਮਾਰੀ ਨੂੰ ਆਉਣ ਨੂੰ ਲੱਗਿਆ ਹੈਗਾ ਉਹ ਤੋਂ ਤੁਸੀਂ ਡਬਲ ਜਾਂ ਟ੍ਰਿਪਲ ਟਾਈਮ ਲਾ ਲਓ ਵੀ ਸਾਨੂੰ ਠੀਕ ਹੋਣ ਨੂੰ ਲੱਗ ਸਕਦਾ ਆ। ਸੋ ਆਪਾਂ ਰੈਗੂਲਰਲੀ ਉਸ ਪੁਆਇੰਟ ਨੂੰ ਕਰਾਂਗੇ ਤਾਂ ਉਹ ਜਿਹੜੀ ਹੈਗੀ ਆ ਤਕਲੀਫ ਹੌਲੀ ਹੌਲੀ ਜਾ ਸਕਦੀ ਆ, ਸੋ ਠੀਕ ਹੋ ਜੂਗੀ ਉਹ। ਹਾਂਜੀ, ਇੱਕ ਪੁਆਇੰਟ ਹੋਰ ਮੈਂ ਬਹੁਤ ਜ਼ਰੂਰੀ ਹੈਗਾ ਦੱਸ ਦੇਣਾ ਚਾਹੁੰਦਾ ਕਿ ਬੱਚਿਆਂ ਦੇ ਬਾਰੇ ਇਹ ਪ੍ਰੋਬਲਮ ਆਮ ਆਉਂਦੀ ਹੈਗੀ ਜੀ, ਉਹ ਕੀ ਹੈਗੀ ਆ ਬੈੱਡ ਵੈਟਿੰਗ ਦੀ, ਕਿ ਸੁੱਤੇ ਸੁੱਤੇ ਪਿਸ਼ਾਬ ਕਰ ਦਿੰਦੇ ਨੇ ਬੱਚੇ, ਬੜੇ ਆਪਣੇ ਪੇਰੈਂਟਸ ਬੜੇ ਪਰੇਸ਼ਾਨ ਹੋ ਜਾਂਦੇ ਹਨ, ਤਾਂ ਬੱਚੇ ਦੀ ਨੀਂਦ ਹੈਗੀ ਉਹ ਵੀ ਡਿਸਟਰਬ ਹੁੰਦੀ ਹੈਗੀ ਆ। ਸੋ ਉਹਦੇ ਲਈ ਇੱਕ ਬਹੁਤ ਸਿੰਪਲ ਪੁਆਇੰਟ ਹੈਗਾ ਇਹ ਚੀਚੀ ਵਾਲਾ, ਇਸ ਪੁਆਇੰਟ ਇਹ ਬੱਚੇ ਦੇ ਇਸ ਪੁਆਇੰਟ ਦੇ ਉੱਤੇ ਪ੍ਰੈਸ਼ਰ ਕੀਤਾ ਜਾਵੇ। ਅੱਛਾ ਜੀ, ਤਾਂ ਉਹਦੀ ਜਿਹੜੀ ਹੈਗੀ ਬੈੱਡ ਵੈਟਿੰਗ ਦੀ ਜਿਹੜੀ ਪ੍ਰੋਬਲਮ ਹੈਗੀ ਉਹ ਦਿਨਾਂ ਦੇ ਵਿੱਚ ਖਤਮ ਹੋ ਸਕਦੀ ਹੈਗੀ ਆ। ਅੱਛਾ ਜੀ, ਔਰ ਇੱਕ ਹੋਰ ਪੁਆਇੰਟ ਬੜਾ ਜ਼ਰੂਰੀ ਆ, ਖਜੂਰ ਹੈਗੀ ਆ ਆਮ ਖਾਣ ਵਾਲੀ ਚੀਜ਼ ਹੈਗੀ ਆ ਕੋਮਨ, ਸੋ ਖਜੂਰ ਨੂੰ ਜਿਹੜਾ ਹੈਗਾ ਆ ਥੋੜ੍ਹੇ ਦੁੱਧ ਦੇ ਵਿੱਚ ਇਹ ਟੂ ਟਾਈਪ ਮਿਲਕ ਦੇ ਵਿੱਚ ਉਸਨੂੰ ਬੋਇਲ ਕਰਕੇ ਉਹ ਜਿਹੜਾ ਹੈਗਾ ਬੱਚੇ ਨੂੰ ਦੁੱਧ ਦਿੱਤਾ ਜਾਵੇ, ਅਤੇ ਉਹ ਜਿਹੜੀ ਖਜੂਰ ਹੈਗੀ ਉਹ ਨਰਮ ਹੋ ਜਾਂਦੀ ਆ ਫਿਰ, ਅਤੇ ਉਹਨੂੰ ਕਹਿਤਾ ਜਾਵੇ ਤੂੰ ਖਾ ਲਾ ਇਹਨੂੰ, ਸੋ ਬੱਚਾ ਉਹ ਖਜੂਰ ਖਾ ਲਵੇ ਅਤੇ ਉਹ ਦੁੱਧ ਪੀ ਲਵੇ, ਅਤੇ ਨਾਲ ਇਸ ਪੁਆਇੰਟ ਦੇ ਉੱਤੇ ਜਿਹੜਾ ਹੈਗਾ ਉਸਨੂੰ ਪ੍ਰੈਸ਼ਰ ਆਪਾਂ ਦਿੰਦੇ ਰਹਾਂਗੇ, ਅਤੇ ਮੇਰਾ ਖਿਆਲ ਹੈ ਕਿ ਦਿਨਾਂ ਦੇ ਵਿੱਚ ਉਹ ਜਿਹੜੀ ਬੱਚੇ ਦੀ ਇੱਕ ਹੈਬਿਟ ਬਣ ਗਈ ਹੈਗੀ ਆ ਇਹ ਪ੍ਰੋਬਲਮ ਖਤਮ ਹੋ ਜਾਏਗੀ, ਦੂਰ ਹੋ ਜਾਊਗੀ, ਦੂਰ ਹੋ ਜਾਊਗੀ। ਸੋ ਇਹ ਬੜੀ ਇੰਪੋਰਟੈਂਟ ਚੀਜ਼ ਹੈ ਜੀ, ਮੋਸਟਲੀ ਆਪਾਂ ਕਈ ਵਾਰ ਬਾਹਰ ਜਾ ਕੇ ਐਂਬੈਰਸ ਹੁੰਦੇ ਹਾਂ ਜੇ ਮੰਨ ਲਓ ਤੁਸੀਂ ਡਾਇਪਰ ਨਹੀਂ ਲਾਇਆ ਆਪਣੇ ਬੱਚੇ ਨੂੰ ਐਂਡ ਉਹਨੇ ਇੱਦਾਂ ਦਾ ਕੰਮ ਕਰ ਲਿਆ, ਈਵਨ ਘਰ 'ਚ ਵੀ ਕਿਤੇ ਇੱਦਾਂ ਦੀ ਗੱਲਬਾਤ ਹੋ ਗਈ ਤਾਂ ਪ੍ਰੋਬਲਮ ਆ ਜਾਂਦੀ ਹੈ। ਇਹ ਵਾਰ ਵਾਰ ਇੱਕ ਡਾਕਟਰ ਸਾਹਿਬ ਪੁੱਛਿਆ ਜਾ ਰਿਹਾ ਵੀ ਅਸੀਂ ਮੈਂ ਦੱਸਦਾ ਜੀ ਕਿ ਕੰਟੈਕਟ ਨੰਬਰ ਜਿਹੜਾ ਹੈ ਉਹ ਯੂਟਿਊਬ ਦੇ ਜਿਹੜਾ ਅਸੀਂ ਤੁਸੀਂ ਵੀਡੀਓ ਦੇਖਦੇ ਹੋ ਇਹਦੇ ਵਿੱਚ ਵਾਰ ਵਾਰ ਨਸ਼ਰ ਕਰਦੇ ਰਹਿੰਦੇ ਅਸੀਂ ਡਾਕਟਰ ਸਾਹਿਬ ਦਾ ਜਿਹੜਾ ਫੋਨ ਨੰਬਰ ਹੈ, ਪਰ ਉਹ ਕਦੋਂ ਤੁਹਾਨੂੰ ਫੋਨ ਕਰ ਸਕਣ ਜੀ? ਇੱਕ ਤਾਂ ਇਹ ਦੱਸ ਦਿਓ, ਇੱਕ ਤੁਹਾਡੇ ਹੋਸਪਿਟਲ ਬਾਰੇ ਪੁੱਛਿਆ ਜਾ ਰਿਹਾ ਜੀ। ਦੇਖੋ ਗੁਰਪ੍ਰੀਤ ਜੀ, ਗੱਲ ਇਹ ਹੈਗੀ ਆ ਕਿ ਜਿੱਥੇ ਤੱਕ ਫੋਨ ਦਾ ਤਲਕ ਹੈਗਾ, ਮੈਂ ਇੱਕ ਚੀਜ਼ ਦੱਸ ਦਿੰਦਾ ਦਰਸ਼ਕਾਂ ਨੂੰ ਕਿ ਮੇਰੀ ਜੋ ਡੇਲੀ ਲਾਈਫ ਹੈਗੀ ਆ ਉਹ ਤਕਰੀਬਨ ਡੈਡੀਕੇਟਡ ਹੈ ਟੂ ਪੇਸ਼ੈਂਟਸ, ਔਰ ਉਹਦੇ ਵਿੱਚ ਇਤਨਾ ਕੁ ਜ਼ਿਆਦਾ ਯਾਨੀ ਕਿ ਸਵੇਰ ਤੋਂ ਸ਼ਾਮ ਤੱਕ ਮੈਂ ਬਿਜ਼ੀ ਹੁੰਦਾ ਹਾਂ ਕਿ ਜਿਹੜਾ ਹੈਗਾ ਦੂਸਰਾ ਫੋਨ ਕਰਨਾ ਮਤਲਬ ਅਟੈਂਡ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ। ਸੋ ਉਹਦੇ ਲਈ ਮੈਂ ਜੋ ਟਾਈਮ ਸਵੇਰ ਤੋਂ ਯਾਨੀ ਕਿ 8 to 10 ਔਰ ਇਸ ਤਰ੍ਹਾਂ ਜਿਹੜਾ ਹੈਗਾ ਸ਼ਾਮ ਨੂੰ ਜਿਹੜਾ ਹੈਗਾ 8 to 10 ਹੀ ਮੈਂ ਕਹਾਂ ਕਿ ਉਹ ਵੀ ਠੀਕ ਰਹੇਗਾ। ਸੋ ਉਹਦੇ ਵਿੱਚ ਮੈਨੂੰ ਕੋਸ਼ਿਸ਼ ਕਰਾਂਗਾ ਕਿ ਉਹਦੇ ਵਿੱਚ ਮੈਂ ਫੋਨ ਕਾਲ ਅਟੈਂਡ ਕਰ ਸਕਾਂ। ਜੀ ਜੀ, ਅਤੇ ਇੰਡੀਆ ਟਾਈਮਿੰਗ ਦੇ, ਇੰਡੀਆ ਟਾਈਮਿੰਗ ਦੇ। ਸੋ ਬਾਕੀ ਦਾ ਹੈਗਾ ਕਿਉਂਕਿ ਪੇਸ਼ੈਂਟ ਇੰਨੀ ਜ਼ਿਆਦਾ ਕਾਫੀ ਬਹੁਤ ਦੂਰੋਂ ਆਉਂਦੇ ਨੇ, ਕਈਆਂ ਨੂੰ ਬਹੁਤ ਦੇਰ ਬੈਠਣਾ ਪੈਂਦਾ ਹੈਗਾ, ਕਈ ਵਾਰੀ ਮਜਬੂਰੀ ਇਹ ਵੀ ਹੋ ਜਾਂਦੀ ਹੈਗੀ ਆ ਕਿ ਪੇਸ਼ੈਂਟ ਵੇਟ ਕਰ ਕਰਕੇ ਵਿਚਾਰੇ ਉਸ ਤਰ੍ਹਾਂ ਹੀ ਜਾਣਾ ਪੈਂਦਾ ਹੈਗਾ ਉਹਨਾਂ ਨੂੰ। ਸੋ ਇਹ ਮੇਰੀ ਇੱਕ ਰਿਕੁਐਸਟ ਹੈਗੀ ਆ ਕਿ ਉਸ ਟਾਈਮ ਨੂੰ ਪਲੀਜ਼ ਜਿਹੜਾ ਹੈਗਾ ਉਹ ਓਬਜ਼ਰਵ ਕੀਤਾ ਜਾਵੇ ਤਾਂ ਕਿ ਮੈਨੂੰ ਵੀ ਕੋਈ ਇਨਕਨਵੀਨੀਅੰਸ ਨਾ ਹੋਵੇ ਔਰ ਦਰਸ਼ਕਾਂ ਨੂੰ ਵੀ ਜਿਹੜੀ ਹੈਗੀ ਆ ਉਹ ਆਪਣੇ ਪ੍ਰੋਬਲਮ ਨਾ ਹੋਵੇ। ਮੇਰੀ ਕੋਸ਼ਿਸ਼ ਹੋਏਗੀ ਕਿ ਉਸ ਟਾਈਮ ਫੋਨ ਔਨ ਹੋਵੇ, ਬਸ ਕਿਸੇ ਕਾਰਨ ਵਜ੍ਹਾ ਕਰਕੇ ਉਹ ਜਿਹੜਾ ਹੈਗਾ ਨਹੀਂ ਵੀ ਪੋਸੀਬਲ ਹੋ ਜਾਂਦਾ, ਕਿਉਂਕਿ ਕਈ ਵਾਰੀ ਪੇਸ਼ੈਂਟ ਬਹੁਤ ਜਲਦੀ ਆ ਗਏ ਨੇ ਅਤੇ ਮੈਨੂੰ ਉਹਨਾਂ ਨੂੰ ਅਟੈਂਡ ਕਰਨਾ ਪੈਂਦਾ ਹੈਗਾ। ਸੋ ਮੇਰਾ ਖਿਆਲ ਹੈ ਕਿ ਦਰਸ਼ਕ ਇਹਦੇ ਵਿੱਚ ਮੇਰਾ ਸਹਿਯੋਗ ਦੇਣਗੇ। ਜੀ ਜੀ, ਸੋ ਇਹ ਬੜਾ ਜ਼ਰੂਰੀ ਹੈ ਜੀ। ਮੈਂ ਵੀ ਆਪਣੇ ਵੱਲੋਂ ਰਿਕੁਐਸਟ ਕਰਦੇ ਹਾਂ ਕਿ ਡਾਕਟਰ ਸਾਹਿਬ ਦਾ ਕੋਈ ਦੁਕਾਨਦਾਰੀ ਵਾਲਾ ਧੰਦਾ ਨਹੀਂ ਹੈ, ਨਾ ਇਹਨਾਂ ਦਾ ਕੋਈ ਹੋਸਪਿਟਲ ਹੈ, ਤੁਸੀਂ ਇਹਨਾਂ ਨੂੰ ਫੋਨ ਕਰਕੇ ਗੱਲਬਾਤ ਕਰਕੇ ਵੀ ਇਹਨਾਂ ਕੋਲੋਂ ਆਪਣੇ ਬਾਰੇ ਜਿਹੜੀ ਵੀ ਕੋਈ ਪ੍ਰੋਬਲਮ ਹੈ ਉਹਦੇ ਬਾਰੇ ਪੁੱਛ ਸਕਦੇ ਹੋ, ਜਾਂ ਫਿਰ ਜੇ ਤੁਸੀਂ ਇਹਨਾਂ ਦੇ ਕੋਲੋਂ ਮੈਡੀਸਿਨ ਲੈਣੀ ਚਾਹੋ ਜਾਂ ਇਹਨਾਂ ਨੂੰ ਦਿਖਾਉਣਾ ਚਾਹੋ ਤਾਂ ਅਪੁਆਇ੟ਮੈਂਟ ਜ਼ਰੂਰ ਲੈ ਲਿਆ ਕਰੀਏ ਆਪਾਂ। ਉਹ ਬੜਾ ਸੌਖਾ ਅਤੇ ਆਸਾਨ ਤਰੀਕਾ, ਕਿਉਂਕਿ ਮੈਂ ਵੀ ਇਹਨਾਂ ਨੂੰ ਕਾਫੀ ਵਾਰ ਮਿਲਿਆ, ਪਰ ਇਹਨਾਂ ਦਾ ਉਹ ਤਰੀਕਾ ਨਹੀਂ ਹੈ, ਨਾ ਇਹਨਾਂ ਦਾ ਕੋਈ ਤੁਹਾਨੂੰ ਨਰਸ ਮਿਲੇਗੀ ਅਤੇ ਨਾ ਕੋਈ ਟੀਕਾ ਲਾਉਣ ਵਾਲਾ ਬੰਦਾ ਮਿਲੇਗਾ, ਇਹ ਆਪ ਹੀ ਹੁੰਦੇ ਨੇ। ਸੋ ਤੁਹਾਡੀ ਗੱਲ ਨੂੰ ਚੰਗੀ ਤਰ੍ਹਾਂ ਸੁਣਨ ਦੇ ਲਈ, ਸਮਝਣ ਦੇ ਲਈ ਇਹਨਾਂ ਨੂੰ ਸਮਾਂ ਚਾਹੀਦਾ, ਅਤੇ ਆਪਾਂ ਵੀ ਜੇ ਆਪਣਾ ਇਲਾਜ ਸੌਖਾ ਵਧੀਆ ਆਸਾਨ ਚਾਹੁੰਦੇ ਹਾਂ ਤਾਂ ਉਹਦੇ ਲਈ ਆਪਾਂ ਨੂੰ ਸਮਾਂ ਜ਼ਰੂਰ ਦੇਣਾ ਪਏਗਾ। ਬਾਕੀ ਫੋਨ ਨੰਬਰ ਅਤੇ ਇਸ ਤੋਂ ਇਲਾਵਾ ਬਹੁਤ ਸਾਰੀਆਂ ਤੁਹਾਡੀਆਂ ਚੀਜ਼ਾਂ ਦਾ ਜਿਹੜਾ ਜਵਾਬ ਹੈ ਉਹ ਜਿਹੜੀਆਂ ਡਾਕਟਰ ਸਾਹਿਬ ਦੀਆਂ ਇਸ ਤੋਂ ਪਹਿਲੀਆਂ ਵੀਡੀਓਜ਼ ਨੇ ਯੂਟਿਊਬ ਦੇ ਉੱਪਰ, ਤੁਸੀਂ ਉਹਨਾਂ ਤੋਂ ਵੀ ਸੁਣ ਕੇ ਉਹਨਾਂ ਨੂੰ ਦੇਖ ਕੇ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਜਿਹੜਾ ਹੱਲ ਹੈ ਉਹ ਕੱਢ ਸਕਦੇ ਹੋ। ਉਸ ਤੋਂ ਬਾਵਜੂਦ ਵੀ ਜੇ ਤੁਹਾਡਾ ਕੋਈ ਸਵਾਲ ਰਹਿ ਜਾਵੇ ਫਿਰ ਤੁਸੀਂ ਡੈਫੀਨੇਟਲੀ ਇਹਨਾਂ ਨੂੰ ਫੋਨ ਕਰੋ। ਅੱਛਾ, ਇੱਕ ਸਵਾਲ ਜਿੰਦਰਪਾਲ ਜੀ ਦਾ ਹੈ ਜੀ, ਉਹ ਕਹਿੰਦੇ ਜੀ ਮੇਰੇ ਦੋਵੇਂ ਗੁਰਦੇ ਫੇਲ
ਪਰ ਗੁਰਦੇ ਦੇ ਜਿਹੜੇ ਪੁਆਇੰਟ ਸੀਗੇ ਜੀ ਉਹਨਾਂ ਦੇ ਉੱਪਰ ਕੋਈ ਦਰਦ ਨਹੀਂ ਸੀ ਆ ਰਿਹਾ, ਪਰ ਗੁਰਦੇ ਜਿਹੜੇ ਉਹ ਠੀਕ ਵੀ ਨਹੀਂ ਸੀ ਹੈਗੇ, ਇਹ ਕੀ ਚੱਕਰ ਸੀ? ਦੇਖੋ ਗੱਲ ਹੈ ਜੀ, ਜਿਹੜੇ ਹੈਗੇ ਨੇ ਪ੍ਰੈਸ਼ਰ ਪੁਆਇੰਟਸ ਦਾ ਗੁਰਦਿਆਂ ਦਾ, ਗੁਰਦੇ ਜਿਹੜੇ ਹੈਗੇ ਨੇ ਸਾਡੇ ਬੋਡੀ ਦਾ ਬਹੁਤ ਇੰਪੋਰਟੈਂਟ ਰੋਲ ਹੈ। ਜਿੰਨਾ ਵੀ ਸਾਡੇ ਬੋਡੀ ਦਾ ਜੋ ਟੋਕਸਿਕ ਵੇਸਟ ਹੈ ਉਹ ਗੁਰਦਿਆਂ ਨੇ ਕਰਨਾ ਹੈਗਾ ਜੀ ਜੀ। ਸੋ ਇਹਨਾਂ ਦੇ ਉੱਤੇ ਜਿਹੜੀ ਹੈਗੀ ਆ ਸਟ੍ਰੈਸ ਬਹੁਤ ਜ਼ਿਆਦਾ ਬਣਦੀ ਹੈਗੀ ਆ। ਸੋ ਪਹਿਲੀ ਗੱਲ ਤਾਂ ਹੈਗੀ ਆ ਕਿ ਜੋ ਸਟ੍ਰੈਸ ਦਾ ਸੋਰਸ ਹੈਗਾ ਆ ਉਹ ਹੈਗਾ ਆ ਗਲਤ ਆਹਾਰ। ਉਸਨੂੰ ਜਿੰਨਾ ਚਿਰ ਅਸੀਂ ਸਹੀ ਨਹੀਂ ਕਰਦੇ ਅਤੇ ਇਹ ਜੋ ਸਟ੍ਰੈਸ ਹੈਗੀ ਆ, ਜਿਸ ਤਰ੍ਹਾਂ ਐਕੂਪ੍ਰੈਸ਼ਰ ਦੇ ਨਾਲ ਆਪਾਂ ਕਹਿੰਦੇ ਹੈਗੇ ਹਾਂ ਜਾਂ ਈਵਨ ਐਕੂਪੰਕਚਰ ਦੇ ਨਾਲ ਵੀ, ਜੇ ਉਹਦੇ ਉੱਤੇ ਇਕੱਲਾ ਡਿਪੈਂਡ ਕਰਕੇ ਅਸੀਂ ਉਸ ਚੀਜ਼ ਨੂੰ ਕਿਉਂ ਨਹੀਂ ਕਰ ਸਕਦੇ। ਅੱਛਾ ਜੀ। ਕਿਉਂਕਿ ਇਹਦੇ ਉੱਤੇ ਜਿਹੜੀ ਸਟ੍ਰੈਸ ਹੈਗੀ ਆ ਉਹ ਬਹੁਤ ਜ਼ਿਆਦਾ ਹੁੰਦੀ ਹੈਗੀ ਆ। ਸੋ ਉਹਦੇ ਲਈ ਜਿਹੜਾ ਹੈਗਾ ਬਹੁਤ ਜ਼ਿਆਦਾ ਕੇਅਰ ਦੀ ਵੀ ਲੋੜ ਹੈਗੀ ਆ, ਕਿਉਂਕਿ ਉਹਦੇ ਵਿੱਚ ਅਸੀਂ ਜ਼ਿਆਦਾ ਪਾਣੀ ਵੀ ਨਹੀਂ ਪੀ ਸਕਦੇ। ਦੂਸਰਾ ਇਹ ਹੈਗੀ ਆ ਕਿ ਇਹ ਜੋ ਪ੍ਰੋਬਲਮ ਹੈਗੀ ਆ ਇਹ ਲਗਾਤਾਰ ਬਣੀ ਰਹਿੰਦੀ ਹੈਗੀ ਆ, ਉਹਦੇ ਨਾਲ ਹੋਰ ਦੂਸਰੇ ਵਾਈਟਲ ਔਰਗਨ ਜਿਹੜੇ ਹੈਗੇ ਨੇ ਉਹਨਾਂ ਦੇ ਵੀ ਫੇਲ ਹੋਣ ਦਾ ਜਿਹੜਾ ਹੈਗਾ ਆ ਉਹ ਡਰ ਬਣਿਆ ਰਹਿੰਦਾ ਆ, ਖਾਸ ਕਰਕੇ ਹਾਰਟ ਦਾ। ਹਾਰਟ ਦੇ ਉੱਤੇ ਸਟ੍ਰੈਸ ਜਿਹੜੀ ਹੈਗੀ ਬਹੁਤ ਜ਼ਿਆਦਾ ਬਣ ਜਾਂਦੀ ਇਹੋ ਜਿਹੇ ਕੇਸ ਦੇ ਵਿੱਚ। ਸੋ ਉਹਦੇ ਲਈ ਬਹੁਤ ਬੈਟਰ ਹੋਏਗਾ ਕਿ ਆਪਾਂ ਜੋ ਹੈਗਾ ਪਹਿਲਾਂ ਆਹਾਰ ਨੂੰ ਸੈੱਟ ਕਰੀਏ, ਉਹਦੇ ਬਾਰੇ ਸਹੀ ਐਡਵਾਈਸ ਲੈ ਕੇ ਜਾਂ ਉਹਨੂੰ ਫੋਲੋ ਕਰਕੇ, ਤਾਂ ਫਿਰ ਜਿਹੜਾ ਹੈਗਾ ਇਹ ਆਪਾਂ ਇਹ ਪੁਆਇੰਟ ਕਰਾਂਗੇ ਇਹ ਹੈਲਪਫੁਲ ਹੈਗੇ ਨੇ ਐਮਰਜੈਂਸੀ ਲਈ, ਠੀਕ ਹੈ। ਔਰ ਖਾਸ ਕਰਕੇ ਮੈਂ ਗੁਰਦਿਆਂ ਦੀ ਗੱਲ ਕਰਨ ਡਿਆ। ਸੋ ਉਹਦੇ ਵਿੱਚ ਜਿਹੜਾ ਹੈਗਾ ਸਾਨੂੰ ਜੋ ਬੇਸਿਕ ਚੀਜ਼ਾਂ ਹਨ ਲਾਈਫ ਸਟਾਈਲ ਦੀਆਂ ਉਹ ਜ਼ਰੂਰ ਚੇਂਜ ਕਰਨੀਆਂ ਪੈਣਗੀਆਂ ਅਤੇ ਫਿਰ ਇਹ ਪੁਆਇੰਟ ਹੈਲਪਫੁਲ ਹੋਣਗੇ। ਸੋ ਫਿਰ ਜਾ ਕੇ ਇਹ ਮਸਲਾ ਜਿਹੜਾ ਹੱਲ ਹੁੰਦਾ ਜੀ, ਇਹਨੂੰ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖਣਾ। ਅਤੇ ਇੱਕ ਚੀਜ਼ ਮੈਂ ਜ਼ਰੂਰ ਵਿੱਚ ਪੁਆਇੰਟ ਆਊਟ ਕਰਾਂ ਜੀ ਕਿ ਤੁਸੀਂ ਜਿਹੜੇ ਨੰਬਰ ਦੀ ਡਿਮਾਂਡ ਕਰ ਰਹੇ ਹੋ, ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਇਹ ਜਿਹੜੀ ਵੀਡੀਓ ਹੈ ਉਹਨਾਂ ਵੀਡੀਓਜ਼ ਦੇ ਕਮੈਂਟਸ ਦੇ ਵਿੱਚ ਵੀ ਨੀਚੇ ਉਹਨਾਂ ਦਾ ਜਿਹੜਾ ਨੰਬਰ ਹੈ ਡਾਕਟਰ ਸਾਹਿਬ ਦਾ ਉਹ ਨਸ਼ਰ ਕਰ ਦਈਏ ਤਾਂ ਜੋ ਤੁਹਾਨੂੰ ਮਿਲ ਸਕੇ। ਇੱਕ ਸਵਾਲ ਵਾਰ ਵਾਰ ਡਾਕਟਰ ਸਾਹਿਬ ਆਉਂਦਾ ਹੈ ਕਿ ਆਪਾਂ ਨਾ ਸਰੀਰ ਆਪਣੇ ਨੂੰ ਸਮਝਦੇ ਨਹੀਂ ਕਿ ਇਹਦੀ ਵਰਕਿੰਗ ਕਿਵੇਂ ਹੁੰਦੀ ਹੈ। ਪਹਿਲਾਂ ਵੀ ਪ੍ਰੋਗਰਾਮਾਂ ਦੇ ਵਿੱਚ ਆ ਚੁੱਕਿਆ, ਮੈਂ ਖੁਦ ਵੀ ਜਾਣਨਾ ਚਾਹੁੰਦਾ ਕਿ ਜਿੱਦਾਂ ਆਪਾਂ ਮੰਨ ਲਓ ਇੱਕ ਗੱਡੀ ਹੈ, ਗੱਡੀ ਦਾ ਪਤਾ ਜੀ ਵੀ ਇਹਦੇ 'ਚ ਤੇਲ ਪੈਣਾ, ਤੇਲ ਨੇ ਪਹਿਲਾਂ ਫਿਲਟਰ 'ਚ ਜਾਣਾ, ਫਿਲਟਰ ਤੋਂ ਪੰਪ ਹੋਣਾ, ਪੰਪ ਹੋ ਕੇ ਉਹਨੂੰ ਇੰਜਣ ਦੇ ਵਿੱਚ ਇੰਜੈਕਟ ਕੀਤਾ ਜਾਣਾ, ਫਿਰ ਉੱਥੇ ਉਹਨੇ ਬਲਣਾ ਅਤੇ ਬਲਣ ਤੋਂ ਬਾਅਦ ਉਹਨੇ ਨਿਕਲ ਜਾਣਾ। ਬਿਲਕੁਲ। ਅਤੇ ਜੇ ਮੈਂ ਤੁਹਾਨੂੰ ਬੰਦੇ ਦੇ ਸਰੀਰ ਦੇ ਇੰਜਣ ਬਾਰੇ ਪੁੱਛਾਂ ਕਿ ਕਿਹੜਾ ਕਿਹੜਾ ਇੰਜਣ ਕਿਹੜਾ ਪਾਰਟ ਕਿਹੜਾ ਕਿਹੜਾ ਰੋਲ ਪਲੇ ਕਰਦਾ ਤਾਂ ਮਾੜਾ ਜਿਹਾ ਸਮਝਾਓਗੇ ਕਿਉਂਕਿ ਉਹਦੇ ਨਾਲ ਸੌਖਾ ਹੋ ਜਾਵੇ। ਬਿਲਕੁਲ ਠੀਕ ਹੈ। ਡਾਈਜੈਸ਼ਨ ਦਾ ਜੋ ਸਿਸਟਮ ਹੈਗਾ ਆ ਸਭ ਤੋਂ ਪਹਿਲਾਂ ਜੋ ਚੀਜ਼ ਹੈਗੀ ਆ ਉਹ ਸਾਡੇ ਮੂੰਹ ਤੋਂ ਸ਼ੁਰੂ ਹੁੰਦੀ ਹੈਗੀ। ਜੀ ਜੀ। ਕੋਈ ਵੀ ਚੀਜ਼ ਅਸੀਂ ਆਹਾਰ ਕਰਨਾ ਹੈਗਾ ਆ ਉਹ ਬਹੁਤ ਹੀ ਇੱਕ ਕਾਮ ਜਿਹੜਾ ਹੈਗਾ ਪੋਜੀਸ਼ਨ ਦੇ ਵਿੱਚ ਉਸਨੂੰ ਕਰਨਾ ਚਾਹੀਦਾ ਹੈਗਾ। ਜਦੋਂ ਅਸੀਂ ਟੈਂਸ ਹੈਗੇ ਹਾਂ, ਟੈਂਸ ਹੋਣ ਦੇ ਟਾਈਮ ਜਿੰਨੇ ਵੀ ਸਾਡਾ ਜੋ ਸਲਾਈਵਾ ਹੈ ਜਾਂ ਸਾਡੇ ਸੀਕ੍ਰੀਟਰੀ ਗਲੈਂਡਸ ਹਨ ਮੂੰਹ ਦੇ ਵਿੱਚ, ਉਹ ਆਪਣਾ ਪੂਰਾ ਰਸ ਨਹੀਂ ਛੱਡ ਪਾਉਂਦੇ, ਜਿਸ ਵਜ੍ਹਾ ਕਰਕੇ ਜੋ ਵੀ ਅਸੀਂ ਖਾਣਾ ਖਾਂਦੇ ਹਾਂ ਜੋ ਉਹ ਪ੍ਰੋਪਰ ਹਜ਼ਮ ਨਹੀਂ ਹੋਏਗਾ, ਕਿਉਂਕਿ ਜੋ ਹਜ਼ਮ ਹੋਣ ਦੀ ਕਿਰਿਆ ਹੈਗੀ ਆ ਉਹ ਮੂੰਹ ਤੋਂ ਸ਼ੁਰੂ ਹੋ ਜਾਂਦੀ ਹੈਗੀ ਆ। ਅੱਛਾ ਜੀ। ਸੋ ਜਿੰਨੇ ਵੀ ਕਾਰਬੋਹਾਈਡਰੇਟਸ ਹਨ ਉਹਨਾਂ ਨੂੰ ਇੱਕ ਐਲਕਲਾਈਨ ਐਨਵਾਇਰਮੈਂਟ ਦੀ ਲੋੜ ਹੈਗੀ ਆ, ਐਲਕਲਾਈਨ ਰਸਾਂ ਦੀ ਲੋੜ ਹੈਗੀ ਆ, ਅਤੇ ਜਿਹੜੇ ਸਿਰਫ ਅਤੇ ਸਿਰਫ ਸਾਡੇ ਮੂੰਹ ਦੇ ਵਿੱਚ ਹੀ ਅਵੇਲੇਬਲ ਹਨ। ਅੱਛਾ ਜੀ। ਸੋ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਅੱਛੀ ਤਰ੍ਹਾਂ ਚਬਾ ਕੇ ਬਿਲਕੁਲ ਆਰਾਮ ਦੇ ਨਾਲ ਸਹਿਜ ਦੇ ਵਿੱਚ ਖਾਵਾਂਗੇ ਤਾਂ ਉਹ ਜਿਹੜਾ ਹੈਗਾ ਸਾਨੂੰ ਉਹ ਪ੍ਰੋਬਲਮ ਨਹੀਂ ਬਣੇਗੀ। ਦੂਸਰਾ ਚੀਜ਼ ਹੈਗੀ ਆ ਕਿ ਜਦੋਂ ਅਸੀਂ ਆਪਣੇ ਚੀਜ਼ ਨੂੰ ਆਹਾਰ ਨੂੰ ਚੰਗੀ ਤਰ੍ਹਾਂ ਚਬਾ ਲਿਆ ਹੈ ਦੰਦਾਂ ਦੇ ਨਾਲ, ਅਤੇ ਫਿਰ ਜਿਹੜੀ ਹੈਗੀ ਆ ਸਾਡੀ ਉਹ ਆਪਣਾ ਗਲਾ, ਗਲੇ ਤੋਂ ਚੀਜ਼ ਜਿਹੜੀ ਹੈਗੀ ਆ ਲੰਘਦੀ ਹੈਗੀ ਆ, ਫਿਰ ਸਾਡੀ ਫੂਡ ਪਾਈਪ ਹੈਗੀ ਆ, ਫੂਡ ਪਾਈਪ ਤੋਂ ਬਾਅਦ ਜਿਹੜਾ ਹੈਗਾ ਸਾਡਾ ਸਟੋਮਕ ਆਉਂਦਾ ਹੈਗਾ। ਸਟੋਮਕ ਦੇ ਵਿੱਚ ਜਿਹੜਾ ਹੈਗਾ ਆ ਉਹਦੇ ਵਿੱਚ ਹਾਈਡਰੋਕਲੋਰਿਕ ਐਸਿਡ ਜਿੱਦਾਂ ਦੱਸਿਆ ਮੈਂ ਪਹਿਲੇ, ਉਹ ਹੁੰਦਾ ਆ ਜਿਹਦੀ ਕਿ ਪੀ ਐੱਚ ਤਕਰੀਬਨ 1.8 ਹੁੰਦੀ ਹੈਗੀ। ਅੱਛਾ ਜੀ। ਬਹੁਤ ਜ਼ਿਆਦਾ ਐਸਿਡਿਕ ਹੁੰਦਾ। ਬਹੁਤ ਜ਼ਿਆਦਾ ਐਸਿਡਿਕ ਹੁੰਦਾ ਹੈਗਾ। ਸੋ ਇਹ ਜਿਹੜਾ ਹੈਗਾ ਐਸਿਡ ਲੈਵਲ ਜਿਉਂ ਜਿਉਂ ਸਾਡੀ ਉਮਰ ਵੱਧਦੀ ਹੈਗੀ ਆ, ਸੋ ਇਹ ਐਸਿਡ ਲੈਵਲ ਵੀ ਵੀਕ ਹੁੰਦਾ ਜਾਂਦਾ ਹੈਗਾ। ਅੱਛਾ ਜੀ। ਸੋ ਇਸ ਵੱਲ ਬਹੁਤ ਧਿਆਨ ਦੇਣ ਦੀ ਲੋੜ ਹੈਗੀ ਆ। ਆਮ ਅਸੀਂ ਇੱਥੇ ਜਿਹੜਾ ਹੈਗਾ ਸਾਡੇ ਡਾਕਟਰ ਭਰਾ ਵੀ ਭੁਲੇਖਾ ਖਾ ਜਾਂਦੇ ਹਨ, ਔਰ ਅਸੀਂ ਤਾਂ ਬਿਲਕੁਲ ਖਾ ਜਾਂਦੇ ਹਾਂ ਜੀ ਮੈਨੂੰ ਐਸਡਿਟੀ ਹੋ ਗਈ ਆ। ਐਕਚੁਅਲੀ ਐਸਡਿਟੀ ਕੋਈ ਚੀਜ਼ ਨਹੀਂ ਗੀ, ਇਹ ਐਕਚੁਅਲੀ ਲੋ ਐਸਿਡ ਹੈ। ਅੱਛਾ ਜੀ। ਸਟੋਮਕ ਦਾ ਲੋ ਐਸਿਡ ਹੋਣਾ, ਹਾਈਡਰੋਕਲੋਰਿਕ ਐਸਿਡ ਦੀ ਪੀ ਐੱਚ ਜਿਹੜੀ ਹੈਗੀ ਆ ਉਹ ਸਮਝ ਲਓ ਕਿ ਘੱਟ ਜਾਣੀ, ਅਤੇ ਉਹਦੇ ਵਿੱਚ ਜਿਹੜਾ ਹੈਗਾ ਆ ਇਹ ਜਿਹੜਾ ਹੈਗਾ ਇਹ ਪ੍ਰੋਬਲਮ ਬਣਦੀ ਹੈਗੀ ਆ। ਸੋ ਸਾਡੇ ਮੈਦੇ ਦਾ ਜਿਹੜਾ ਹੈਗਾ ਐਸਿਡਿਕ ਇਨਵਾਇਰਮੈਂਟ ਹੋਣਾ, ਪ੍ਰੋਪਰ ਮਾਤਰਾ ਦੇ ਵਿੱਚ ਹਾਈਡਰੋਕਲੋਰਿਕ ਐਸਿਡ ਦਾ ਬਣਨਾ ਇਹ ਬਹੁਤ ਜ਼ਰੂਰੀ ਹੈਗਾ। ਸੋ ਜਿੰਨੀਆਂ ਵੀ ਪ੍ਰੋਟੀਨਜ਼ ਹਨ ਉਹ ਸਾਡੀਆਂ ਉੱਥੇ ਹਜ਼ਮ ਹੁੰਦੀਆਂ ਹਨ। ਉਸ ਤੋਂ ਬਾਅਦ ਜਿਹੜਾ ਹੈਗਾ ਆ ਸਾਡਾ ਜੋ ਆਹਾਰ ਹੈਗਾ ਆ ਉਹ ਅੱਗੇ ਚੱਲਦਾ ਹੈ ਮੈਦੇ ਤੋਂ, ਅਤੇ ਉਹਦੇ ਵਿੱਚ ਫਿਰ ਸਾਡਾ ਜਿਹੜਾ ਹੈਗਾ ਫੰਕਸ਼ਨ ਜਿਹੜਾ ਹੈਗਾ ਇੰਪੋਰਟੈਂਟ ਉਹ ਸਮਾਲ ਇੰਟੈਸਟਾਈਨ ਦਾ ਜਿਹੜਾ ਹੈਗਾ ਆ ਜੀ ਜੀ ਉਹ ਸ਼ੁਰੂ ਹੁੰਦਾ ਹੈਗਾ। ਉਹ ਤੋਂ ਪਹਿਲਾਂ ਇੱਕ ਸਾਡਾ ਜੋ ਡਿਊਡਨਲ ਹੈਗੀ ਆ ਉਹਦੇ ਵਿੱਚ ਉੱਥੇ ਜਿਹੜਾ ਹੈਗਾ ਪਹੁੰਚਦਾ, ਉਹਦੇ ਵਿੱਚ ਵੀ ਸਾਡੇ ਗੈਸਟ੍ਰਿਕ ਜੂਸਿਸ ਰਲਦੇ ਹਨ।
ਸੋ ਇਹਦੇ ਵਿੱਚ ਜਦੋਂ ਵੀ ਅਸੀਂ ਖਾਣਾ ਖਾਂਦੇ ਹਾਂ ਤਕਰੀਬਨ ਅੱਧੇ ਘੰਟੇ ਬਾਅਦ ਜਿਹੜਾ ਸਾਡਾ ਲਿਵਰ ਹੈ ਇੱਕ ਬਾਇਲ ਜਿਹੜਾ ਹੈਗਾ ਸੀਕ੍ਰੀਟ ਕਰਦਾ ਹੈਗਾ ਜਿਹੜਾ ਗਾਲ ਬਲੱਡ ਦੇ ਥਰੂ ਉਹ ਸਾਡੀ ਜਿਹੜੀ ਹੈਗੀ ਆ ਇੰਟੈਸਟਾਈਨ ਦੇ ਵਿੱਚ ਉਹ ਰਲਦਾ ਹੈਗਾ ਆ ਉਹ ਬਹੁਤ ਜ਼ਿਆਦਾ ਐਲਕਲਾਈਨ ਹੁੰਦਾ ਹੈਗਾ ਆ। ਅੱਛਾ ਸੋ ਉਹ ਜਿਹੜਾ ਹੈਗਾ ਆ ਡਾਈਜੈਸਟ ਕਰਦਾ ਹੈਗਾ ਫੂਡ। ਸੋ ਪਿੱਤੇ ਦਾ ਜਿਹੜਾ ਹੈਗਾ ਅਹਿਮ ਰੋਲ ਇਸ ਵਜ੍ਹਾ ਕਰਕੇ ਬਹੁਤ ਜ਼ਿਆਦਾ ਹੈਗਾ। ਬਿਲਕੁਲ ਬਹੁਤ ਡਾਕਟਰ ਤਾਂ ਪਿੱਤਾ ਕੱਢ ਹੀ ਦਿੰਦੇ, ਬਸ ਉਹ ਜਿਹੜੇ ਕੱਢ ਦਿੰਦੇ ਨੇ ਉਹ ਸਾਰੀ ਉਮਰ ਲਈ ਬਿਮਾਰ ਬਣ ਜਾਂਦੇ ਹਨ। ਪਿੱਤਾ ਕੱਢ ਦਿੱਤਾ ਤਾਂ ਸਾਨੂੰ ਬਿਮਾਰੀ ਅਸੀਂ ਸ਼ੁਰੂ ਕਰ ਲਈ ਹੈ, ਵੱਡੀ ਬਿਮਾਰੀ ਸ਼ੁਰੂ ਕਰ ਲਈ ਹੈ। ਨਹੀਂ ਪਰ ਉਹ ਜਿਹੜਾ ਕੰਮ ਬਾਇਲ ਨੇ ਕਰਨਾ ਸੀਗਾ ਉਹ ਸਾਡੇ ਫਿਰ ਮੈਦੇ 'ਤੇ ਉਨਾ ਜਿਹੜਾ ਹੈਗਾ ਫੂਡ ਦਾ ਡਾਈਜੈਸ਼ਨ ਪ੍ਰੋਸੈਸ ਲੰਬਾ ਹੋ ਜਾਏਗਾ, ਉਨੀ ਫਰਮੈਂਟੇਸ਼ਨ ਹੋਏਗੀ, ਉਨੀਆਂ ਵੈਂਟਸ ਬਣ ਗਈਆਂ ਔਰ ਉਨੀ ਸਾਨੂੰ ਕੌਨਸਟੀਪੇਸ਼ਨ ਵੀ ਹੋਏਗੀ। ਕਈਆਂ ਨੂੰ ਜਿਹਨਾਂ ਨੂੰ ਕੌਨਸਟੀਪੇਸ਼ਨ ਨਹੀਂ ਹੈ ਉਹ ਕਹਿੰਦੇ ਪਏ ਨਹੀਂ ਹੈ, ਐਕਚੁਲੀ ਤਾਂ ਕੌਨਸਟੀਪੇਸ਼ਨ ਦਾ ਹੀ ਦੂਜਾ ਰੂਪ ਹੈ ਜਿਹਨੂੰ ਆਪਾਂ ਡਾਇਰੀਆ ਕਹਿ ਦਿੰਦੇ ਹੈਗੇ ਹਾਂ। ਸੋ ਉਹ ਜਿਹੜੀਆਂ ਚੀਜ਼ਾਂ ਫਿਰ ਇਸ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਹਨ ਸਿਰਫ ਇੱਕ ਪਿੱਤਾ ਕੱਢਣ ਦੇ ਨਾਲ ਹੀ। ਅੱਛਾ ਜੀ, ਸੋ ਐਡਾ ਇੰਪੋਰਟੈਂਟ ਔਰਗਨ ਹੈਗਾ। ਪਰ ਮੈਂ ਆਪ ਤੁਹਾਡੇ ਕੋਲੋਂ ਸੁਣ ਰਿਹਾ ਵੀ ਪਿੱਤਾ ਇੰਪੋਰਟੈਂਟ ਹੈ, ਡਾਕਟਰ ਤਾਂ ਕਹਿੰਦੇ ਅੱਛਾ ਪਿੱਤੇ 'ਚ ਪਥਰੀ ਹੋਊਗੀ ਕਢਾ ਦਿਓ। ਕੁਦਰਤ ਨੇ ਗੁਰਪ੍ਰੀਤ ਜੀ ਕੋਈ ਵੀ ਅੰਗ ਸਾਡੇ ਸਰੀਰ ਦਾ ਹੈਗਾ ਉਹ ਫਾਲਤੂ ਨਹੀਂ ਬਣਾਇਆ ਜੀ ਜੀ। ਹਰ ਅੰਗ ਦੀ ਆਪਣੀ ਅਹਿਮੀਅਤ ਹੈਗੀ ਆ, ਸਾਨੂੰ ਉਸ ਅਹਿਮੀਅਤ ਨੂੰ ਸਮਝਣਾ ਚਾਹੀਦਾ ਹੈਗਾ, ਸਾਡੇ ਸਮਝਣ ਦੀ ਕਮੀ ਹੈਗੀ ਆ। ਉਹ ਸਮਝ ਲਵਾਂਗੇ ਸਾਨੂੰ ਹਰ ਇੱਕ ਅੰਗ ਦੀ ਇੰਪੋਰਟੈਂਸ ਦਾ ਪਤਾ ਚੱਲ ਜਾਏਗਾ ਅਤੇ ਫਿਰ ਅਸੀਂ ਉਹਦੇ ਬਾਰੇ ਜਾਗਰੂਕ ਹੋਵਾਂਗੇ ਕਿ ਨਹੀਂ ਇਹਨੂੰ ਠੀਕ ਕਿਵੇਂ ਰੱਖਣਾ ਹੈਗਾ ਜੀ ਜੀ ਜੀ। ਉਸ ਤੋਂ ਬਾਅਦ ਜਦੋਂ ਫਿਰ ਜਿਹੜਾ ਹੈਗਾ ਆ ਜਿਹੜਾ ਖਾਣਾ ਆਹਾਰ ਹੈਗਾ ਉਹ ਸਾਡਾ ਲਿਕੁਇਡ ਫਾਰਮ ਦੇ ਵਿੱਚ ਛੋਟੀ ਆਂਤ ਦੇ ਵਿੱਚ ਆਉਂਦਾ ਹੈ, ਜਿਹਨੂੰ ਆਂਤ ਛੋਟੀ ਕਹਿ ਦਿੰਦੇ ਹਾਂ ਲੇਕਿਨ ਉਹਦੀ ਲੰਬਾਈ 22 ਫੁੱਟ ਹੈ। ਅੱਛਾ ਜੀ, ਐਕਚੁਲੀ ਉਹ ਵੱਡੀ ਆਂਤ ਹੈ ਅਤੇ ਪਰ ਉਹਦਾ ਸਮਾਲ ਇੰਟੈਸਟਾਈਨ ਜਿਹੜਾ ਹੈਗਾ ਨਾਂ ਇਸ ਕਰਕੇ ਕਿਉਂਕਿ ਉਹ ਪਹਿਲਾਂ ਆਉਂਦੀ ਹੈਗੀ ਹੈ ਅਤੇ ਉਹਦਾ ਜਿਹੜਾ ਨਾਂ ਦਿੱਤਾ ਹੈਗਾ ਉਹ ਛੋਟੀ ਆਂਤ ਦਾ ਦਿੱਤਾ ਗਿਆ ਹੈਗਾ। ਸੋ ਉਹਦੇ ਵਿੱਚ ਜੋ ਹੈਗਾ ਆ ਲਿਕੁਇਡ ਫਾਰਮ ਦੇ ਵਿੱਚ ਜਿਹੜਾ ਆਹਾਰ ਜਾਂਦਾ ਹੈਗਾ ਅਤੇ ਉੱਥੇ ਜਿਹੜਾ ਹੈਗਾ ਉਹਦਾ ਫੰਕਸ਼ਨ ਕੀ ਹੈਗਾ ਕਿ ਜਿੰਨੇ ਵੀ ਉਹਦੇ ਵਿੱਚ ਰਸ ਹਨ ਉਹ ਜਿਹੜਾ ਹੈਗਾ ਆ ਉਹ ਅੰਤਲੀ ਅਬਜ਼ਰਵ ਕਰਦੀ ਹੈਗੀ ਆ ਜੀ। ਉਹ ਅਬਜ਼ਰਵ ਕਰਕੇ ਤਾਂ ਸਾਡੇ ਸਾਰੇ ਸਰੀਰ ਦੇ ਅੰਗਾਂ ਨੂੰ ਉਹ ਜਿਹੜਾ ਹੈਗਾ ਸਾਡਾ ਉਹਦਾ ਅਸਰ ਜਾਂਦਾ ਹੈਗਾ ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਵੱਡੀ ਆਂਤ ਦਾ ਕੰਮ ਹੈਗਾ। ਵੱਡੀ ਆਂਤ ਦੀ ਜਿਹੜੀ ਲੰਬਾਈ ਉਹ 7 ਫੁੱਟ ਹੈਗੀ ਆ, ਸੋ ਉਹਦੇ ਵਿੱਚ ਅਬਜ਼ਰਪਸ਼ਨ ਹੁੰਦੀ ਹੈਗੀ ਆ ਜਿਹੜੇ ਬਾਕੀ ਜੋ ਰੈਜੀਡਿਊ ਬਚ ਗਿਆ ਉਸ ਤੋਂ ਬਾਅਦ ਜਿਹੜਾ ਹੈਗਾ ਵੇਸਟ ਹੈਗਾ ਸਾਡਾ ਫਿਰ ਕੇ ਨਿਕਲਦਾ ਹੈਗਾ। ਸੋ ਇਹ ਜੋ ਇੱਕ ਜਰਨੀ ਹੈਗੀ ਆ ਮੂੰਹ ਤੋਂ ਲੈ ਕੇ ਗੋਦਾ ਤੱਕ ਦੀ ਇਹ ਤਕਰੀਬਨ 16 ਤੋਂ 20 ਘੰਟੇ ਦਾ ਹੈਗਾ, ਇਹਦੇ ਵਿੱਚ ਇਹ ਪ੍ਰੋਪਰ ਆਹਾਰ ਜਿਹੜਾ ਹੈਗਾ ਇਹ ਹਜ਼ਮ ਹੁੰਦਾ। ਇਹ 'ਚ ਲਿਵਰ, ਕਿਡਨੀਆਂ ਅਤੇ ਹਾਰਟ ਰਹਿ ਗਿਆ ਜੀ, ਪਿੱਤਾ ਤਾਂ ਤੁਸੀਂ ਦੱਸ? ਨਾ ਨਾ, ਉਹ ਆਪਣੇ ਆਪਣੇ ਉਹਨਾਂ ਦੇ ਰਸ ਛੱਡਦੇ ਨੇ, ਆਪਣਾ ਆਪਣਾ ਕੰਮ ਹੈ। ਅੱਛਾ, ਲਿਵਰ ਦਾ ਆਪਣਾ ਕੰਮ ਹੈ ਰਸ ਛੱਡਣਾ, ਬਾਇਲ ਛੱਡਣਾ। ਅੱਛਾ, ਉਸ ਤੋਂ ਇਲਾਵਾ ਲਿਵਰ ਦੇ ਆਪਣੇ ਵੀ ਦੂਜੇ ਵੀ ਕੰਮ ਹਨ ਜੇ 500 ਤੋਂ ਉੱਤੇ ਫੰਕਸ਼ਨ ਹਨ ਜੋ ਲਿਵਰ ਕੰਮ ਕਰਦਾ ਹੈ। ਅੱਛਾ ਜੀ, ਬਲੱਡ ਬਣਾਉਂਦਾ ਹੈ, ਬਲੱਡ ਦੀ ਪਿਓਰੀਫਿਕੇਸ਼ਨ ਹੈਗੀ ਹੈ ਜੀ ਜੀ, ਤਾਂ ਉਹ ਕਿਡਨੀ ਦਾ ਬਹੁਤ ਵੱਡਾ ਰੋਲ ਹੈ ਉਹਦੇ ਵਿੱਚ ਪਿਓਰੀਫਿਕੇਸ਼ਨ ਦੇ ਵਿੱਚ, ਬਲੱਡ ਨੂੰ ਸਾਫ਼ ਕਰਨ ਦੇ ਵਿੱਚ ਜੀ ਜੀ। ਤਾਂ ਇਸ ਤਰ੍ਹਾਂ ਜਿਹੜਾ ਹੈਗਾ ਕਿਡਨੀ ਦਾ ਜੋ ਮੇਨ ਹੈਗਾ ਕਿ ਜੋ ਵੀ ਉਹਦੇ ਵਿੱਚ ਵੇਸਟ ਹੈਗੀ ਆ ਉਹ ਆਪਣੇ ਪਿਸ਼ਾਬ ਦੇ ਰੂਪ ਵਿੱਚ ਉਸਨੂੰ ਬਾਹਰ ਕੱਢਣਾ। ਸੋ ਇਹ ਇੱਕ ਮੰਨ ਲਓ ਫੰਕਸ਼ਨ, ਉਹਦਾ ਫੰਕਸ਼ਨ ਹੈਗਾ ਜੀ। ਸੋ ਮੇਰੇ ਖਿਆਲ ਨਾਲ ਤੁਸੀਂ ਥੋੜ੍ਹਾ ਥੋੜ੍ਹਾ ਸਮਝ ਗਏ ਹੋਵੋਗੇ ਜੀ ਕਿ ਆਪਾਂ ਆਮ ਹੀ ਡਾਕਟਰ ਕੋਲ ਚਲੇ ਜਾਂਦੇ ਹਾਂ ਅਤੇ ਡਾਕਟਰ ਸਾਹਿਬ ਕੋਲ ਕੈਂਚੀ ਹੁੰਦੀ ਹੈ ਅਤੇ ਡਾਕਟਰ ਸਾਹਿਬ ਬਹੁਤ ਸਾਰੇ ਆਪਣੇ ਸਰੀਰ ਦਾ ਸਪੇਅਰ ਪਾਰਟ ਕੱਢ ਕੇ ਅਤੇ ਉਹਨੂੰ ਕਹਿੰਦੇ ਨੇ ਵੀ ਇਹਦੀ ਕੋਈ ਲੋੜ ਨਹੀਂ ਹੈਗੀ। ਸੋ ਕਿਤੇ ਨਾ ਕਿਤੇ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਜੇ ਕੁਦਰਤ ਨੇ ਬਣਾਈਆਂ ਨੇ ਤਾਂ ਇਹਨਾਂ ਦਾ ਬਹੁਤ ਵੱਡਾ ਫੰਕਸ਼ਨ ਹੈ, ਬਹੁਤ ਵੱਡਾ ਰੋਲ ਹੈ। ਲੋੜ ਹੈ ਕਿ ਆਪਾਂ ਇਹਨਾਂ ਸਾਰੇ ਕੁਛ ਨੂੰ ਸੰਭਾਲ ਕੇ ਰੱਖੀਏ, ਇਹਨਾਂ ਦੀ ਸਾਂਭ ਸੰਭਾਲ ਕਰੀਏ। ਅਤੇ ਸਭ ਤੋਂ ਵੱਡੀ ਚੀਜ਼ ਜਿਹੜੀ ਕਿ ਮੈਂ ਹੁਣ ਤੱਕ ਆਪਣੀ ਇੰਨੇ ਵਾਰ ਤੁਸੀਂ ਆਏ ਹੋ ਅਤੇ ਮੈਂ ਜਿਹੜੀ ਚੀਜ਼ ਸਮਝੀ ਹੈ ਉਹ ਹੈ ਕਿ ਜੀ ਬੰਦਾ ਬਚ ਸਕਦਾ ਬਿਮਾਰੀਆਂ ਤੋਂ, ਹਰੇਕ ਚੀਜ਼ ਤੋਂ, ਜੇ ਆਪਣਾ ਮੂੰਹ ਬੰਨ ਲਏ ਤਾਂ। ਬਿਲਕੁਲ, ਹੈ ਨਾ ਜੀ, ਆਪਣੀ ਜਿਹੜੀ ਇਹ ਜ਼ਬਾਨ ਹੈ ਨਾ ਇਹ ਜਦੋਂ ਇਹ ਆਉਂਦੀ ਵੀ ਹੁਣ ਆਹ ਵੀ ਆ ਜਾਵੇ ਅਤੇ ਆਹ ਵੀ ਆ ਜਾਵੇ, ਢਿੱਡ ਭਾਵੇਂ ਭਰਿਆ ਹੋਵੇ ਪਰ ਨੀਤ ਨਹੀਂ ਰੱਜਦੀ, ਉੱਥੋਂ ਜਾ ਕੇ ਆਪਾਂ ਜਿਹੜੀ ਬਿਮਾਰੀ ਛੇੜ ਲੈਂਦੇ। ਸੋ ਜੇ ਆਪਾਂ ਖਾਣ ਪੀਣ ਦਾ ਆਪਣੇ ਦਾ ਖਿਆਲ ਰੱਖਦੇ ਹਾਂ ਤਾਂ ਫਿਰ ਮੇਰੇ ਖਿਆਲ ਨਾਲ ਇਹ ਬਿਮਾਰੀਆਂ ਤੋਂ ਆਪਾਂ ਬਚ ਸਕਦੇ ਹਾਂ। ਬਿਲਕੁਲ ਜੀ, ਬਿਲਕੁਲ। ਅਤੇ ਆਪਣੇ ਕੋਲ ਸਵਾਲ ਹੋਰ ਵੀ ਆ ਰਹੇ ਨੇ ਜੀ। ਇੱਕ ਹਾਂਗਕਾਂਗ ਤੋਂ ਸੁਖਦੇਵ ਸਿੰਘ ਜੀ ਪੁੱਛ ਰਹੇ, ਉਹ ਕਹਿੰਦੇ ਜੀ ਸਾੜ ਬਹੁਤ ਪੈਂਦਾ ਵਾ, ਆਈ ਥਿੰਕ ਐਸ ਡੀ ਟੀ ਦੀ ਗੱਲ ਤੁਸੀਂ ਹੁਣ ਦੱਸ ਰਹੇ ਹੋ। ਸਨੀ ਤੰਜੂ ਜੀ ਫੁਲਵੈਰੀ ਦੇ ਇਲਾਜ ਬਾਰੇ ਪੁੱਛ ਰਹੇ ਜੀ, ਇਹਦਾ ਕਾਰਨ ਅਤੇ ਇਲਾਜ ਕੀ ਹੋ ਸਕਦਾ ਜੀ? ਇਹਦੇ ਬਾਰੇ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ, ਸਕਿਨ ਦੀ ਜੋ ਡਿਜ਼ੀਜ਼ ਹੈਗੀ ਆ ਜੀ ਜੀ, ਅਤੇ ਉਹਦੇ ਬਾਰੇ ਜੋ ਆਹਾਰ ਵੱਲ ਪਹਿਲਾਂ ਮੇਨ ਧਿਆਨ ਦੇਣ ਦੀ ਲੋੜ ਹੈਗੀ ਆ ਜੀ ਜੀ, ਇੱਥੋਂ ਕਰ ਸਕਦੇ ਹਾਂ ਕਿਉਂ ਆਪਾਂ। ਸੋ ਆਪਾਂ ਕਿਤੇ ਨਾ ਕਿਤੇ ਮਤਲਬ ਇਸ ਚੀਜ਼ ਤੋਂ ਬਚੀਏ। ਇੱਕ ਰਸੌਲੀਆਂ ਬਾਰੇ ਰਿਲੇਟਡ ਬਹੁਤ ਸਾਰੇ ਸਵਾਲ ਆ ਰਹੇ ਨੇ, ਜਿੱਦਾਂ ਬੱਚੇ ਦਾ ਨਹੀਂ ਨੇ ਰਸੌਲੀਆਂ ਨੇ, ਇਸ ਤੋਂ ਪਹਿਲਾਂ ਹੋਰ ਵੀ ਰਸੌਲੀਆਂ ਨਾਲ ਰਿਲੇਟਡ ਸਵਾਲ ਆਏ। ਇਹ ਵੈਸੇ ਚੀਜ਼ ਕੀ ਹੈ, ਕਿਉਂ ਬਣਦੀ ਹੈ ਰਸੌਲੀ ਅਤੇ ਪਥਰੀ? ਮਾੜਾ ਰਸੌਲੀਆਂ ਦਾ ਜਦੋਂ ਜੀ ਸਾਡੇ ਬਾਡੀ ਦੇ ਦੇਖੋ ਜਿਹੜੇ ਸੈੱਲ ਹਨ, 60 ਟ੍ਰਿਲੀਅਨ ਸੈੱਲ ਹਨ ਸਾਡੀ ਬਾਡੀ ਦੇ ਜੀ ਜੀ, ਅਤੇ ਇਹ ਸੈੱਲ ਜਿਹੜੇ ਹਨ, ਜਿਸ ਤਰ੍ਹਾਂ ਪਹਿਲਾਂ ਦੱਸਿਆ ਸੀਗਾ ਕਿਸੇ ਆਪਣੀ ਵੀਡੀਓ 'ਚ ਕਿ ਇਹਨਾਂ ਦੀ ਜਿਹੜੀ ਹੈਗੀ ਆ ਸਾਡੀ ਸੈੱਲ ਪ੍ਰੋਗਰਾਮ ਨੇ 80 ਟਾਈਮ ਇਹਨਾਂ ਨੇ ਜਿਹੜਾ ਹੈਗਾ ਆ
ਸੋ ਇਹ ਜਿਹੜੇ ਹੈਗੇ ਨੇ ਦੂਸਰੇ ਜਿਹੜੇ ਸੈੱਲ ਡੈੱਡ ਹੁੰਦੇ ਨਾ ਇਹ ਸਾਡੇ 24 ਘੰਟੇ ਸਾਡੀ ਇਹ ਬੋਡੀ ਦੀ ਕਿਰਿਆ ਚੱਲਦੀ ਰਹਿੰਦੀ ਹੈਗੀ ਆ ਸੋ ਨਵੇਂ ਸੈੱਲ ਬਣਦੇ ਰਹਿੰਦੇ ਹਨ ਪੁਰਾਣੇ ਡੈੱਡ ਹੁੰਦੇ ਰਹਿੰਦੇ ਹਨ ਸੋ ਜਿਹੜੇ ਪੁਰਾਣੇ ਡੈੱਡ ਸੈੱਲ ਹਨ ਉਹ ਬੋਡੀ 'ਚੋਂ ਨਿਕਲਣੇ ਬੜੇ ਜ਼ਰੂਰੀ ਹਨ ਜੀ ਸੋ ਜਿਹੜੇ ਜੇ ਉਹ ਨਹੀਂ ਨਿਕਲ ਪਾਉਂਦੇ ਤਾਂ ਉਹ ਜਿਹੜੇ ਸੈੱਲ ਬੋਡੀ ਦੇ ਅੰਦਰ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ ਜਿਹੜੇ ਕਿ ਟਿਊਮਰ ਦਾ ਰੂਪ ਲੈਂਦੇ ਹਨ ਅੱਛਾ ਜੀ ਸੋ ਸਾਡੀ ਬੋਡੀ ਸਰੀਰ ਦੇ ਅੰਦਰ ਇੱਕ ਵਿਦਨ ਬੋਡੀ ਵਿਦਨ ਬੋਡੀ ਬਣਨੀ ਸ਼ੁਰੂ ਹੋ ਜਾਂਦੀ ਹੈਗੀ ਇੱਥੋਂ ਜਿਹੜਾ ਹੈਗਾ ਜੇ ਉਹ ਲੰਬੇ ਸਮੇਂ ਤੱਕ ਇਹ ਕਿਰਿਆ ਚੱਲਦੀ ਰਹੇ ਤਾਂ ਉਹ ਕੈਂਸਰ ਦਾ ਰੂਪ ਵੀ ਜਿਹੜਾ ਹੈਗਾ ਬਣ ਜਾਂਦਾ ਹੈਗਾ ਸੋ ਇਹਨਾਂ ਦਾ ਜਿਹੜਾ ਹੈਗਾ ਇਹ ਕਾਰਨ ਹੈਗਾ ਕਿ ਪੁਰਾਣੇ ਜੋ ਫਰੀ ਰੈਡੀਕਲ ਨੇ ਉਹ ਨਿਕਲਦੇ ਰਹਿਣ ਜੋ ਵੀ ਸਾਡੀ ਬੋਡੀ ਦੀ ਵੇਸਟ ਹੈਗੀ ਹੈ ਕਸਾਈ ਹੈਗੀ ਆ ਉਹ ਵੀ ਬੋਡੀ 'ਚੋਂ ਨਿਕਲਦੀ ਰਹੇ ਤਾਂ ਇਹ ਨੌਬਤ ਨਹੀਂ ਆਉਂਦੀ ਸੋ ਉਹਦੇ ਲਈ ਫਿਰ ਉਹੀ ਹੈਗਾ ਕਿ ਸਾਡਾ ਆਹਾਰ ਸਹੀ ਹੋਣਾ ਚਾਹੀਦਾ ਸਾਨੂੰ ਪ੍ਰੋਪਰ ਐਕਸਰਸਾਈਜ਼ ਕਰਨੀ ਚਾਹੀਦੀ ਹੈਗੀ ਆ ਪ੍ਰੋਪਰ ਸਾਡੀ ਬੋਡੀ ਨੂੰ ਆਕਸੀਜਨ ਮਿਲਣੀ ਚਾਹੀਦੀ ਹੈਗੀ ਆ ਅਤੇ ਇਹ ਪ੍ਰੋਬਲਮ ਨਹੀਂ ਬਣੇਗੀ ਨਹੀਂ ਬਣੇਗੀ ਅੱਛਾ ਇੱਕ ਮੈਮਰੀ ਲੋਸ ਨਾਲ ਰਿਲੇਟਡ ਸਵਾਲ ਪੁੱਛਿਆ ਜਾ ਰਿਹਾ ਉਹ ਕਹਿੰਦੇ 47 ਸਾਲ ਦੀ ਮੇਰੀ ਉਮਰ ਹੈ ਐਪਸਪੋਰਟ ਤੋਂ ਰਵੀ ਕਾਲੋ ਜੀ ਪੁੱਛ ਰਹੇ ਉਹ ਕਹਿੰਦੇ ਵੀ ਇਹ ਕੀ ਆ ਅਤੇ ਕੀ ਇਹਦਾ ਹੱਲ ਆ ਜੀ ਦੇਖੋ ਜੀ ਮੈਮਰੀ ਦਾ ਜਿਹੜਾ ਤਲਕ ਹੈਗਾ ਆ ਉਹ ਫਿਰ ਸਾਡੇ ਜੋ ਨਿਊਰੋਨਸ ਹਨ ਬ੍ਰੇਨ ਸੈੱਲਸ ਹਨ ਜੀ ਉਹਨਾਂ ਦੀ ਨਰਿਸ਼ਮੈਂਟ ਬੜੀ ਜ਼ਰੂਰੀ ਹੈਗੀ ਆ ਇੱਕ ਤਾਂ ਥਰੂ ਫੂਡ ਜੋ ਵੀ ਸਾਡੇ ਜਿਹੜੇ ਹੈਗੇ ਨੇ ਰੌਂਜ ਨੂੰ ਸਟਿਮੂਲੇਟ ਕਰਨ ਉਹ ਸਾਨੂੰ ਫੂਡ ਲੈਣੇ ਚਾਹੀਦੇ ਹਨ ਉਹਦੇ ਵਿੱਚ ਜਿਸ ਤਰ੍ਹਾਂ ਹੈਗੀ ਆ ਬ੍ਰਹਮੀ ਹੈਗੀ ਹੈ ਜੀ ਜੀ ਇੱਕ ਸ਼ੰਖ ਪੁਸ਼ਪੀ ਹੈਗੀ ਹੈ ਇਸ ਤਰ੍ਹਾਂ ਹੀ ਕੁਸ਼ਮਾਂਡ ਹੈਗਾ ਆ ਪੇਠਾ ਜਿਹਨੂੰ ਆਪਾਂ ਕਹਿੰਦੇ ਹੈਗੇ ਹਾਂ ਸੋ ਇਹ ਜੀ ਜਿਹੜੀ ਡਾਇਟ ਹੈਗੀ ਆਪਣੀ ਬੋਡੀ 'ਚ ਆਪਣੇ ਸਾਨੂੰ ਉਹਦੀ ਲੈਣੀ ਚਾਹੀਦੀ ਹੈਗੀ ਆ ਦੂਸਰਾ ਹੈਗਾ ਕਿ ਬ੍ਰੇਨ ਦੀ ਐਕਟੀਵਿਟੀ ਬ੍ਰੇਨ ਨੂੰ ਆਈਡਲ ਨਹੀਂ ਰਹਿਣਾ ਚਾਹੀਦਾ ਬ੍ਰੇਨ ਨੂੰ ਕਿਸੇ ਨਾ ਕਿਸੇ ਕੰਮ ਦੇ ਵਿੱਚ ਜਿੱਦਾਂ ਪਜ਼ਲਸ ਹਨ ਉਹ ਆਪਣੀਆਂ ਕਰਨੀਆਂ ਚਾਹੀਦੀਆਂ ਹਨ ਜਾਂ ਕਰੋਸਵਰਡਸ ਹਨ ਉਹ ਕਰਨੇ ਚਾਹੀਦੇ ਹਨ ਜਾਂ ਕੋਈ ਵੀ ਜਿਹੜੀ ਹੈਗੀ ਬ੍ਰੇਨ ਦੀ ਐਕਸਰਸਾਈਜ਼ ਉਹ ਕਰਦੇ ਰਹਿਣਾ ਚਾਹੀਦਾ ਹੈਗਾ ਅਤੇ ਬ੍ਰੇਨ ਨੂੰ ਬਲੱਡ ਸਪਲਾਈ ਪ੍ਰੋਪਰ ਮਿਲਦੀ ਰਹਿਣੀ ਚਾਹੀਦੀ ਹੈਗੀ ਹੈ ਅਤੇ ਸਾਡੀ ਜਿਹੜੀ ਹੈਗੀ ਮੈਮਰੀ ਵੀਕ ਨਹੀਂ ਹੋਏਗੀ ਮੈਮਰੀ ਵੀਕ ਨਹੀਂ ਹੋਊਗੀ ਇਹ ਅੱਗੇ ਕਿਤੇ ਉਹ ਹੋਰ ਕਿਸੇ ਬਿਮਾਰੀ ਦੀ ਸ਼ੁਰੂਆਤ ਤਾਂ ਨਹੀਂ ਦੇਖੋ ਜੇ ਆਪਾਂ ਇਹਨੂੰ ਕੇਅਰ ਨਹੀਂ ਕਰਾਂਗੇ ਇਸ ਵੱਲ ਧਿਆਨ ਨਹੀਂ ਦੇਵਾਂਗੇ ਤਾਂ ਇਹ ਜਿਹੜੀ ਹੈਗੀ ਆ ਕਿਸੇ ਟਾਈਮ ਦੇ ਉੱਤੇ ਅਲਜ਼ਾਈਮਰ ਬਣ ਸਕਦੀ ਹੈਗੀ ਆ ਇਹ ਡਿਮੈਂਸ਼ੀਆ ਬਣ ਸਕਦੀ ਹੈਗੀ ਆ ਸੋ ਇਹਦੀ ਸ਼ੁਰੂਆਤ ਇੱਥੋਂ ਹੀ ਹੁੰਦੀ ਹੈਗੀ ਆ ਸੋ ਪ੍ਰੋਪਰ ਨਿਊਟ੍ਰੀਸ਼ਨ ਬੋਡੀ ਨੂੰ ਮਿਲਣੀ ਚਾਹੀਦੀ ਹੈਗੀ ਆ ਪ੍ਰੋਪਰ ਡਾਇਟ ਮਿਲਣੀ ਚਾਹੀਦੀ ਆ ਔਰ ਪ੍ਰੋਪਰ ਬ੍ਰੇਨ ਦੀ ਐਕਸਰਸਾਈਜ਼ ਹੋਣੀ ਚਾਹੀਦੀ ਹੈ ਇਹ ਬੜਾ ਜ਼ਰੂਰੀ ਹੈ ਸੋ ਅੱਜ ਵੀ ਅਸੀਂ ਕੋਸ਼ਿਸ਼ ਕੀਤੀ ਹੈ ਜੀ ਕਿ ਵੀ ਲਗਭਗ ਜਿਹੜੇ ਸਵਾਲ ਨੇ ਆਪਾਂ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਦੇਈਏ ਪਰ ਫਿਰ ਵੀ ਬਹੁਤ ਸਾਰੇ ਦਰਸ਼ਕਾਂ ਦੇ ਸਵਾਲ ਐਸੇ ਨੇ ਕਿ ਜਿਨ੍ਹਾਂ ਨੂੰ ਮੈਂ ਪ੍ਰੋਗਰਾਮ ਦੇ ਵਿੱਚ ਐਡ ਨਹੀਂ ਕੀਤਾ ਉਹਦਾ ਕਾਰਨ ਇਹ ਨਹੀਂ ਹੈ ਕਿ ਵੀ ਆਪਾਂ ਮੈਂ ਜਵਾਬ ਦੇਣੇ ਨਹੀਂ ਚਾਹੁੰਦਾ ਜਾਂ ਮੈਂ ਕਿਸੇ ਨੂੰ ਡੈਲੀਬਰੇਟਲੀ ਸਾਈਡ 'ਤੇ ਕਰ ਰਿਹਾ ਇਹਦਾ ਕਾਰਨ ਇਹ ਹੈ ਕਿ ਵੀ ਇੱਕ ਤਾਂ ਆਪਾਂ ਇਹ ਕੋਸ਼ਿਸ਼ ਕਰਦੇ ਹਾਂ ਕਿ ਜੀ ਹਰੇਕ ਵੀਡੀਓ ਦੇ ਵਿੱਚ ਲਗਭਗ ਸਾਰੇ ਸਵਾਲਾਂ ਦੇ ਆਪਾਂ ਜਵਾਬ ਦੇਈਏ ਅਤੇ ਜੇ ਬਹੁਤ ਸਾਰੇ ਸਵਾਲ ਤੁਹਾਡੇ ਐਸੇ ਨੇ ਜਿਨ੍ਹਾਂ ਦਾ ਆਲਰੇਡੀ ਆਪਾਂ ਜਿਹਦੇ ਉੱਪਰ ਗੱਲਬਾਤ ਕਰ ਚੁੱਕੇ ਹਾਂ ਸੋ ਤੁਸੀਂ ਜਿਹੜੀਆਂ ਸਾਡੀਆਂ ਪਹਿਲੀਆਂ ਪ੍ਰਾਈਮੇਸ਼ੀਆ ਟੀਵੀ ਦੇ ਜੋ ਤੁਸੀਂ ਯੂਟਿਊਬ ਚੈਨਲ ਦੇ ਉੱਪਰ ਜਾਂਦੇ ਹੋ ਤਾਂ ਉਹਦੇ ਉੱਪਰ ਤੁਹਾਨੂੰ ਡਾਕਟਰ ਸਾਹਿਬ ਦੀਆਂ ਬਾਕੀ ਵੀਡੀਓਜ਼ ਵੀ ਮਿਲ ਜਾਣਗੀਆਂ ਪ੍ਰਾਈਮ ਫੋਕਸ ਸ਼ੋਅ ਦੇ ਵਿੱਚ ਹੀ ਤੁਹਾਨੂੰ ਮਿਲ ਜਾਣਗੀਆਂ ਉਹਨਾਂ ਨੂੰ ਤੁਸੀਂ ਦੇਖੋਗੇ ਤਾਂ ਉਹਦੇ ਵਿੱਚ ਤੁਹਾਨੂੰ ਆਪਣੇ ਸਾਰੇ ਸਵਾਲਾਂ ਦੇ ਜਿਹੜੇ ਜਵਾਬ ਨੇ ਉਹ ਮਿਲ ਜਾਣਗੇ ਉਹਦੇ ਬਾਵਜੂਦ ਵੀ ਜੇ ਤੁਹਾਡਾ ਕੋਈ ਸਵਾਲ ਰਹਿ ਜਾਵੇ ਤਾਂ ਡਾਕਟਰ ਸਾਹਿਬ ਦਾ ਨੰਬਰ ਵੀ ਤੁਹਾਨੂੰ ਮਿਲੇਗਾ ਤੁਸੀਂ ਉਹਨਾਂ ਨੂੰ ਸਿੱਧਾ ਫੋਨ ਵੀ ਕਰ ਸਕਦੇ ਹੋ ਅੱਛਾ ਇੱਕ ਗੁਰਪ੍ਰੀਤ ਜੀ ਬਹੁਤ ਜ਼ਰੂਰੀ ਹੈਗਾ ਜੇ ਗੱਲ ਰਹਿ ਨਾ ਜਾਵੇ ਕਿ ਆਮ ਸਾਡੇ ਕੀ ਹੁੰਦਾ ਹੈਗਾ ਕਿ ਜਾਂ ਸਾਨੂੰ ਲੋਅ ਬਲੱਡ ਪ੍ਰੈਸ਼ਰ ਹੈ ਜਾਂ ਹਾਈ ਬਲੱਡ ਪ੍ਰੈਸ਼ਰ ਹੈ ਜੀ ਇਹ ਵੀ ਪ੍ਰੋਬਲਮ ਜਿਹੜੀ ਹੈਗੀ ਹੈ ਘਰ ਘਰ ਦੀ ਹੈਗੀ ਆ ਜੀ ਜੀ ਸੋ ਸਾਨੂੰ ਜਿਹਨਾਂ ਨੂੰ ਤਾਂ ਲੋਅ ਬਲੱਡ ਪ੍ਰੈਸ਼ਰ ਹੈਗੀ ਆ ਪ੍ਰੋਬਲਮ ਜੀ ਸੋ ਉਹਦੇ ਲਈ ਇੱਕ ਪੁਆਇੰਟ ਬੜਾ ਬਹੁਤ ਜ਼ਰੂਰੀ ਹੈ ਅੱਛਾ ਜੀ ਇਸ ਪੁਆਇੰਟ ਨੂੰ ਆਪਾਂ ਪ੍ਰੈਸ ਕਰਾਂਗੇ 2 ਮਿੰਟ ਅਤੇ ਜਿਹੜਾ ਹੈਗਾ ਸਾਡਾ ਬਲੱਡ ਪ੍ਰੈਸ਼ਰ ਲੋਅ ਉਹ ਸਹੀ ਹੋ ਜਾਏਗਾ ਅੱਛਾ ਜੇ ਘੱਟ ਹੈ ਤਾਂ ਉਹ ਜੇ ਸਾਡਾ ਲੋਅ ਹੈਗਾ ਘੱਟ ਹੈ ਤਾਂ ਜੀ ਜੀ ਸੋ ਜਿਹਦਾ ਬਲੱਡ ਪ੍ਰੈਸ਼ਰ ਹਾਈ ਹੈ ਸੋ ਹਾਈ ਲਈ ਵੀ ਪੈਨਿਕ ਹੋਣ ਦੀ ਲੋੜ ਨਹੀਂ ਹੈ ਇਹ ਜਿਹੜੀ ਹੈਗੀ ਆ ਸਾਡੀ ਰਿੰਗ ਫਿੰਗਰ ਰਿੰਗ ਫਿੰਗਰ ਦੇ ਵਿੱਚ ਇਸ ਪੁਆਇੰਟ ਨੂੰ ਆਪਾਂ ਪ੍ਰੈਸ ਕਰਾਂਗੇ 2 ਮਿੰਟ ਅਤੇ ਇਹ ਜਿਹੜਾ ਹੈਗਾ ਸਾਡਾ ਬੀ ਪੀ ਅਸੀਂ ਦੇਖਾਂਗੇ ਉਹ ਤੋਂ ਬਾਅਦ ਸਾਡੇ ਕਾਫੀ ਪੁਆਇੰਟ ਥੱਲੇ ਆ ਗਿਆ ਹੈਗਾ ਅੱਛਾ ਜੀ ਸੋ ਇਹ ਯਾਨੀ ਕਿ ਬਹੁਤ ਇੰਪੋਰਟੈਂਟ ਪੁਆਇੰਟ ਹੈਗਾ ਆ ਸੋ ਬੀ ਪੀ ਜਿਹੜਾ ਹੈ ਜੀ ਉਹਦੇ ਲਈ ਇੱਕ ਵਾਰ ਦੁਬਾਰਾ ਮੈਂ ਨਾ ਤੁਸੀਂ ਇਹ ਜੀ ਲੋਅ ਬੀ ਪੀ ਹੈ ਲੋਅ ਬੀ ਪੀ ਹੈਗਾ ਤਾਂ ਇਸ ਪੁਆਇੰਟ ਨੂੰ ਜੀ ਜੀ ਪ੍ਰੈਸ ਕਰਾਂਗੇ 2 ਮਿੰਟ ਤਾਂ ਸਾਡਾ ਬੀ ਪੀ ਅਪ ਹੋ ਜਾਏਗਾ ਜੀ ਸੋ ਜਿਹਨਾਂ ਦਾ ਅਪ ਹੈਗਾ ਆ ਸੋ ਇਹ ਰਿੰਗ ਫਿੰਗਰ ਜਿਹੜੀ ਹੈਗੀ ਆ ਰਿੰਗ ਫਿੰਗਰ ਤੋਂ ਆਪਾਂ ਜਿਹੜਾ ਹੈਗਾ ਇਸ ਪੁਆਇੰਟ ਨੂੰ ਆਪਾਂ ਪ੍ਰੈਸ ਕਰਾਂਗੇ ਜੀ ਜੀ ਸਿਰਫ 2 ਮਿੰਟ ਅਤੇ ਸਾਡਾ ਜਿਹੜਾ ਹੈਗਾ ਹਾਈ ਬੀ ਪੀ ਉਹ ਸਹੀ ਰਹਿ ਜਾਏਗਾ ਸਹੀ ਰਹਿ ਜਾਏਗਾ ਐਂਡ ਜੇ ਰੈਗੂਲਰ ਪ੍ਰੋਬਲਮ ਰਹਿੰਦੀ ਹੈ ਤਾਂ ਆਪਾਂ ਇਹਨੂੰ ਪ੍ਰੈਸ ਕਰਦੇ ਹਾਂ ਇਹ ਕਰਦੇ ਰਹਾਂਗੇ ਤਾਂ ਸਾਡੀ ਇਹ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਵੀ ਜਾ ਸਕਦੀ ਹੈ ਜਾ ਸਕਦੀ ਸੋ ਇਹ ਇਲਾਜ ਹੈਗਾ ਆਪਣੇ ਕੋਲ ਡਾਕਟਰ ਸਾਹਿਬ ਆਖਰੀ 2 ਮਿੰਟ ਨੇ ਮੈਂ ਕੋਈ ਇਹਨਾਂ ਪੁਆਇੰਟਸ ਨਾਲ ਰਿਲੇਟਡ ਕੋਈ ਗੱਲ ਪੁੱਛਣੀ ਭੁੱਲ ਗਿਆ ਹੋਵਾਂ ਤਾਂ ਤੁਸੀਂ ਇੱਕ ਵਾਰ ਦੁਬਾਰਾ ਦੱਸ ਦਿਓ ਉਹਦੇ ਵਿੱਚ ਹੈਗਾ ਜੀ ਪੁਆਇੰਟ ਤਾਂ ਸਾਰੇ ਹੀ ਅਹਿਮ ਹਨ ਉਹਦੇ ਵਿੱਚ ਹੈਗਾ ਜਿੱਦਾਂ ਪਿੱਛੇ ਇੱਕ ਵੀਡੀਓ ਦੇ ਵਿੱਚ ਸੀਗਾ ਕਿ ਆਪਾਂ ਤੁਸੀਂ ਕਲੈਪਿੰਗ ਬਾਰੇ ਪੁੱਛਿਆ ਸੀਗਾ ਜੀ 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 ਜਿਸ ਲਈ ਆਪਾਂ ਕਲੈਪਿੰਗ ਕਰਦੇ ਹੈਗੇ ਹਾਂ ਸੋ ਕਲੈਪਿੰਗ ਦੇ ਵਿੱਚ ਇਹ ਸਾਰੇ ਪੁਆਇੰਟ ਤਕਰੀਬਨ ਕਵਰ ਹੋ ਜਾਂਦੇ ਹਨ
ਜੀ 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 ਸੋ ਕੁਛ ਇੱਕ ਦੋ ਪੁਆਇੰਟ ਰਹਿੰਦੇ ਹਨ, ਮੈਂ ਉਹਦੇ ਬਾਰੇ ਵੀ ਕੌਮੈਂਟ ਦੱਸ ਦੇਵਾਂ ਜੀ ਜੀ। ਇੱਕ ਆਮ ਜਿਹੜੀ ਹੈਗੀ ਆ ਆਫਟਰ ਦੀ ਏਜ ਆਫ 50 ਪ੍ਰੋਸਟੇਟ ਗਲੈਂਡ ਦੀ ਪ੍ਰੋਬਲਮ ਆਮ ਆ ਜਾਂਦੀ ਹੈਗੀ ਆ, ਪਿਸ਼ਾਬ ਵਾਰ ਵਾਰ ਹੋਣਾ ਜਾਂ ਕਿੱਦਾਂ, ਉਹਦੇ ਲਈ ਇਹ ਜਿਹੜਾ ਪੁਆਇੰਟ ਹੈਗਾ ਆ ਜੀ ਜੀ ਜੈਂਟਸ ਲਈ ਇਹ ਪ੍ਰੋਸਟੇਟ ਦਾ ਪੁਆਇੰਟ ਹੈਗਾ, ਇਹਦੇ ਉੱਤੇ ਆਪਾਂ ਪ੍ਰੈਸ਼ਰ ਦੇਵਾਂਗੇ ਤਾਂ ਇਹ ਜਿਹੜਾ ਹੈਗਾ ਪ੍ਰੋਸਟੇਟ ਦੀ ਪ੍ਰੋਬਲਮ ਤੋਂ ਬਚਿਆ ਜਾ ਸਕਦਾ। ਇਸ ਤਰ੍ਹਾਂ ਲੇਡੀਜ਼ ਦੀਆਂ ਜਿੰਨੀਆਂ ਵੀ ਗਾਇਨੀ ਪ੍ਰੋਬਲਮ ਹਨ ਉਹ ਇਹ ਪੁਆਇੰਟ ਹਨ, ਠੀਕ ਹੈ। ਸੋ ਗਾਇਨੀ ਪ੍ਰੋਬਲਮ ਇਹਨਾਂ ਦੇ ਉੱਤੇ ਆਪਾਂ ਪ੍ਰੈਸ਼ਰ ਦੇ ਕੇ ਇਹ ਤੋਂ ਬਚਿਆ ਜਾ ਸਕਦਾ ਹੈਗਾ। ਇਸ ਤਰ੍ਹਾਂ ਜਿਹਨਾਂ ਨੂੰ ਯੂਰੀਨੇਸ਼ਨ ਦੀ ਪ੍ਰੋਬਲਮ ਹੈਗੀ ਆ, ਯੂਰੀਨੇਸ਼ਨ ਦਾ ਇਹ ਪੁਆਇੰਟ ਹੈਗਾ ਆ। ਸੋ ਜਿਹਨਾਂ ਨੂੰ ਐਕਸੈਸਿਵ ਯੂਰੀਨੇਸ਼ਨ ਹੈਗੀ ਆ, ਪ੍ਰੋਬਲਮ ਆਉਂਦੀ ਹੈਗੀ ਆ, ਰਾਤ ਨੂੰ ਬਹੁਤ ਦਫਾ ਉੱਠਣਾ ਪੈਂਦਾ ਹੈਗਾ, ਸੋ ਇਸ ਪੁਆਇੰਟ ਦੇ ਉੱਤੇ ਆਪਾਂ ਪ੍ਰੈਸ਼ਰ ਦੇ ਕੇ ਉਸ ਤੋਂ ਇਹਨੂੰ ਠੀਕ ਕੀਤਾ ਜਾ ਸਕਦਾ ਹੈਗਾ। ਅੱਛਾ, ਇੱਕ ਚੀਜ਼ ਨੂੰ ਦੱਸਿਓ, ਤੁਸੀਂ ਜਿੱਦਾਂ ਇਹ ਦੱਸ ਰਹੇ ਹੋ ਤਾਂ ਮੇਰਾ ਖਿਆਲ ਆਪਾਂ ਦੱਸਦੇ ਹਾਂ ਥੋੜ੍ਹਾ ਬਹੁਤ ਇੱਧਰ ਉੱਧਰ ਖੱਬੇ ਸੱਜੇ ਜੇ ਹੋ ਜਾਵੇ ਤਾਂ ਕੋਈ ਫਰਕ ਪੈਂਦਾ? ਇੱਕ ਇਸ ਤਰ੍ਹਾਂ ਹੈਗਾ ਕਿ ਜੇ ਥੋੜ੍ਹਾ ਬਹੁਤਾ ਫਰਕ ਹੋਵੇ, ਜਿੱਦਾਂ ਹੁਣ ਇਹ ਪੁਆਇੰਟ ਦੱਸਿਆ ਹੈਗਾ, ਉਹਨੂੰ ਜੇ ਤੁਸੀਂ ਮਾਮੂਲੀ ਥੱਲੇ ਚੱਲ ਜਾਓਗੇ ਤਾਂ ਵੀ ਕੋਈ ਹਰਜ ਨੇਗਾ ਜੀ ਜੀ, ਕਿਉਂਕਿ ਨਰਵ ਐਂਡਿੰਗਸ ਹਨ। ਅੱਛਾ, ਨਰਵ ਐਂਡਿੰਗ ਕੀ ਹੈਗੀਆਂ ਨੇ, ਉਹ ਉਹਦੇ ਵਿੱਚ ਆਪਾਂ ਕਿਸੇ ਪੁਆਇੰਟ ਨੂੰ ਲੋਕੇਟ ਕਰਨ ਲਈ ਥੋੜ੍ਹਾ ਜਿਹਾ ਮਾਮੂਲੀ ਐਵੇਂ ਜ਼ਿਆਦਾ ਫਰਕ ਨਹੀਂ ਪਏਗਾ, ਲੇਕਿਨ ਮਾਮੂਲੀ ਅੱਗੇ ਪਿੱਛੇ ਹੋ ਕੇ ਥੋੜ੍ਹਾ ਜਿਹਾ ਇਸ ਤਰ੍ਹਾਂ, ਬਸ ਇੰਨਾ ਕੁ ਜ਼ਿਆਦਾ। ਸੋ ਇੱਥੇ ਹੀ ਉਹ ਪੁਆਇੰਟ ਹੈਗਾ ਆ ਜੀ ਜੀ, ਉਹਨੂੰ ਆਪਾਂ ਪ੍ਰੈਸ ਕਰਕੇ ਸਾਨੂੰ ਪਤਾ ਲੱਗ ਸਕਦਾ ਹੈਗਾ ਉਹ ਪੇਨਫੁੱਲ ਹੋਏਗਾ। ਸਭ ਤੋਂ ਵੱਡੀ ਗੱਲ ਹੈ ਕਿ ਇਹ ਪੁਆਇੰਟ ਪੇਨਫੁੱਲ ਹੋਏਗਾ। ਅੱਛਾ, ਉਹਨੂੰ ਆਪਾਂ ਪ੍ਰੈਸ ਕਰਾਂਗੇ ਤਾਂ ਉਹ ਪੇਨ ਜਦੋਂ ਖਤਮ ਹੋ ਗਈ, ਸਮਝ ਲਓ ਕਿ ਸਾਨੂੰ ਉਸ ਪ੍ਰੋਬਲਮ ਤੋਂ ਕਾਫੀ ਰਾਹਤ ਮਿਲ ਗਈ। ਕੋਈ ਹੋਰ ਤਾਂ ਨਹੀਂ ਰਹਿ ਗਈ ਜੀ, ਕਿਉਂਕਿ ਆਪਣੇ ਕੋਲ ਆਖਰੀ ਇੱਕ ਮਿੰਟ ਹੀ ਬਚਿਆ ਜੇ ਮੈਂ। ਅਤੇ ਹੋਰ ਇੱਕ ਬਹੁਤ ਪੁਆਇੰਟ ਹੈਗਾ ਜਿਸ ਤਰ੍ਹਾਂ ਆਪਾਂ ਕਿਡਨੀ ਦਾ ਪੁਆਇੰਟ ਹੈਗਾ, ਜਿੱਦਾਂ ਮੈਂ ਦੱਸਿਆ ਹੈਗਾ ਕਿ ਬਹੁਤ ਇਹਦਾ ਰੋਲ ਹੈਗਾ ਐਕਸਕ੍ਰੀਟਰੀ ਔਰਗਨ ਹੈਗਾ, ਅਤੇ ਇਹ ਆਪਾਂ ਜਿਹੜੀ ਹੈਗੀ ਆ ਫਿੰਗਰ ਵੱਡੀ ਉਂਗਲੀ, ਇਹਨੂੰ ਆਪਾਂ ਨੀਚੇ ਦਬਾਵਾਂਗੇ ਜਿੱਥੇ। ਸੋ ਇਹ ਜੋ ਪੁਆਇੰਟ ਹੈਗਾ ਬਿਲਕੁਲ ਆ ਸਟੋਮਕ ਦਾ, ਉਹਦੇ ਵਿੱਚ ਆਹ ਪੁਆਇੰਟ ਜਿਹੜਾ ਹੈਗਾ ਇਹ ਕਿਡਨੀ ਪੁਆਇੰਟ ਹੈਗਾ। ਉਹ ਅੱਛਾ ਜੀ। ਸੋ ਕਿੰਨੇ ਵੀ ਪੁਆਇੰਟ ਹਨ ਜਿੱਥੇ ਵੀ ਕੋਈ ਪ੍ਰੋਬਲਮ ਹੈਗੀ ਆ, ਚਾਹੇ ਆਪਾਂ ਹਾਰਟ ਦੇ ਨੂੰ ਕੀਤਾ, ਚਾਹੇ ਆਪਾਂ ਇਸ ਪਾਸੇ ਲਿਵਰ ਦੇ ਨੂੰ ਕੀਤਾ ਹੈਗਾ ਆ, ਚਾਹੇ ਆਪਾਂ ਹਿਰਦੇ ਨੂੰ ਕੀਤਾ ਹੈਗਾ ਆ, ਜੇ ਨਾਲ ਨਾਲ ਆਪਾਂ ਇਸ ਕਿਡਨੀ ਪੁਆਇੰਟ ਨੂੰ ਵੀ ਇਹ ਆਪਾਂ ਉਂਗਲੀ ਮੋੜਾਂਗੇ ਤਾਂ ਜਿੱਥੇ ਆਉਂਦਾ ਹੈਗਾ ਇਹ ਪੁਆਇੰਟ, ਇੱਥੇ ਉਂਗਲੀ, ਇਹ ਕਿਡਨੀ ਪੁਆਇੰਟ ਹੈ। ਸੋ ਇਹਨੂੰ ਆਪਾਂ ਨਾਲ ਹੀ ਆਪਾਂ ਪ੍ਰੈਸ ਕਰ ਲਿਆ ਜਾਵਾਂਗੇ ਉਸ ਤੋਂ ਬਾਅਦ, ਅਤੇ ਜਿੰਨੀ ਵੀ ਜੋ ਸਾਡੇ ਇੱਕ ਸਰੀਰ 'ਚੋਂ ਟੋਕਸਿਕ ਵੇਸਟ ਰਿਲੀਜ਼ ਹੋਈ ਆ ਇਹ ਪ੍ਰੈਸ਼ਰ ਦੇਣ ਦੇ ਨਾਲ, ਉਹ ਵੀ ਨਿਕਲ ਜਾਏਗੀ, ਸਾਨੂੰ ਬਹੁਤ ਰਾਹਤ ਮਿਲੇਗੀ, ਉਹਦਾ ਇਫੈਕਟ ਵੱਧ ਜਾਏਗਾ। ਕਿਆ ਬਾਤ ਹੈ ਡਾਕਟਰ ਸਾਹਿਬ, ਤੁਸੀਂ ਸਮਾਂ ਕੱਢਿਆ ਜੀ ਤੁਹਾਡੇ, ਮਤਲਬ ਇੰਨੀਆਂ ਜਾਣਕਾਰੀਆਂ ਤੁਸੀਂ ਇੱਦਾਂ ਹੱਥਾਂ 'ਤੇ ਹੀ ਸਮਝਾਤੀਆਂ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਇਸ ਦੇ ਨਾਲ ਹੀ ਆਪਾਂ ਹੁਣ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ, ਪਰ ਇਸ ਵੀਡੀਓ ਨੂੰ ਜੇ ਤੁਸੀਂ ਮਿਡਲ 'ਚੋਂ ਦੇਖਣਾ ਸ਼ੁਰੂ ਕੀਤਾ ਤਾਂ ਦੁਬਾਰਾ ਜ਼ਰੂਰ ਦੇਖਣਾ ਜੀ। ਜੇ ਹੋਰ ਵੀ ਤੁਹਾਡੇ ਸਵਾਲ ਨੇ ਤਾਂ ਪ੍ਰਾਈਮ ਫੋਕਸ ਦੇ ਵਿੱਚ ਡਾਕਟਰ ਹਰਚਰਨ ਸਿੰਘ ਦੀਆਂ ਬਹੁਤ ਸਾਰੀਆਂ ਵੀਡੀਓਜ਼ ਨੇ, ਤੁਸੀਂ ਉਹਨਾਂ ਨੂੰ ਯੂਟਿਊਬ ਦੇ ਉੱਪਰ ਦੁਬਾਰਾ ਦੇਖ ਸਕਦੇ ਹੋ। ਤੁਸੀਂ ਆਪਣੇ ਸੱਜਣਾ ਮਿੱਤਰਾਂ ਫਰੈਂਡਸ ਦਾ ਭਲਾ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਵੀਡੀਓਜ਼ ਨੂੰ ਐਜ਼ ਇਟ ਇਜ਼, ਇਹਨਾਂ ਦਾ ਜਿਹੜਾ ਯੂਟਿਊਬ ਲਿੰਕ ਹੈ ਤੁਸੀਂ ਉਹਨੂੰ ਅੱਗੇ ਫੋਰਵਰਡ ਕਰ ਦਿਓ, ਪਲੱਸ ਸਬਸਕ੍ਰਾਈਬ ਕਰਨਾ ਸਾਡਾ ਚੈਨਲ ਜਿਹੜਾ ਉਹ ਨਾ ਭੁੱਲਣਾ, ਕਿਉਂਕਿ ਉਹਦੇ ਨਾਲ ਕੀ ਹੈ ਕਿ ਜਦੋਂ ਵੀ ਨਵਾਂ ਪ੍ਰੋਗਰਾਮ ਕੋਈ ਆਉਂਦਾ ਹੈ ਤਾਂ ਉਹਦੀ ਜਿਹੜੀ ਨੋਟੀਫਿਕੇਸ਼ਨ ਹੈ ਤੁਹਾਨੂੰ ਪਹੁੰਚ ਜਾਏਗੀ, ਤੁਸੀਂ ਕਿਤੇ ਵੀ ਹੋਵੋਗੇ ਤਾਂ ਤੁਸੀਂ ਉਹਨੂੰ ਮਿਸ ਨਹੀਂ ਕਰੋਗੇ। ਸੋ ਇਹ ਸਾਡੀ ਰਿਕੁਐਸਟ ਹੈ, ਪ੍ਰਾਈਮ ਏਸ਼ੀਆ ਟੀ ਵੀ ਨੂੰ ਪਿਆਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡੀ ਫੀਡਬੈਕ ਦੇ ਲਈ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਜੋ ਵੀ ਤੁਹਾਡੀ ਫੀਡਬੈਕ ਹੈ ਸਾਡੇ ਵਟਸਐਪ ਨੰਬਰ 'ਤੇ, ਸਾਡੇ ਫੇਸਬੁੱਕ ਪੇਜ ਦੇ ਉੱਪਰ ਜਾਂ ਯੂਟਿਊਬ ਦੇ ਉੱਪਰ ਕਮੈਂਟ ਦੇ ਰੂਪ ਦੇ ਵਿੱਚ ਤੁਸੀਂ ਜ਼ਰੂਰ ਦਿਆ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪ੍ਰੋਗਰਾਮ ਦੇਖਣ ਦੇ ਲਈ, ਅਤੇ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਕਿ ਜੀ ਹੋਰ ਵੀ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਨੇ ਆਪਦੀ ਕਚਹਿਰੀ 'ਚ ਲੈ ਕੇ ਆਉਂਦੇ ਰਹੀਏ। ਫਿਲਹਾਲ ਦਿਓ ਇਜਾਜ਼ਤ, ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਪ੍ਰਾਈਮ ਏਸ਼ੀਆ ਟੀਵੀ ਨੂੰ ਤੁਸੀਂ ਕੈਨੇਡਾ ਵਿੱਚ ਦੇਖ ਸਕਦੇ ਹੋ ਬੈੱਲ ਸੈਟੇਲਾਈਟ ਚੈਨਲ ਨੰਬਰ 685, ਬੈੱਲ 5 ਟੀਵੀ ਚੈਨਲ ਨੰਬਰ 677, ਰੋਜਰਸ ਚੈਨਲ ਨੰਬਰ 935। ਇਸ ਤੋਂ ਇਲਾਵਾ ਅਸੀਂ ਅਵੇਲੇਬਲ ਹਾਂ ਐਪਲ ਟੀਵੀ, ਸਮਾਰਟ ਟੀਵੀ, ਯੱਪ ਟੀਵੀ, ਫਾਸਟਵੇ ਬਾਕਸ ਚੈਨਲ ਨੰਬਰ 1 ਐਂਡ ਅਦਰ IPTV ਬਾਕਸਿਸ ਤੇ, ਜਾਂ ਤੁਸੀਂ ਆਪਣੇ ਐਪਲ ਜਾਂ ਐਂਡਰੋਇਡ ਫੋਨ ਵਿੱਚ ਸਾਡੀ ਐਪ ਵੀ ਡਾਊਨਲੋਡ ਕਰ ਸਕਦੇ ਹੋ। ਇਸ ਦੇ ਨਾਲ ਹੀ ਅਸੀਂ ਐਕਸਬਾਕਸ, PS4 ਤੇ ਹੋਰ ਬਹੁਤ ਸਾਰੇ ਪਲੇਟਫਾਰਮਸ ਤੇ ਅਵੇਲੇਬਲ ਹਾਂ, ਤੇ ਸਭ ਤੋਂ ਜ਼ਰੂਰੀ ਸਾਡਾ YouTube ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।